ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਸ੍ਰੀ ਅਮਰਦਾਸ ਹਿਰਦੈ ਨਿਤ ਧਿਆਵਾਂ ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ ਸ੍ਰੀ ਅਰਜਨ ਵਿਘਨਨ ਕੇ ਨਾਸ਼ਕ ਵਿਘਨਨ ਕੇ ਨਾਸ਼ਕ ਸ੍ਰੀ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰ ਪਾਲਾ ਪਰਮ ਕਿਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲ ਜਿਸ ਮਹਿ ਅੰਮ੍ਰਿਤ ਗਿਆਨ ਹੈ ਨਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦਾਂ ਕਰਿ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਗਿਨ ਜਿਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਿਉ ਪਈ ਇਨ ਜੋ ਧਨ ਬਹੁ ਬਾਦ ਗਵਾਇਆ ਉਠਾ ਨਾ ਦਿਓ ਲਿਹੋ ਏ ਬਾਇਆ ਬਾਹਰ ਨ ਬਹਿ ਸਹਿ ਮੋਦੀ ਖਾਨੇ ਦਈ ਨ ਰਿਸ਼ਵਤ ਹਮੈ ਨਾ ਜਾਣੇ ਇਨ ਜੋ ਧਨ ਬਹੁ ਬਾਦ ਗਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨ ਜੋ ਗੁਰੂ ਖਾਲਸਾ ਸਾਹਿਬ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਕਿਰਪਾਲਤਾ ਦਾ ਸਦਕਾ ਦੀਨ ਦੁਨੀਆਂ ਦੇ ਵਾਲੀ ਚਬਰ ਛਤਰ ਤੱਕ ਦੇ ਮਾਲਕ ਮਿਹਰਾ ਦੇ ਸਾਈਂ ਕਰਣਾ ਨਿਧਾਨ ਅੰਤਰ ਜਾਮੀ ਸਤਿਗੁਰੂ ਹਜ਼ੂਰ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਪ ਗੁਰਮੁਖ ਪਿਆਰੇ ਜੁੜ ਬੈਠੇ ਹੋ ਜੀ ਸ਼ਾਮ ਦੇ ਦੀਵਾਨਾਂ ਵਿੱਚ ਆਪ ਗੁਰਮੁਖਾਂ ਨੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰੀ ਗੁਰਮੁਖਾਂ ਤੋਂ ਰਹਿਰ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਸਵਾਰਿਆਂ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕੀਤੇ ਹਨ ਹੁਣ ਸਮਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਦੇ ਪਾਵਨ ਪਵਿੱਤਰ ਜੀਵਨ ਦੀ ਇਤਿਹਾਸ ਦੀ ਕਥਾ ਦਾ ਹੈ ਜੋ ਪ੍ਰਸੰਗ ਆਪਾਂ ਕੱਲ੍ਹ ਵਿਚਾਰਿਆ ਸੀ ਅਤੇ ਇਸ ਵਿੱਚ ਪੰਜ ਦਿਨ ਲੇਖਾ ਹੁੰਦਾ ਰਿਹਾ ਅਖੀਰ 321 ਰੁਪਈਏ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਚੇ ਜਿਹੜੇ ਨਿੰਦਕਾਂ ਨੇ ਆਖਿਆ ਸੀ ਵੀ ਇਹ ਤਰ੍ਹਾਂ ਉਜਾੜਾ ਕਰਕੇ ਅਤੇ ਆਪ ਦੌੜ ਜਾਵੇਗਾ ਅਤੇ ਬਿਪਤਾ ਭਾਈਆ ਜੈ ਰਾਮ ਜੀ ਨੇ ਤੁਹਾਡੇ ਗੱਲ ਪਾ ਜਾਣੀ ਹੈ ਜਿਸ ਤਰ੍ਹਾਂ ਇਹ ਲੁਟਾ ਰਿਹਾ ਨਾ ਤੁਹਾਨੂੰ ਘਰ ਘਾਟ ਵੇਚ ਕੇ ਵੀ ਪੂਰੇ ਨਹੀਂ ਕਰ ਤੁਹਾਡੇ ਕੋਲ ਹੋ ਸਕਣੇ ਪੈਸੇ ਕੀ ਕਰੋਗੇ ਫਿਰ ਤੁਸੀਂ ਉਹਨਾਂ ਨਿੰਦਕਾਂ ਦੇ ਮੂੰਹ 'ਤੇ ਕਰਾੜੀ ਚਪੇੜ ਵੱਜੀ ਭਾਈਆ ਜੈ ਰਾਮ ਜੀ ਨੂੰ ਖੁਸ਼ੀ ਬਹੁਤ ਹੋਈ ਹੈ ਨਿੰਦਕ ਬੜੇ ਸ਼ਰਮਿੰਦੇ ਨੇ ਜਾਦੂ ਰਾਈ ਮੁਨਸ਼ੀ ਜਿਹੜਾ ਹਰ ਵੇਲੇ ਚੁਗਲੀ ਕਰਦਾ ਸੀ ਮਹਾਰਾਜ ਦੀ ਜਿਹੜਾ ਕਹਿੰਦਾ ਸੀ ਅੱਜ ਮੈਂ ਉੱਠਣ ਨਹੀਂ ਦੇਣਾ ਇੱਥੋਂ ਪੈਸੇ ਪੂਰੇ ਕਰਾਂਗਾ ਅੱਜ ਲੱਗ ਪਤਾ ਜਾਵੇਗਾ ਇਹਨਾਂ ਨੂੰ ਕਿਉਂਕਿ ਮਹਾਰਾਜ ਨੂੰ ਸਾਧ ਸੰਗਤ ਜੀ ਉਹ ਇਸ ਤਰ੍ਹਾਂ ਮਹਾਰਾਜ ਦੀ ਵਡਿਆਈ ਦੇਖ ਕੇ ਜਸ ਦੇਖ ਕੇ ਚੜ੍ਹਦੀ ਕਲਾ 'ਚ ਦੇਖ ਕੇ ਅਤੇ ਉਹਦਾ ਹਿਰਦਾ ਖੁਸ਼ ਨਹੀਂ ਸੀ ਹੁੰਦਾ ਪਰ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਵਾਲੀ ਚਬਰ ਛਤਰ ਤਖ਼ਤ ਦੇ ਮਾਲਕ ਜਿਨ੍ਹਾਂ ਦੇ ਹੱਥ ਵਿੱਚ ਤਿੰਨਾਂ ਲੋਕਾਂ ਦੇ ਜੀਵਾਂ ਦਾ ਰਿਜਕ ਹੈ ਸਾਧ ਸੰਗਤ ਜਦੋਂ ਆਪ ਵਿੱਚ ਵਰਤ ਰਹੇ ਹੋਣ 'ਤੇ ਘਾਟਾ ਉੱਥੇ ਫਿਰ ਕਿਵੇਂ ਪੈ ਸਕਦਾ ਸੀ ਨਹੀਂ ਪਿਆ ਸੱਚੇ ਪਾਤਸ਼ਾਹ ਜੀ ਦੇ ਪੈਸੇ ਬਚ ਗਏ ਇੱਥੋਂ ਤੱਕ ਪ੍ਰਸੰਗ ਆਪਾਂ ਕੱਲ੍ਹ ਵਿਚਾਰ ਰਿਹਾ ਸੀ ਆਓ ਮਨਾਂ ਦੀਆਂ ਬਿਰਤੀਆਂ ਇਕਾਗਰ ਕਰੀਏ ਉੱਥੇ ਸੁਰਤੀ ਲੈ ਕੇ ਚੱਲੀਏ ਸੁਲਤਾਨਪੁਰ ਜਿੱਥੇ ਨਵਾਬ ਦੌਲਤ ਖਾਂ ਦੀ ਕਚਹਿਰੀ ਹੈ ਸਭ ਮੰਤਰੀ ਸੰਤਰੀ ਬੈਠੇ ਨੇ ਲੇਖਾ ਹੋ ਚੁੱਕਾ ਹੈ
ਭਾਈਆ ਜੈ ਰਾਮ ਜੀ ਸਾਧ ਸੰਗਤ ਜੀ ਬੜੇ ਖੁਸ਼ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 321 ਰੁਪਈਏ ਬਚੇ ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਪ੍ਰੇਮ ਨਾਲ ਆਪਾਂ ਸਰਵਣ ਕਰਨਾ ਤਾਂ ਕਿ ਆਪਣੇ ਮਨ ਦੀ ਮੈਲ ਉੱਤਰੇ ਕੋਈ ਭਾਵਨਾ ਬਣੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਪਿਆਰ ਸਾਡੇ ਅੰਦਰ ਵੀ ਉਛਾਲਾ ਮਾਰੇ ਤਾਂ ਜੋ ਸੰਸਾਰ 'ਤੇ ਤਾਂ ਆਈ ਹੈ ਕੁਝ ਭਲਾ ਵੀ ਆਪਣਾ ਹੋ ਸਕੇ ਪ੍ਰੇਮ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੰਜ ਦਿਵਸ ਲੇਖਾ ਭਰ ਪੰਜ ਦਿਨ ਤੱਕ ਸਾਧ ਸੰਗਤ ਜੀ ਇਹ ਲੇਖਾ ਹੁੰਦਾ ਰਿਹਾ ਇੰਨਾ ਲੰਮਾ ਚੌੜਾ ਕੰਮ ਸੀ ਕਿਉਂਕਿ ਕਿੰਨਾ ਚਿਰ ਹੋ ਗਿਆ ਸੀ ਲੇਖਾ ਹੋਏ ਨੂੰ ਇਸ ਲਈ ਪੰਜ ਦਿਨ ਤੱਕ ਉਹ ਹੁੰਦਾ ਰਿਹਾ ਪੰਜ ਦਿਵਸ ਲੇਖਾ ਭਰ ਪੰਜ ਦਿਨ ਤੱਕ ਸਾਧ ਸੰਗਤ ਜੀ ਲੇਖਾ ਚੱਲਦਾ ਰਿਹਾ ਹੈ ਜਾਦੋ ਰਾਈ ਮੁਨਸ਼ੀ ਅੜਾਉਣੀਆਂ ਬਹੁਤ ਪਾਉਂਦਾ ਚਾਹੁੰਦਾ ਕਿ ਕਿਸੇ ਨਾ ਕਿਸੇ ਥਾਂ ਤੇ ਮਹਾਰਾਜ ਆਣ ਕੇ ਫਸ ਜਾਣ ਤੇ ਇਹਨਾਂ ਦੀ ਹੇਠੀ ਹੋਵੇ ਪਰ ਸੱਚੇ ਪਾਤਸ਼ਾਹ ਜੀ ਸਭ ਲਿਖਾਈ ਜਾਂਦੇ ਨੇ ਆਮਦਨੀ ਪਹਿਲਾਂ ਲਿਖਾ ਦਿੱਤੀ ਖਰਚਾ ਫਿਰ ਲਿਖਾ ਦਿੱਤਾ ਉਹ ਵਾਰ ਵਾਰ ਲੇਖਾ ਕਰਦਾ ਪੰਜ ਦਿਨ ਤੱਕ ਉਹ ਲੇਖਾ ਚੱਲਿਆ ਜੀ ਕਰ ਤੂੰ ਬਾਤ ਬਹੁ ਲਿਖਿਓ ਗਵਾਰਾ ਕਹਿੰਦੇ ਉਸ ਮੂਰਖ ਨੇ ਕਈ ਵਾਰ ਲੇਖਾ ਕਰਦਿਆਂ ਕਰਦਿਆਂ ਝਗੜਾ ਵੀ ਪਾਇਆ ਕਈਆਂ ਗੱਲਾਂ ਤੇ ਪਰ ਅਖੀਰ ਉਹਨੂੰ ਸ਼ਰਮਿੰਦਾ ਹੋਣਾ ਪਿਆ ਗਿਣੇ 300 ਬਹੁਰ 21 ਕਹਿੰਦੇ 300 ਤੇ 21 ਰੁਪਈਏ ਹਿਸਾਬ ਕਿਤਾਬ ਵਿੱਚ ਲੇਖੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚ ਗਏ ਹਨ ਲੈਣੇ ਸੇਖੂ ਸ੍ਰੀ ਜਗਦੀਸ਼ ਕਹਿੰਦੇ ਹੁਣ ਸੱਚੇ ਪਾਤਸ਼ਾਹ ਜੀ ਨੇ ਲੈਣੇ ਨੇ ਨਵਾਬ ਕੋਲੋਂ ਆਪਣੇ 321 ਰੁਪਈਏ ਜੀ ਪੂਰਬ ਸੂਰਤ ਮੂਰਖ ਮਾਨੀ ਕਹਿੰਦੇ ਹੰਕਾਰੀ ਮੂਰਖ ਜਿਹੜਾ ਸੀ ਨਿੰਦਕ ਜਾਦੋ ਰਾਈ ਮੁਨਸ਼ੀ ਬੜਾ ਝੂਰਿਆ ਜਦੋਂ ਇਹਨੂੰ ਪਤਾ ਲੱਗਾ ਵੀ ਸਾਰਾ ਯਤਨ ਮੈਂ ਕੀਤਾ ਪਰ ਪੈਸੇ ਤਾਂ ਮਹਾਰਾਜ ਦੇ ਬਚ ਗਏ ਨੇ ਫਿਰ ਬੜਾ ਇਹ ਸ਼ਰਮਿੰਦਾ ਹੋਇਆ ਜੀ ਡੁੱਬ ਗਿਓ ਤਤ ਸ਼ਿਨ ਬਿਨ ਪਾਣੀ ਕਹਿੰਦੇ ਬੰਦੇ ਨੂੰ ਡੁੱਬਣ ਵਾਸਤੇ ਪਾਣੀ ਚਾਹੀਦਾ ਹੁੰਦਾ ਪਰ ਇਹ ਤਾਂ ਐਸਾ ਸ਼ਰਮਿੰਦਾ ਹੋਇਆ ਬਿਨਾਂ ਪਾਣੀ ਤੋਂ ਡੁੱਬ ਮਰਿਆ ਇਹ ਮਾਮੀ ਅਭਿਲਖ ਰੱਖ ਨੂਰ ਇਹਦੇ ਮਨ ਦੀ ਤੇ ਇੱਛਾ ਸੀ ਕਿ ਸੱਚੇ ਪਾਤਸ਼ਾਹ ਜੀ ਉਣੇ ਨਿਕਲਣਗੇ ਲੇਖੇ ਵਿੱਚ ਸ਼ੇਖ ਨਿਕਾਸੇ ਭਇਓ ਨਾ ਪੂਰਾ ਪਰ ਇਹ ਕੀ ਹੋਇਆ ਮੇਰੇ ਮਨ ਦੀ ਇੱਛਾ ਪੂਰੀ ਨੀ ਹੋਈ ਇਹ ਤਾਂ ਇਹਨਾਂ ਦੇ ਪੈਸੇ ਨਵਾਬ ਵੱਲ ਬਾਕੀ ਨਿਕਲ ਗਏ ਹਨ ਵਾਰ ਵਾਰ ਨਿਰਪਣੇ ਧਨ ਲੀਨਾ ਕਹਿੰਦੇ ਨੇ ਵਾਰ ਵਾਰ ਇਹ ਲੈ ਕੇ ਜਾਂਦੇ ਰਹੇ ਆ ਨਵਾਬ ਤੋਂ ਧਨ ਰਸਤ ਬਸਤ ਲਿਆਉਣ ਵਾਸਤੇ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਮੋਦੀ ਸਨ ਪੈਸੇ ਨਵਾਬ ਦੌਲਤ ਖਾਂ ਦਿੰਦਾ ਸੀ ਹਿਸਾਬ ਕਿਤਾਬ ਮੁਨਸ਼ੀ ਰੱਖਦਾ ਸੀ ਜਾਦੋ ਰਾਈ ਉਹ ਕਹਿੰਦਾ ਕਿੰਨੀ ਵਾਰੀ ਇਹ ਪੈਸੇ ਲੈ ਕੇ ਗਏ ਨੇ ਰਸਤਾ ਲਿਆਉਣ ਵਾਸਤੇ ਤੇ ਫਿਰ ਇੰਨੇ ਵਾਹ ਲਟਾਈ ਜਾਂਦੇ ਦੋਵਾਂ ਹੱਥਾਂ ਨਾਲ ਫਿਰ ਪੈਸੇ ਲੈਣ ਆ ਜਾਂਦੇ ਇੰਨੀ ਵਾਰ ਪੈਸੇ ਲੈ ਕੇ ਗਏ ਇੰਨਾ ਧਨ ਲਟਾਇਆ ਹੁਣ ਲੇਖਾ ਕੀਤਾ ਇਹ ਬਣਿਆ ਕੀ ਮੇਰੇ ਤਾਂ ਹੱਥੀ ਸਾਰੇ ਪੈਸੇ ਗਏ ਹਨ ਮੈਂ ਤਾਂ ਲਟੀਂਦਾ ਦੇਖ ਕੇ ਧਨ ਮੈਨੂੰ ਪੱਕਾ ਪਤਾ ਸੀ ਵੀ ਇਹਨਾਂ ਦੇ ਕੋਲੋਂ ਇਹ ਇੰਨਾ ਘਾਟਾ ਪੈ ਜਾਣਾ ਪੂਰਾ ਨਹੀਂ ਹੋ ਸਕਣਾ ਪਰ ਉਹਦੇ ਮਨ ਦੀ ਮਰਜ਼ੀ ਪੂਰੀ ਨਾ ਹੋਈ ਮੁਨਸ਼ੀ ਦੇ ਨਿਸ ਦਿਨ ਅਦਕ ਲੁਟਾਵਨ ਕੀਨਾ ਕਿਉਂਕਿ ਪ੍ਰਤਾਖੀ ਦਿਸਦਾ ਸੀ ਦਿਨੇ ਰਾਤ ਜਿਵੇਂ ਲਟਾ ਰਹੇ ਸਨ ਇਹ ਲੈਣ ਹਾਰ ਧਨ ਰਹਿਓ ਬਹੋਰੀ ਕਹਿੰਦੇ ਇਹ ਤਾਂ ਲੈਣਦਾਰ ਬਣ ਗਏ ਨੇ ਸਗੋਂ ਅਚਰਜ ਲਖਨਾ ਸਖਤ ਮਤ ਮੋਰੀ ਉਹ ਆਪਣਾ ਮੱਥਾ ਹੱਥ ਚ ਫੜ ਕੇ ਬੈਠਾ ਮੁਨਸ਼ੀ ਜਾਦੋ ਰਾਏ ਕਹਿੰਦਾ ਇਹ ਅਚਰਜ ਗੱਲ ਹੈ ਮੇਰੀ ਸਮਝ ਚ ਨੀ ਆ ਰਹੀ ਵੀ ਇੰਨਾ ਧਨ ਲਟਾਉਣ ਤੋਂ ਬਾਅਦ ਫਿਰ ਵਾਧਾ ਇਹਨਾਂ ਦਾ ਕਿਵੇਂ ਨਿਕਲ ਆਇਆ ਹੈ ਗਮਨਿਓ ਸਦਨ ਬਦਨ ਬਹੁ ਲਾਜਾ ਕਹਿੰਦੇ ਸ਼ਰਮਿੰਦਾ ਹੋ ਕੇ ਉੱਠ ਕੇ ਆਪਣੇ ਘਰ ਨੂੰ ਚਲੇ ਗਿਆ ਜੀ ਦਇਓ ਨਾ ਉੱਤਰ ਕੋਟੇ ਗਰਾਜਾ ਕਹਿੰਦੇ ਨਵਾਬ ਨੂੰ ਦੱਸਣ ਵਾਸਤੇ ਗਿਆ ਹੀ ਨਾ ਵੀ ਲੇਖੇ ਵਿੱਚ ਕੀ ਬਣਿਆ ਉੱਥੋਂ ਹੀ ਲੇਖਾ ਮੁਕਾ ਕੇ ਤੇ ਆਪਣੇ ਘਰ ਨੂੰ ਚਲ ਗਿਆ ਜਾਦੋ ਰਾਈ ਆਪਣੇ ਆਪਣੀ ਪੰਕਜ ਲੋਚਨ ਕਹਿੰਦੇ ਨੇ ਇੱਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਠ ਕੇ ਤੇ ਆਪਣੇ ਹੱਟ ਤੇ ਆ ਗਏ ਨੇ ਜਿੱਥੇ ਮੋਦੀ ਦੀ ਕਿਰਤ ਕਰਦੇ ਸਨ ਤੇ ਸ਼ਰਮਿੰਦਾ ਹੋਇਆ ਮੁਨਸ਼ੀ ਆਪਣੇ ਘਰ ਨੂੰ ਚਲੇ ਗਿਆ ਜੀ ਆਨੂ ਬਿਰਾਜੇ ਬੰਦੇ ਵਿਮੋਚਨ ਸਭਨਾਂ ਦੇ ਬੰਧਨਾਂ ਨੂੰ ਕੱਟ ਦੇਣ ਦੀ ਸਮਰੱਥਾ ਰੱਖਣ ਵਾਲੇ ਸੱਚੇ ਪਾਤਸ਼ਾਹ ਜੀ ਆਣ ਕੇ ਫਿਰ ਗੱਦੀ ਤੇ ਬੈਠ ਗਏ ਜੀ ਸਰਿਤਾ ਚਿੰਤ ਚੀਤ ਜੈ ਰਾਮ ਕਹਿੰਦੇ ਭਾਈਆ ਜੈ ਰਾਮ ਜੀ ਜਿਹੜੇ ਚਿੰਤਾ ਦੀ ਨਦੀ ਵਿੱਚ ਦਿਨੇ ਰਾਤ ਰੁੜਦੇ ਜਾਂਦੇ ਸਨ ਬਹਿਓ ਜਾਤ ਤੋਂ ਆਠੋ ਜਮ ਅੱਠੇ ਪੈਰ ਜਿਨ੍ਹਾਂ ਨੂੰ ਇੱਕੋ ਚਿੰਤਾ ਲੱਗੀ ਰਹਿੰਦੀ ਸੀ ਜੇ ਹਿਸਾਬ ਕਿਤਾਬ ਚ ਘਾਟਾ ਪੈ ਗਿਆ ਫਿਰ ਕੀ ਕਰਾਂਗੇ ਜਿਵੇਂ ਲੋਕ ਆਣ ਕੇ ਕਹਿੰਦੇ ਨੇ ਸੁਲਤਾਨਪੁਰ ਦੇ ਵੀ ਇਹਨੇ ਤੈਨੂੰ ਫਸਾ ਕੇ ਆਪ ਦੌੜ ਜਾਣਾ ਇਸ ਕਰਕੇ ਬੜੀ ਚਿੰਤਾ ਉਹਨਾਂ ਨੂੰ ਲੱਗੀ ਸੀ ਸੁਣੀ ਗਿਰਾ ਔਰ ਹਰ ਕਹਿ ਕਰਨੀ ਜਦੋਂ ਭਾਈਆ ਜੈ ਰਾਮ ਜੀ ਨੂੰ ਪਤਾ ਲੱਗਾ ਵੀ ਲੇਖੇ ਤੋਂ ਬਾਅਦ ਤਾਂ 321 ਰੁਪਈਏ ਸਗੋਂ ਮਹਾਰਾਜ ਜੀ ਦੇ ਬਚ ਗਏ ਹਨ ਬਹੁਤ ਖੁਸ਼ ਹੋਏ ਉਹ ਜੀ ਭਾਇਓ ਤੀਰ ਪਾਈ ਜਨ ਤਰਨੀ ਕਹਿੰਦੇ ਆਉਂ ਸਮਝ ਲਓ ਜਿਵੇਂ ਡੁੱਬਦੇ ਜਾਂਦੇ ਦਾ ਹੱਥ ਬੇੜੀ ਨੂੰ ਪਿਆ ਜਾਏ ਏਦਾਂ ਧੀਰਜ ਤੇ ਖੁਸ਼ੀ ਹੋਈ ਭਾਈਆ ਜੈ ਰਾਮ ਜੀ ਨੂੰ ਤੂਰਨ ਗਮਨਿਓ ਨਿਕਟ ਨਿਰਪਲ ਉੱਥੋਂ ਹੀ ਫਿਰ ਜੈ ਰਾਮ ਜੀ ਉੱਠ ਕੇ ਸਿੱਧੇ ਨਵਾਬ ਦੀ ਹਵੇਲੀ ਵੱਲ ਨੂੰ ਤੁਰ ਪਏ ਜੀ ਬੋਲਿਓ ਬਾਣੀ ਬਿਸਦ ਬਿਸਲ ਪ੍ਰਸੰਨ ਹੋ ਕੇ ਨਵਾਬ ਦੌਲਤ ਖਾਂ ਦੇ ਕੋਲ ਜਾ ਕੇ ਭਾਈਆ ਜੈ ਰਾਮ ਜੀ ਨੇ ਏਦਾਂ ਬਚਨ ਸ਼ੁਰੂ ਕੀਤਾ ਜੀ ਪੰਜ ਦਿਵਸ ਲਓ ਲੇਖਾ ਕੀਨੂ ਕਹਿਣ ਲੱਗਾ ਨਵਾਬ ਜੀ ਜਿਹੜਾ ਪੰਜਾਂ ਦਿਨਾਂ ਦਾ ਲੇਖਾ ਚੱਲਦਾ ਪਿਆ ਸੀ ਸਗਰੋ ਅਬ ਪੂਰਨ ਭਇਆ ਕੀਨੂ ਉਹ ਲੇਖਾ ਹੁਣ ਸਮਾਪਤ ਹੋ ਗਿਆ ਸਾਰਾ ਹਿਸਾਬ ਕਿਤਾਬ ਹੋ ਗਿਆ ਹੈ
ਸੁਣ ਬੂਝਤ ਨਿਰਪਸੰਸੇ ਜਾਸੂ। ਕਹਿੰਦੇ ਜਿਸ ਨਵਾਬ ਦੇ ਮਨ ਚ ਆਪਣੇ ਵੀ ਬਹੁਤ ਭਾਰੀ ਸ਼ੰਕਾ ਸੀ ਵੀ ਮੋਦੀ ਨੇ ਮੇਰੇ ਨੇ ਲਟਾਈ ਦਿੱਤਾ ਹੁਣ ਸਾਰਾ ਕੁਝ ਤੇ ਹੁਣ ਵੇਖਦੇ ਇਹਨਾਂ ਵੱਲ ਕਿੰਨਾ ਘਾਟਾ ਬਚਦਾ, ਮੇਰੇ ਪੈਸੇ ਕਿੰਨੇ ਬਚਣਗੇ। ਉਹਨੇ ਜਦੋਂ ਨਵਾਬ ਨੇ ਇਹ ਗੱਲ ਭਾਈ ਅਜੈ ਰਾਮ ਜੀ ਤੋਂ ਸੁਣੀ ਤਾਂ ਕਿਸ ਕੀ ਸ਼ੇਸ਼ ਰਹੀ ਕਿਸ ਪਾਸੂ, ਪੁੱਛਣ ਲੱਗਾ ਵੀ ਅੱਛਾ ਲੇਖਾ ਹੋ ਗਿਆ ਪੂਰਾ। ਤੇ ਜੈਰਾਮ ਜੀ ਨੇ ਆਖਿਆ ਹੋ ਗਿਆ ਜੀ। ਕਹਿਣ ਲੱਗਾ ਅੱਛਾ ਫਿਰ ਪੈਸੇ ਕਿਸ ਦੇ ਬਚੇ ਨੇ, ਕਿਸ ਵੱਲ? ਕਹਿ ਜੈਰਾਮ ਸੁਧ ਮੋਹੇ ਨਾ ਸਾਰੀ। ਭਾਈ ਜੈਰਾਮ ਜੀ ਨੇ ਆਖਿਆ ਭਈ ਨਵਾਬ ਜੀ ਮੈਨੂੰ ਤਾਂ ਪਤਾ ਨੀ ਕਿਸ ਦੇ ਪੈਸੇ ਕਿਸ ਵੱਲ ਬਚੇ ਹਨ। ਨਵੀ ਸਿੰਧ ਲਿਜਨਿਹੋ ਹਕਾਰੀ। ਨਵੀ ਸਿੰਧ ਦਾ ਅਰਥ ਹੁੰਦਾ ਮੁਨਸ਼ੀ। ਭਾਈ ਜੈਰਾਮ ਜੀ ਨੇ ਆਖਿਆ ਵੀ ਤੁਸੀਂ ਇਉਂ ਕਰੋ ਆਪਣੇ ਮੁਨਸ਼ੀ ਨੂੰ ਸਦੋ, ਮੈਨੂੰ ਇੰਨਾ ਪਤਾ ਵੀ ਲੇਖਾ ਹੋ ਗਿਆ ਕਿਉਂਕਿ ਉਹ ਲੇਖਾ ਪੂਰਾ ਕਰਕੇ ਚਲੇ ਗਏ ਨੇ, ਤਾਂ ਮੈਂ ਤੁਹਾਨੂੰ ਦੱਸਣ ਵਾਸਤੇ ਆਇਆ, ਪਰ ਪੈਸੇ ਕਿਸ ਦੇ ਕਿਸ ਵੱਲ ਬਚੇ ਮੈਨੂੰ ਕੋਈ ਪਤਾ ਨੀ, ਇਹ ਗੱਲ ਤੁਹਾਡਾ ਮੁਨਸ਼ੀ ਦੱਸੇਗਾ, ਉਸ ਨੂੰ ਸਦੋ ਜੀ। ਮਤ ਸਾਰੇ ਅਗਨ ਸੰਗ ਜਿਹੇ ਛਾਤੀ। ਭਾਈ ਜੈਰਾਮ ਜੀ ਨੇ ਆਖਿਆ ਉਹ ਮੁਨਸ਼ੀ ਜਿਸ ਦੀ ਛਾਤੀ ਈਰਖਾ ਨਾਲ ਸੜਦੀ ਰਹਿੰਦੀ ਸੀ ਹਰ ਵੇਲੇ। ਜਰਤ ਰਹਿਤ ਜੇ ਉਹ ਤਿਆਰਾਤੀ। ਰਾਤੀ ਦਾ ਅਰਥ ਹੁੰਦਾ ਵੈਰੀ, ਏਦਾਂ ਤਾਂ ਵੈਰੀ ਵੀ ਨੀ ਈਰਖਾ ਕਰਦੇ ਜਿਵੇਂ ਤੁਹਾਡਾ ਮੁਨਸ਼ੀ ਮਹਾਰਾਜ ਨਾਲ ਈਰਖਾ ਕਰਦਾ। ਹੁਣ ਉਹਨੂੰ ਸਦੋ ਤੇ ਪੁੱਛੋ ਉਸ ਨੂੰ ਵੀ ਲੇਖਾ ਕਿਸ ਦਾ ਕਿਸ ਵੱਲ ਬਚਿਆ ਹੈ। ਤਬ ਨਵਾਬ ਨਿਜ ਦਾਸ ਪਠਾਇਆ। ਉਸ ਵੇਲੇ ਨਵਾਬ ਦੌਲਤ ਖਾਨ ਨੇ ਆਪਣਾ ਇੱਕ ਸੇਵਕ ਭੇਜਿਆ ਮੁਨਸ਼ੀ ਦੇ ਘਰ ਵੱਲ ਜੀ। ਪੂਰਨ ਆਪਣੇ ਨਿਕਟ ਬੁਲਾਇਆ। ਉਸ ਵੇਲੇ ਆਖਿਆ ਵੀ ਛੇਤੀ ਆ, ਜਿਵੇਂ ਵੀ ਹੈਗਾ ਪਹਿਲਾਂ ਮੇਰੇ ਕੋਲੇ ਪਹੁੰਚ। ਸੱਦਾ ਦੇ ਕੇ ਤਾਂ ਮੁਨਸ਼ੀ ਨੂੰ ਆਪਣੇ ਕੋਲ ਸੱਦ ਲਿਆ ਨਵਾਬ ਨੇ। ਕਿਵ ਗਿਣਤੀ ਮਹਿ ਕੀਨ ਨਬੇਰੀ। ਜਦੋਂ ਮੁਨਸ਼ੀ ਆ ਗਿਆ ਉਹਨੇ ਆਣ ਕੇ ਦੁਆ ਸਲਾਮ ਕੀਤੀ, ਬੈਠ ਗਿਆ ਤੇ ਫਿਰ ਨਵਾਬ ਨੂੰ ਪੁੱਛਦਾ ਵੀ ਜਿਹੜਾ ਲੇਖਾ ਸੀ ਚੱਲਣ ਡਿਆ ਪੰਜਾਂ ਦਿਨਾਂ ਦਾ, ਉਹਦਾ ਕੀ ਨਬੇੜਾ ਹੋਇਆ ਹੈ? ਕਿਸ ਕੀ ਕਿਸ ਦਿਸ਼ ਸ਼ੇਸ਼ ਕਨੇਰੀ। ਕਿਸ ਦੇ ਪੈਸੇ ਕਿਸ ਵੇਲ ਬਚੇ ਨੇ, ਕਿਸ ਦੀ ਰਕਮ ਕਿਸ ਵੇਲ ਕਿਸ ਵੱਲ ਬਚੀ ਆ, ਤੂੰ ਮੈਨੂੰ ਦੱਸਿਆ ਨੀ ਆਣ ਕੇ। ਬੋਲੋ ਬੈਨੂ ਬਦਨ ਬੜ ਬਰੀੜਾ। ਬਰੀੜਾ ਦਾ ਅਰਥ ਹੁੰਦਾ ਸ਼ਰਮਿੰਦਾ, ਲੱਜਾ, ਬਹੁਤਾ ਸ਼ਰਮਿੰਦਾ ਜਿਹੜਾ ਹੋਵੇ। ਕਹਿੰਦੇ ਬੜਾ ਸ਼ਰਮਿੰਦਾ ਹੋਇਆ ਇਹ ਮੁਨਸ਼ੀ ਨਵਾਬ ਦੌਲਤ ਖਾਨ ਨੂੰ ਇੱਦਾਂ ਦੱਸਣ ਲੱਗਾ ਜੀ। ਕਹਿ ਨਾ ਸਕਤ ਜਿਵ ਮਾਨਤ ਪੀੜਾ। ਕਹਿੰਦੇ ਪੀੜ ਨਾਲ ਤੇ ਇਹਦਾ ਹਿਰਦਾ ਭਰਿਆ ਪਿਆ ਸੀ, ਕੁਝ ਬੋਲਣਾ ਚਾਹੁੰਦਾ ਪਰ ਬੋਲ ਮੂੰਹੋਂ ਨਿਕਲਦਾ ਨੀ ਕਿਉਂਕਿ ਚੁਗਲੀ ਬੜੀ ਕਰਦਾ ਸੀ ਆਣ ਕੇ ਨਵਾਬ ਕੋਲ ਮਹਾਰਾਜ ਦੀ, ਵੀ ਵੇਖਿਓ ਜੀ ਇਹਨੇ ਇਹਦੇ ਤੇ ਲਟਾ ਦਿੱਤਾ ਸਾਰਾ ਕੁਝ, ਤੁਹਾਡੀ ਦੌਲਤ ਦੋਵਾਂ ਹੱਥਾਂ ਨਾਲ ਖਰਾਬ ਕਰੀ ਜਾਂਦਾ। ਹੁਣ ਸ਼ਰਮਿੰਦਾ ਹੋਇਆ ਨਵਾਬ ਨੂੰ ਇੱਦਾਂ ਕਹਿਣ ਲੱਗਾ ਅੱਗੋਂ ਜੀ। ਬਿਦਤ ਬਾਦ ਮੋਦੀ ਖੋਏ ਧਨ ਕੋ। ਕਹਿਣ ਲੱਗਾ ਬਿਦਤ ਹੁੰਦਾ ਪ੍ਰਗਟ। ਕਹਿਣ ਲੱਗਾ ਵੀ ਇਹ ਤਾਂ ਗੱਲ ਨਵਾਬ ਸਾਹਿਬ ਪ੍ਰਗਟ ਸੀ ਵੀ ਧਨ ਤੇ ਤੁਹਾਡਾ ਲਟਾ ਰਿਹਾ ਸੀ, ਇਹਦੇ ਵਿੱਚ ਤਾਂ ਕੋਈ ਸ਼ੰਕਾ ਨਹੀਂ, ਦੋਨਾਂ ਹੱਥਾਂ ਨਾਲ ਫਕੀਰਾਂ ਨੂੰ ਦੇਈ ਜਾਂਦਾ। ਚਲੋ ਜਿਹੜਾ ਲੇਖੇ ਚ ਲਿਖਿਆ ਜਾਣਾ ਭਈ ਤੁਹਾਡੀ ਫੌਜ ਲੈ ਗਈ ਤੁਹਾਡੇ ਘਰੇ ਆ ਗਿਆ ਜਿਹਨੂੰ ਤੁਸੀਂ ਭੇਜ ਦਿੱਤਾ, ਉਹ ਤਾਂ ਖਾਤੇ ਚ ਪਵੇਗਾ, ਤੇ ਫਕੀਰਾਂ ਨੇ ਕਿੱਥੋਂ ਪੈਸੇ ਦੇਣੇ ਸਨ ਇਹਨੂੰ, ਉਹ ਤਾਂ ਫਰੀ ਚ ਲਈ ਜਾਂਦੇ ਸਨ। ਇਹ ਤਾਂ ਗੱਲ ਪ੍ਰਗਟ ਹੈ, ਲਟਾ ਤਾਂ ਰਿਹਾ ਸੀ ਇਹ ਦੋਨਾਂ ਹੱਥਾਂ ਨਾਲ। ਦੇ ਤਸਦਾ ਰੰਕਣ ਆਨਗਾਨ ਕੋ। ਰੰਕਣ ਹੁੰਦੇ ਗਰੀਬ, ਪਤਾ ਨੀ ਕਿੰਨੇ ਗਰੀਬ ਸਵੇਰ ਤੋਂ ਸ਼ਾਮ ਤੱਕ ਇਹਦੇ ਕੋਲ ਲੈਣ ਵਾਸਤੇ ਆਉਂਦੇ ਸਨ, ਦੂਰੋਂ ਦੂਰੋਂ ਪਿੰਡਾਂ ਚੋਂ ਇਲਾਕੇ ਚੋਂ। ਲੇਖੇ ਮਹਿ ਨਿਤ ਸ਼ੇਖ ਨਿਕਾਸਾ। ਪਰ ਹੁਣ ਲੇਖਾ ਹੋਇਆ ਤਾਂ ਪੰਜਾਂ ਦਿਨਾਂ ਬਾਅਦ ਮੈਂ ਵੇਖਿਆ ਵੀ ਪੈਸੇ ਉਹਦੇ ਨਿਕਲ ਗਏ ਹਨ। ਜਾਏ ਨਾ ਪਾਇਓ ਕੁਛ ਤੇ ਆਸ਼ਾ। ਕਹਿੰਦੇ ਮੇਰੇ ਕੋਲ ਤਾਂ ਸਮਝ ਨੀ ਆਉਂਦੀ ਵੀ ਕੀ ਇਹ ਆਸ਼ਾ, ਮੇਰੀ ਸਮਝ ਚ ਨੀ ਆਉਂਦਾ ਵੀ ਇਹ ਕੀ ਕਲਾ ਵਰਤੀ ਹੈ। ਪੈਸੇ ਤਾਂ ਪ੍ਰਗਟ ਲਟਾਉਂਦਾ ਸੀ, ਗਰੀਬਾਂ ਨੂੰ ਬਹੁਤ ਦਿੱਤਾ ਉਹਨੇ, ਪਰ ਹੁਣ ਲੇਖਾ ਆਇਆ ਤਾਂ ਪੈਸੇ ਉਸ ਦੇ ਬਚ ਗਏ ਹਨ, ਇਹ ਨੀ ਮੈਨੂੰ ਸਮਝ ਆਇਆ ਵੀ ਕੀ ਗੱਲ ਹੋਈ ਹੈ। ਅਬ ਮੈਂ ਲੇਖਾ ਕੀਨ ਸ਼ੁਮਾਰ। ਕਹਿੰਦਾ ਮੈਂ ਤਾਂ ਬਹੁਤ ਧਿਆਨ ਨਾਲ ਬਰੀਕੀ ਨਾਲ ਲੇਖਾ ਕੀਤਾ ਸਾਰਾ। ਬਹੁਰ ਬਹੁਰ ਲਿਖ ਬਹੁਤ ਵਿਚਾਰ। ਤੇ ਫਿਰ ਇੱਕ ਵਾਰ ਨੀ ਕਈ ਵਾਰ, ਬਹੁਰ ਬਹੁਰ ਹੁੰਦਾ ਮੁੜ ਮੁੜ ਕੇ, ਮੈਂ ਮੁੜ ਮੁੜ ਕੇ ਲੇਖਾ ਕੀਤਾ, ਜਿੱਥੇ ਮੈਨੂੰ ਸ਼ੰਕਾ ਪੈਂਦਾ ਸੀ ਉਹਨੂੰ ਮੈਂ ਕਈ ਵਾਰ ਵਿਚਾਰਿਆ ਪਰ ਕੋਈ ਪੇਸ਼ ਨੀ ਗਈ ਮੇਰੀ। ਗਿਣੇ ਤੀਨ ਸੈ ਸੰਗ ਇੱਕੀ ਸੈ। ਤੇ ਜਦੋਂ ਗਿਣਤੀ ਕੀਤੀ ਸਾਰੇ ਲੇਖੇ ਤੋਂ ਬਾਅਦ 321 ਰੁਪਈਏ। ਤੁਮ ਦਿਸ਼ ਪਹੁੰਚੇ ਸੁਣੋ ਸ਼ਤੀਸ਼ਾ। ਆਖਿਆ ਸ਼ਤੀਸ਼ਾ ਦਾ ਹੁੰਦਾ ਧਰਤੀ ਦਾ ਰਾਜਾ। ਕਹਿਣ ਲੱਗਾ ਨਵਾਬ ਜੀ 321 ਰੁਪਈਏ ਤੁਹਾਨੂੰ ਦੇਣੇ ਪੈਣੇ ਆ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਨੂੰ। ਨਵਾਬ ਨਵਾਬ ਬੋਲਿਓ ਬਿਸਮਾਨਿਓ। ਕਹਿੰਦੇ ਹੈਰਾਨ ਹੋ ਗਿਆ ਸੁਣ ਕੇ ਜੀ ਨਵਾਬ ਦੌਲਤ ਖਾਂ, ਬਹੁਤ ਹੈਰਾਨ ਹੋ ਕੇ ਫਿਰ ਨਵਾਬ ਨੇ ਇੱਦਾਂ ਆਖਿਆ। ਮੁਝ ਟਿਕ ਬਹੁਤ ਨੂੰ ਆਣ ਬਖਾਨਿਓ। ਕਹਿਣ ਲੱਗਾ ਵੀ ਮੈਨੂੰ ਤਾਂ ਬਹੁਤ ਲੋਕ ਆਣ ਕੇ ਕਹਿੰਦੇ ਸਨ, ਤੂੰ ਵੀ ਮੈਨੂੰ ਆਣ ਕੇ ਕਹਿੰਦਾ ਹੁੰਦਾ ਸਾਂ। ਮੋਦੀ ਹੋਏ ਪਲਾਇਨ ਕਭੀ। ਪਲਾਇਨ ਦਾ ਅਰਥ ਹੁੰਦਾ ਭੱਜ ਜਾਣਾ। ਤੁਸੀਂ ਕਹਿੰਦੇ ਸੋ ਵੀ ਮੋਦੀ ਨੇ ਭੱਜ ਜਾਣਾ, ਦੌੜ ਜਾਣਾ, ਰਾਤ ਹੀ ਨਿਕਲ ਜਾਏਗਾ ਸਾਰਾ ਉਜਾੜਾ ਪਾ ਕੇ। ਹੋਰ ਲੋਕ ਵੀ ਮੈਨੂੰ ਆਣ ਕੇ ਕਹਿੰਦੇ ਸਨ। ਦਰਬ ਸੰਭਾਲ ਲਿਹੋ ਨਿਜ ਸਭੀ। ਸਭ ਮੈਨੂੰ ਕਹਿੰਦੇ ਸੀ ਆਪਣਾ ਧਨ ਸੰਭਾਲ, ਆਪਣੀ ਹੱਟ ਸੰਭਾਲ, ਆਪਣੀ ਸਮੱਗਰੀ ਸੰਭਾਲ ਲਾ, ਨਹੀਂ ਤੇ ਇਹਨੇ ਸਾਰਾ ਕੁਝ ਉਜਾੜ ਕੇ ਦੌੜ ਜਾਣਾ ਹੈ। ਦੁਸ਼ਟ ਪਿਛਣ ਬੋਤ ਬਚਨ ਝੂਠੇ। ਹੁਣ ਨਵਾਬ ਨੂੰ ਥੋੜਾ ਸਾਧ ਸਿੰਘ ਜੀ ਤਿਣਕਾ ਮਾਤਰ ਭਰੋਸਾ ਆਇਆ। ਕਹਿੰਦਾ ਦੁਸ਼ਟ ਲੋਕ ਸਨ ਜਿਹੜੇ ਝੂਠੇ ਬਚਨ ਆਣ ਕੇ ਕਹਿੰਦੇ ਸਨ ਮੇਰੇ ਮੋਦੀ ਦੇ ਖਿਲਾਫ਼। ਦੇਖ ਸਕੇ ਨਹਿ ਮਤ ਸਰ ਮੂਠੇ। ਉਹ ਕਹਿਣ ਲੱਗਾ ਮੁਨਸ਼ੀ ਮੈਨੂੰ ਪਤਾ ਲੱਗ ਗਿਆ ਅਸਲ ਵਿੱਚ ਮਤ ਸਰ ਹੁੰਦੀ ਈਰਖਾ। ਅਸਲ ਵਿੱਚ ਤੁਸੀਂ ਈਰਖਾ ਕਰਦੇ ਜੇ ਸਾਰੇ ਉਹਦੇ ਨਾਲ,
ਉਹਦੀ ਚੜ੍ਹਦੀ ਕਲਾ ਉਹਦੀ ਵਡਿਆਈ ਦੇਖ ਨਹੀਂ ਸਕਦੇ, ਇਸ ਕਰਕੇ ਝੂਠੀਆਂ ਆਣ ਆਣ ਕੇ ਤੁਸੀਂ ਤੋਹਮਤਾਂ ਲਾਉਂਦੇ ਸੋ। ਦਾਨ ਦੇਣ ਤੇ ਸਰ ਸਤ ਮੋਦੀ, ਇਹ ਜਿਹੜੇ ਪੈਸੇ ਮੋਦੀ ਦੇ ਬਚ ਗਏ ਨਾ, ਇਸੇ ਕਰਕੇ ਬਚ ਗਏ ਕਿਉਂਕਿ ਉਹ ਦਾਨੀ ਬੰਦਾ ਤੇ ਦਾਨ ਦੇਣ ਵਾਲੇ ਥਾਂ ਤੇ ਕਦੇ ਘਾਟਾ ਨਹੀਂ ਪੈਂਦਾ ਹੁੰਦਾ, ਉੱਥੇ ਸਦਾ ਵਾਧਾ ਹੀ ਪੈਂਦਾ ਜਿੱਥੇ ਦਾਨ ਦੇਈਏ। ਆਸ ਕਹਿ ਤੂਸ਼ਣ ਭੂਪਤ ਲੋਧੀ, ਇਉਂ ਕਹਿ ਗਏ ਤੇ ਉਹ ਲੋਧੀ ਸਾਹਿਬ ਸਿੰਘ ਜੀ ਚੁੱਪ ਕਰ ਗਿਆ, ਨਵਾਬ ਦੌਲਤ ਖਾਂ। ਤਬ ਜੈ ਰਾਮ ਬੋਲਿਓ ਸੁਣ ਰਾਉ, ਜਦੋਂ ਮੁਨਸ਼ੀ ਨਾਲ ਗੱਲਬਾਤ ਸਾਰੀ ਹੋ ਗਈ ਨਵਾਬ ਦੀ, ਨਵਾਬ ਨੇ ਝਿੜਕਾਂ ਵੀ ਮਾਰੀਆਂ ਉਹਨੂੰ ਜਾਦੂ ਰਾਏ ਨੂੰ, ਫਿਰ ਭਾਈਆ ਜੈ ਰਾਮ ਜੀ ਕੋਲੋਂ ਬੋਲੇ ਹਨ, ਮੋਦੀ ਕਰਤ ਦੁਖਾਓ ਨਾ ਕਾਉ। ਭਾਈਆ ਜੈ ਰਾਮ ਜੀ ਨੇ ਆਖਿਆ, ਨਵਾਬ ਜੀ ਜਿਹੜਾ ਤੁਹਾਡਾ ਮੋਦੀ ਹੈ ਨਾ, ਅਸਲ ਵਿੱਚ ਉਹ ਕਿਸੇ ਦਾ ਹਿਰਦਾ ਨਹੀਂ ਦਿਖਾਉਂਦਾ, ਉਹ ਏਡਾ ਪਰਪਕਾਰੀ ਹੈ, ਏਡਾ ਭਲਾ ਪੁਰਸ਼ ਹੈ। ਧਨ ਸੰਚੈ ਨਰਜੇ ਪਰਪੰਚੀ, ਆਖਿਆ ਹੇਰਾ ਫੇਰੀ ਕਰਕੇ ਚੋਰੀ ਕਰਕੇ ਪਰਪੰਚ ਹੁੰਦਾ ਠੱਗੀ ਕਰਨੀ, ਠੱਗੀ ਕਰਕੇ ਉਹ ਲੋਕ ਧਨ ਇਕੱਠਾ ਕਰਦੇ ਹਨ। ਦਾਨ ਦੇਤ ਸੋ ਰਖਤ ਨਾ ਸੰਚੀ, ਜਿਹੜੇ ਬੰਦੇ ਸੰਕੀਰਣ ਹੁੰਦੇ ਸੋਚਦੇ ਉਹ ਠੱਗੀ ਚੋਰੀ ਫਰੇਬ ਕਰਕੇ ਧਨ ਇਕੱਠਾ ਕਰਦੇ, ਤੁਹਾਡਾ ਮੋਦੀ ਏਦਾਂ ਏਡਾ ਭਲਾ ਤੇ ਨੇਕ ਆਦਮੀ ਹੈ, ਉਹ ਤਾਂ ਆਪਣੇ ਪੈਸਿਆਂ ਨੂੰ ਵੀ ਦਾਨ ਵਿੱਚ ਦੇ ਦਿੰਦਾ, ਉਹ ਤਾਂ ਆਪਣੀ ਮਾਇਆ ਵੀ ਇਕੱਠੀ ਕਰਕੇ ਨਹੀਂ ਰੱਖਦਾ, ਤੇ ਜਿੱਥੇ ਦਾਨ ਦਿੱਤਾ ਜਾਵੇ ਉੱਥੇ ਘਾਟਾ ਕਿਵੇਂ ਪੈ ਸਕਦਾ ਹੈ। ਕਿਸ਼ਨ ਸਭਾ ਮੈਂ ਸੁਣ ਕਰ ਲਾਜੇ, ਕਹਿੰਦੇ ਉਹਦੀ ਦੌਲਤ ਖਾਂ ਦੀ ਸਭਾ ਚ ਸਾਰੇ ਚੁਗਲਖੋਰ ਬੜੇ ਸ਼ਰਮਿੰਦੇ ਹੋਏ, ਬੜੀ ਲੱਜਾ ਆਈ ਸਾਰਿਆਂ ਨੂੰ ਜੀ। ਸਭ ਪਰ ਸ਼੍ਰੀ ਨਾਨਕ ਜਸ ਸਾਜੇ, ਕਹਿੰਦੇ ਸਾਰਿਆਂ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਵਡਿਆਈ ਭਾਰੀ ਪੈ ਗਈ ਜੀ। ਜਿਉਂ ਰਵ ਉਦੈ ਹੋਏ ਬਿਦ ਨੇਕੀ, ਸਮਝ ਲਓ ਜਿਵੇਂ ਸੂਰਜ ਚੜ ਜਾਵੇ ਚੰਗੇ ਤਰੀਕੇ ਨਾਲ, ਜਦੋਂ ਸੂਰਜ ਚੜ ਜਾਂਦਾ ਸਵੇਰੇ, ਦੀਪਕ ਦੀਪਤ ਪਰ ਹੈ ਫੀਕੀ, ਸੂਰਜ ਦੇ ਚੜਿਆ ਜਿਵੇਂ ਦੀਪਕ ਦੀਵਿਆਂ ਦਾ ਪ੍ਰਕਾਸ਼ ਮੱਠਾ ਪੈ ਜਾਂਦਾ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਦੇ ਸਾਹਮਣੇ ਇਹਨਾਂ ਚੁਗਲਖੋਰਾਂ ਦੀ ਇੱਕ ਪੇਸ਼ ਨਹੀਂ ਗਈ, ਇਹ ਵੀ ਸਤਸੰਗ ਜੀ ਮੱਠੇ ਹੀ ਪੈ ਗਏ, ਸਮਝ ਲਓ ਤੁਸੀਂ। ਦੌਲਤ ਖਾਨ ਸਮਝ ਸਭ ਭਾਂਤੀ, ਦੌਲਤ ਖਾਨ ਨਵਾਬ ਨੇ ਸਾਰਾ ਸਮਝ ਲਿਆ ਵੀ ਅਸਲ ਵਿੱਚ ਇਹ ਈਰਖਾ ਕਰਦੇ ਨੇ, ਉਹਦੇ ਨਾਲ ਤਾਂ ਆਣ ਕੇ ਚੁਗਲੀ ਨਿੰਦਿਆ ਕਰਦੇ ਹਨ। ਹੁਣ ਨਵਾਬ ਦੌਲਤ ਖਾਂ ਨੇ ਸੋਚਿਆ ਵੀ ਚਲੋ ਮਹਾਰਾਜ ਜੀ ਨੂੰ ਅੱਗੇ ਕਾਰ ਕਰਨ ਵਾਸਤੇ ਬਹੁਤ ਸਾਰਾ ਧਨ ਹੋਰ ਦੇਵਾਂ ਮੈਂ। ਕੋਸ਼ਪ ਦਾਸ ਪਠਾਏ ਬੁਲਾਇਆ, ਕੋਸ਼ਪ ਕਹਿੰਦੇ ਖਜ਼ਾਨਚੀ ਨੂੰ, ਕਹਿੰਦੇ ਨੇ ਇੱਕ ਸੇਵਕ ਭੇਜ ਕੇ ਤੇ ਨਵਾਬ ਨੇ ਆਪਣਾ ਖਜ਼ਾਨਚੀ ਸੱਦ ਲਿਆ ਜੀ। ਨਿਕਟ ਬਿਠਾਇਓ ਬਚਨ ਲਾਇਆ, ਉਹਨੂੰ ਖਜ਼ਾਨਚੀ ਨੂੰ ਕੋਲ ਬਿਠਾ ਕੇ ਏਦਾਂ ਨਵਾਬ ਨੇ ਉਹਨੂੰ ਆਖਿਆ ਜੀ, ਸੁਣੋ ਭਵਾਨੀ ਦਾਸ ਤੂਰਨ, ਉਹਦਾ ਨਾਂ ਭਵਾਨੀ ਦਾਸ ਸੀ ਖਜ਼ਾਨਚੀ ਦਾ, ਉਹਨੂੰ ਕੋਲ ਸੱਦ ਕੇ ਨਵਾਬ ਦੌਲਤ ਖਾਂ ਕਹਿਣ ਲੱਗਾ, ਭਵਾਨੀ ਦਾਸ ਮੇਰੀ ਗੱਲ ਧਿਆਨ ਨਾਲ ਸੁਣ, ਦੀਜੈ ਮੋਦੀ ਸ਼ੇਖ ਸੰਪੂਰਨ, ਜਿਹੜੇ 321 ਰੁਪਈਏ ਮੋਦੀ ਦੇ ਬਚੇ ਨੇ ਉਹ ਵੀ ਉਹਨੂੰ ਦੇ, ਉਹਦੇ ਤੋਂ ਬਿਨਾਂ ਉਹਨੂੰ ਹੋਰ ਬਹੁਤ ਸਾਰੀ ਮਾਇਆ ਦੇ ਰਸਦ ਬਸਤ ਲਿਆਉਣ ਵਾਸਤੇ। 3000 ਦੇਹੋ ਧਨ ਔਰੀ, ਉਹਨੇ ਭਵਾਨੀ ਦਾਸ ਨੇ ਪੁੱਛਿਆ ਭਾਈ ਕਿੰਨੇ ਪੈਸੇ ਦਵਾਂ ਜੀ, ਤੇ ਨਵਾਬ ਦੌਲਤ ਖਾਂ ਕਹਿੰਦਾ ਵੀ 321 ਉਹਦੇ ਦੇ ਜਿਹੜੇ ਉਹਦੇ ਬਣਦੇ ਨੇ, ਤੇ 3000 ਰੁਪਇਆ ਉਹਨੂੰ ਬਾਕੀ ਰਸਤਾ ਲਿਆਉਣ ਵਾਸਤੇ ਬਾਕੀ ਕੰਮ ਵਾਸਤੇ ਦੇ ਸਾਰਾ। ਅੱਗੇ ਚੱਲ ਹੈ ਕਾਰ ਬਹੋਰੀ, ਕਿਉਂਕਿ ਅੱਗੇ ਫੇਰ ਇਸੇ ਤਰ੍ਹਾਂ ਕਾਰਜ ਚੱਲਦਾ ਰਹਿਣਾ ਚਾਹੀਦਾ, ਇਸ ਕਰਕੇ 3000, ਕਿਉਂਕਿ 300 ਹੀ ਰਕਮ ਉਸ ਵੇਲੇ ਸਾਧ ਸੰਗਤ ਜੀ ਬਹੁਤ ਵੱਡੀ ਸੀ, 3000 ਤਾਂ ਬਹੁਤ ਹੀ ਵੱਡੀ ਰਕਮ ਸੀ ਨਾ, ਤੇ ਉਹ ਕਹਿਣ ਲੱਗਾ ਉਹਨੂੰ ਭਵਾਨੀ ਦਾਸ ਨੂੰ ਆਪਣੇ ਖਜ਼ਾਨਚੀ ਨੂੰ ਵੀ 3000 ਉਹਨੂੰ ਦਿਓ ਅੱਗੇ ਕੰਮ ਕਰਨ ਵਾਸਤੇ, ਤੇ 321 ਜਿਹੜੇ ਉਸਦੇ ਬਚਦੇ ਉਹ ਵੀ ਸਾਰੇ ਦਿਓ ਉਸ ਨੂੰ। ਸੁਣ ਕਰ ਗਮ ਨੂੰ ਜਹਾਂ ਖਜ਼ਾਨਾ, ਇਹ ਖਜ਼ਾਨਚੀ ਸਾਧ ਸੰਗਤ ਜੀ ਸੁਣ ਕੇ ਤੇ ਜਿੱਥੇ ਖਜ਼ਾਨਾ ਸੀ ਉੱਥੇ ਪਹੁੰਚ ਗਿਆ। ਨਿਕਟ ਹਕਾਰਿਓ ਕਿਰਪਾ ਨਿਧਾਨ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਸੁਨੇਹਾ ਭੇਜ ਦਿੱਤਾ ਕਿ ਆਣ ਕੇ ਆਪਣੀ ਰਕਮ ਲੈ ਲਓ, ਤੇ ਜਿਹੜੀ ਦੂਸਰੀ ਰਕਮ ਚਾਹੀਦੀ ਹੈ ਮੋਦੀ ਦੀ ਕਾਰ ਕਰਨ ਵਾਸਤੇ ਹੱਟ ਦੀ, ਉਹ ਵੀ ਆਣ ਕੇ ਲੈ ਜਾਓ ਸਾਰੀ। ਗਿਣ ਕਰ ਧੰਨ ਦੀਨੀ ਤਿੰਨ ਥਾਤੀ, ਕਹਿੰਦੇ ਨੇ ਧਨ ਗਿਣ ਕੇ ਥੈਲੀਆਂ ਚ ਪਾ ਕੇ ਖਜ਼ਾਨਚੀ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੱਖ ਦਿੱਤਾ ਜੀ। ਤੇ ਛਾਤੀ ਯਰਤ ਅਰਾਤੀ, ਕਹਿੰਦੇ ਜਿਸ ਕਰਕੇ ਵੈਰੀਆਂ ਦੀ ਛਾਤੀ ਸੜਦੀ ਸੀ, ਹੋਰ ਸਾਧ ਸੰਗਤ ਜੀ ਉਹਨਾਂ ਦੀ ਹਿੱਕ ਤੇ ਦੀਵਾ ਬਲਿਆ, ਜਦੋਂ ਮਹਾਰਾਜ ਜੀ ਨੂੰ ਖੁਸ਼ ਹੋ ਕੇ 3000 ਇੱਕੋ ਵਾਰੀ ਦੇ ਦਿੱਤਾ ਨਵਾਬ ਨੇ ਦੁਕਾਨ ਵਾਸਤੇ, ਤੇ ਬਾਕੀ ਜਿਹੜੇ ਮਹਾਰਾਜ ਦੇ ਬਚਦੇ ਸਨ ਆਪਣੇ ਉਹ ਵੀ ਦੇ ਦਿੱਤੇ ਜੀ। ਕੰਧੇ ਉਹ ਚਾਏ ਮਹਿ ਕਹਿ ਬਾਲਾ, ਭਾਈ ਬਾਲਾ ਜੀ ਕਹਿੰਦੇ ਵੀ ਉਹ ਜਿਹੜੀ ਮਾਇਆ ਸੀ ਥੈਲੀਆਂ ਚ ਪਾਈ ਮੈਂ ਆਪਣੇ ਮੋਢਿਆਂ ਉੱਤੇ ਰੱਖ ਲਈ ਜੀ। ਆਪਣ ਘਰ ਆਣੇ ਤਤਕਾਲ, ਬੇਬੇ ਨਾਨਕੀ ਜੀ ਦੇ ਘਰ ਨੂੰ ਆ ਗਏ ਅਸੀਂ, ਮੈਂ ਤੇ ਮਹਾਰਾਜ ਉਸੇ ਵੇਲੇ, ਭਾਈ ਬਾਲਾ ਜੀ ਦੱਸ ਰਹੇ ਹਨ। ਚੱਲ ਜੈ ਰਾਮ ਤਤ ਹੇਠਾਂ ਆਵਾ, ਮਹਾਰਾਜ ਤੋਂ ਬਾਅਦ ਫਿਰ ਕਹਿੰਦੇ ਨੇ ਨਵਾਬ ਕੋਲੋਂ ਉੱਠ ਕੇ ਭਾਈਆ ਜੈ ਰਾਮ ਜੀ ਵੀ ਆਪਣੇ ਘਰ ਆ ਗਏ ਜੀ। ਸੁਖ ਦਾ ਪਿੱਖ ਹਿਰਦਾ ਹਰ ਖਾਵਾ, ਸੁਖ ਦੇਣ ਵਾਲੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਘਰ ਚ ਬੈਠਾ ਦੇਖ ਕੇ ਭਾਈਆ ਜੈ ਰਾਮ ਜੀ ਬਹੁਤ ਖੁਸ਼ ਹੋਏ, ਉਹਨਾਂ ਦਾ ਹਿਰਦਾ ਹੀ ਪ੍ਰਸੰਨ ਹੋ ਗਿਆ। 3000 ਲੀਨ ਕਰ ਨਿਆਰੋ, ਕਹਿੰਦੇ 3000 ਘਰ ਆਣ ਕੇ ਭਾਈ ਬਾਲਾ ਜੀ ਕਹਿੰਦੇ ਵੀ 3000 ਨਿਆਰੋ ਦਾ ਹੁੰਦਾ ਵੱਖਰਾ ਅਰਥ,
ਕਹਿੰਦੇ 3000 ਅਸੀਂ ਇੱਕ ਪਾਸੇ ਵੱਖਰਾ ਕਰ ਲਿਆ ਜਿਹੜਾ ਨਵਾਬ ਨੇ ਹੱਟ ਦਾ ਕਾਰਜ ਕਰਨ ਵਾਸਤੇ ਦਿੱਤਾ ਸੀ। ਤਰਿਓ ਜੈ ਰਾਮ ਧਾਮ ਸੋ ਸਾਰੋ, ਕਹਿੰਦੇ ਉਹ 3000 ਰੁਪਇਆ ਵੱਖਰਾ ਕਰਕੇ ਭਾਈਆ ਜੈ ਰਾਮ ਜੀ ਨੂੰ ਦੇ ਦਿੱਤਾ ਸੰਭਾਲਣ ਵਾਸਤੇ। ਰਹਾ ਛੇ ਖੇਤ ਆਪਣ ਕਾਜ, ਜਿਹੜੇ ਮਹਾਰਾਜ ਜੀ ਦੇ 321 ਸਨ ਉਹ ਆਪਣੇ ਕੰਮ ਲਈ ਆਪ ਵਰਤਣ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਰੱਖ ਲਏ। ਸੌਦਾ ਲੀਨ ਗਰੀਬ ਨਵਾਜ, ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਉਹ ਸੌਦੇ ਦਾ ਮੋਦੀ ਦਾ ਕਾਰਜ ਜਿਹੜਾ ਸੀ ਕੰਮ ਅੱਗੇ ਸ਼ੁਰੂ ਕਰ ਦਿੱਤਾ ਜੀ। ਕਰਨ ਲੱਗੇ ਕਾਰਜ ਪੁਨ ਤੈਸੇ, ਉਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਜੀ ਫੇਰ ਕਾਰਜ ਕਰਨ ਲੱਗ ਪਏ ਹਨ। ਮਨ ਉਧਾਰਤਾ ਪੂਰਨ ਜੈਸੇ, ਉਧਾਰਤਾ ਹੁੰਦਾ ਸਤਸੰਗ ਜੀ ਵੱਡਾ ਹਿਰਦਾ ਰਾਜਿਆਂ ਵਰਗਾ। ਕਹਿੰਦੇ ਬਸ ਪਹਿਲਾਂ ਦੀ ਤਰ੍ਹਾਂ ਸੱਚੇ ਪਾਤਸ਼ਾਹ ਜੀ ਵੱਡੇ ਹਿਰਦੇ ਨਾਲ ਗਰੀਬਾਂ ਨੂੰ ਫਿਰ ਦੇਣ ਲੱਗ ਪਏ। ਫਿਰ ਮਹਾਰਾਜ ਨੇ ਅਗਲੇ ਦਿਨ ਤੋਂ ਉਹੀ ਕੰਮ ਸ਼ੁਰੂ ਕਰ ਦਿੱਤਾ ਜੀ। ਆਮ ਹੈ ਭੋਜਨ ਸਭੈ ਭਿਖਾਰੀ, ਜਿੰਨੇ ਭਿਖਾਰੀ ਆਉਂਦੇ ਨੇ ਸਭ ਆਣ ਕੇ ਰੱਜ ਕੇ ਇੱਥੋਂ ਲੈ ਕੇ ਜਾਂਦੇ, ਭੋਜਨ ਮਿਲਦਾ ਸਾਰਿਆਂ ਨੂੰ। ਲੈ ਆਹਾਰ ਨਿਰਪ ਸੈਨਾ ਸਾਰੀ, ਤੇ ਫਿਰ ਰਾਜੇ ਦੀ ਸਾਰੀ ਸੈਨਾ ਵੀ ਉੱਥੋਂ ਹੀ ਲੈਂਦੀ ਹੈ ਜੀ। ਖਾਵੋ ਖਰਚ ਹੋ ਰਲ ਮਿਲ ਭਾਈ, ਮਹਾਰਾਜ ਦੇ ਪਵਿੱਤਰ ਬਚਨ ਨੇ ਗੁਰਮੁਖੋ, ਜੇ ਆਪਣੀ ਕਮਾਈ ਵਿੱਚ ਬਰਕਤ ਪਾਉਣਾ ਚਾਹੁੰਦੇ ਹਾਂ ਤੇ ਭਲੇ ਕੰਮਾਂ ਵਾਸਤੇ ਵੀ ਕੁਝ ਖਰਚੋ ਕੁਝ ਖਾਓ ਰਲ ਮਿਲ ਕੇ, ਜਦੋਂ ਆਪਾਂ ਏਦਾਂ ਕਰਾਂਗੇ ਕਦੇ ਵੀ ਤੋਟ ਨਹੀਂ ਆਵੇਗੀ। ਤੋਟ ਨ ਆਵੇ ਵਧ ਦੋ ਜਾਈ, ਹਜ਼ੂਰ ਦੇ ਬਚਨ ਨੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੇ ਜਿੱਥੇ ਤੁਸੀਂ ਇਹ ਪਰਉਪਕਾਰ ਲਈ ਪੈਸਾ ਵਰਤਣਾ ਸ਼ੁਰੂ ਕਰ ਦੋਗੇ ਕਦੇ ਤੋਟ ਨਹੀਂ ਆਵੇਗੀ, ਉੱਥੇ ਵਾਧਾ ਹੀ ਪਵੇਗਾ ਸਦਾ। ਬਾਬ ਜੈ ਰਾਮ ਧਾਮ ਨਿਜ ਆਇਆ, ਕਹਿੰਦੇ ਨੇ ਜਦੋਂ ਭਾਈਆ ਜੈ ਰਾਮ ਜੀ ਆਪਣੇ ਘਰ ਆਏ ਸਨ ਤਾਂ ਕਾਲੂ ਤਨੀਆ ਵਾ ਕੇ ਲਾਇਆ, ਬਾਬਾ ਕਾਲੂ ਜੀ ਦੀ ਪੁੱਤਰੀ ਬੇਬੇ ਨਾਨਕੀ ਨੇ ਆਪਣੇ ਪਤੀ ਨੂੰ ਦੇਖ ਕੇ ਤੇ ਏਦਾਂ ਪੁੱਛਿਆ ਜੀ, ਕਿਸ ਵਿਧ ਭਇਓ ਭਰਾਤ ਕੋ ਲੇਖਾ, ਬੇਬੇ ਨਾਨਕੀ ਜੀ ਨੇ ਆਪਣੇ ਪਤੀ ਨੂੰ ਆਖਿਆ ਵੀ ਹਾਂ ਮੇਰੇ ਭਰਾ ਦਾ ਲੇਖਾ ਸੀ ਤੇ ਲੇਖੇ ਦਾ ਕੀ ਬਣਿਆ ਜੀ, ਕਿਸ ਕੀ ਕਿਸ ਦੇਸ਼ ਨਿਖ ਸੀ ਸਿੱਖ, ਕਿਸ ਦੇ ਪੈਸੇ ਕਿਸ ਵੱਲ ਨਿਕਲੇ ਨੇ ਦੱਸੋ ਜਰਾ, ਕਿਉਂਕਿ ਬੇਬੇ ਨਾਨਕੀ ਜੀ ਨੂੰ ਤਾਂ ਪਹਿਲਾਂ ਹੀ ਪਤਾ ਉਹ ਤਾਂ ਭਰੋਸੇ ਵਾਲੇ ਨੇ, ਪਰ ਭਾਈਆ ਜੈ ਰਾਮ ਦਾ ਹੀ ਮਨ ਡੋਲ ਜਾਂਦਾ ਆਪਣੇ ਸੰਸਕਾਰਾਂ ਕਰਕੇ। ਹੁਣ ਉਹਨਾਂ ਨੂੰ ਪੁੱਛਦੇ ਪਏ, ਕਹਿੰਦੇ ਦੱਸੋ ਜੀ ਜਿਹੜਾ ਲੇਖਾ ਚੱਲਦਾ ਪਿਆ ਸੀ ਤੁਸੀਂ ਹੁਣ ਉੱਥੋਂ ਹੋ ਕੇ ਆਏ ਜੇ ਨਵਾਬ ਕੋਲੋਂ, ਤੇ ਇਹ ਮੇਰੇ ਵੀਰ ਦੇ ਲੇਖੇ ਦਾ ਕੀ ਬਣਿਆ, ਕਿਸ ਦੇ ਪੈਸੇ ਕਿਸ ਵੱਲ ਬਚੇ ਹਨ। ਰਹੀ ਕਾਰ ਕੇ ਤਜੀ ਬਹੋਰੀ, ਬੇਬੇ ਨਾਨਕ ਜੀ ਕਹਿਣ ਲੱਗੇ ਛੱਡ ਦਿੱਤਾ ਕੰਮ ਮੇਰੇ ਵੀਰ ਨੇ ਮੋਦੀ ਦਾ ਕਿ ਕਰਨ ਲੱਗ ਪਏ ਆ, ਮਤਲਬ ਇਹ ਪਿਛਲੀ ਵਾਰ ਜੋ ਏਦਾਂ ਹੋਇਆ ਸੀ, ਇਸ ਕਰਕੇ ਹੁਣ ਪੁੱਛਦੇ ਨੇ ਵੀ ਤੁਹਾਨੂੰ ਘੜੀ ਕੁ ਪਿੱਛੋਂ ਭਰਮ ਪੈ ਜਾਂਦਾ ਹੈ, ਤੁਸੀਂ ਫਿਰ ਲੇਖੇ ਦੀ ਆਪਣਾ ਮਨ ਸ਼ੰਕੇ ਚ ਕਰਕੇ ਤੇ ਲੇਖੇ ਤੱਕ ਗੱਲ ਲੈ ਜਾਂਦੇ ਜੇ, ਹੁਣ ਦੱਸੋ ਕੀ ਬਣਿਆ, ਮੇਰੇ ਭਰਾ ਨੇ ਕੰਮ ਛੱਡ ਦਿੱਤਾ ਕਿ ਕਰਦੇ ਹਨ। ਜਿਸ ਪੰਜ ਲਓ ਗਿਣਤੀ ਟੋਰੀ, ਕਿਉਂਕਿ 5 ਦਿਨ ਤੱਕ ਲੇਖਾ ਚੱਲਦਾ ਰਿਹਾ ਤੇ ਇਹ ਫਿਰ ਲੇਖਾ ਸਿਰਫ ਇਸੇ ਕਰਕੇ ਚੱਲਿਆ ਕਿਉਂਕਿ ਤੁਹਾਡੇ ਮਨ ਚ ਚੁਗਲਖੋਰਾਂ ਦੀਆਂ ਗੱਲਾਂ ਸੁਣ ਕੇ ਭਰਮ ਪੈ ਗਿਆ ਸੀ। ਬੋਲਿਓ ਤਬ ਜੈ ਰਾਮ ਅਦੰਬਾ, ਕਹਿੰਦੇ ਉਸ ਵੇਲੇ ਆਪਣੀ ਸੁਪਤਨੀ ਦੀ ਗੱਲ ਸੁਣ ਕੇ ਭਾਈਆ ਜੈ ਰਾਮ ਜੀ ਏਦਾਂ ਜਵਾਬ ਦੇਣ ਲੱਗੇ, ਦੇਖਤ ਮੁਜਹੋ ਤੇ ਅਚੰਬ, ਉਹ ਕਹਿਣ ਲੱਗੇ ਭਾਗਾਂ ਵਾਲੀਏ ਮੈਂ ਰੋਜ਼ ਦੇਖਦਾ ਹੈਰਾਨ ਤਾਂ ਮੈਂ ਵੀ ਬਹੁਤ ਹਾਂ ਇਹ ਗੱਲ ਦੇਖ ਕੇ। ਸਦਾ ਫਕੀਰਨ ਕੀ ਦਰ ਭੀੜ, ਕਹਿੰਦੇ ਇਹਦੇ ਦਰ ਤੇ ਫਕੀਰਾਂ ਦੀ ਭੀੜ ਲੱਗੀ ਰਹਿੰਦੀ ਹੈ ਤੇ ਫਕੀਰਾਂ ਨੂੰ ਵੰਡਦਾ ਤਾਂ ਹੈ, ਇਹ ਤਾਂ ਮੈਂ ਵੀ ਹੈਰਾਨ ਹੁੰਦਾ ਦੇਖ ਦੇਖ ਕੇ। ਸਭ ਕੋ ਦੇ ਮੈਂ ਗੁਣੀ ਗਹੀਰ, ਇਹ ਗੁਣਾਂ ਦੇ ਖਜ਼ਾਨੇ ਸਾਰਿਆਂ ਨੂੰ ਦਿੰਦੇ ਨੇ, ਕਿਸੇ ਨੂੰ ਖਾਲੀ ਨੀ ਮੋੜਦੇ ਵੀ ਤੇਰੇ ਕੋਲ ਪੈਸੇ ਨੀ ਹੈਗੇ ਤੈਨੂੰ ਨੀ ਦੇਣਾ। ਲੇਖੇ ਕਰਨ ਵਿਖੇ ਵਰਿਆਈ, ਵਰਿਆਈ ਦਾ ਅਰਥ ਹੁੰਦਾ ਜੋਰੋ ਜੋਰੀ, ਪਰ ਜਦੋਂ ਲੇਖਾ ਹੁੰਦਾ ਪਤਾ ਨੀ ਕੀ ਕਲਾ ਵਰਤਦੀ, ਜੋਰੋ ਜੋਰੀ ਪੈਸੇ ਮਹਾਰਾਜ ਦੇ ਵੱਜ ਜਾਂਦੇ ਹਨ। ਕੱਢ ਹੈ ਆਪਣੀ ਸ਼ੇਖ ਵਧਾਈ, ਕਹਿੰਦੇ ਨੇ ਮਹਾਰਾਜ ਆਪਣੇ ਪੈਸੇ ਬਚਾ ਲੈਂਦੇ ਨੇ, ਉਹਦੇ ਵੱਲ ਮੈਂ ਬਹੁਤ ਹੈਰਾਨ ਹਾਂ ਇਸ ਗੱਲ ਨੂੰ ਦੇਖ ਕੇ। ਲੇਖ ਕਹਾਰੇ ਅਦਕ ਪ੍ਰਬੀਨਾ, ਕਹਿੰਦੇ ਲੇਖਾ ਕਰਨ ਵਾਲੇ ਕੋਈ ਨਿਆਣੇ ਨੀ ਹੈਗੇ ਅਗਲੇ ਬੰਨੇ, ਬੜੇ ਸਿਆਣੇ ਹਨ ਮੁਨਸ਼ੀ ਹਨ ਜਿਹੜੇ। ਲੱਜਤ ਭਏ ਮਨ ਅਚਰਜ ਚੀਨਾ, ਭਾਈਆ ਜੈ ਰਾਮ ਜੀ ਨੇ ਦੱਸਿਆ ਆਪਣੀ ਸੁਪਤਨੀ ਨੂੰ ਬੇਬੇ ਨਾਨਕੀ ਜੀ ਨੂੰ ਵੀ ਬੜਾ ਸ਼ਰਮਿੰਦਾ ਹੋਇਆ ਮੁਨਸ਼ੀ ਜਾਦੂ ਰਾਈ ਜਦੋਂ ਮਹਾਰਾਜ ਦੇ ਪੈਸੇ ਬਚੇ ਤਾਂ, ਖੁਸ਼ੀ ਨਾਲ ਦੱਸ ਰਹੇ ਸਾਰੀ ਗੱਲ। ਤ੍ਰੈ ਸੈ ਤ੍ਰੈ ਸਹੰਸਰ ਇਕੀਸਾ, ਕਹਿੰਦੇ ਤ੍ਰੈ ਸੈ ਤ੍ਰੈ ਸਹੰਸਰ ਇਕੀਸਾ, 3321 ਰੁਪਈਏ ਮਤਲਬ ਸਾਰੇ ਬਣ ਗਏ। 3000 ਜਿਹੜਾ ਉਹਨੇ ਦਿੱਤਾ ਸੀ ਮੋਦੀ ਦਾ ਕਾਰਜ ਕਰਨ ਲਈ ਦੁਕਾਨ ਦਾ, ਤੇ 321 ਰੁਪਈਏ ਸਾਰੇ 3321 ਰੁਪਈਏ ਭਾਈਆ ਜੈ ਰਾਮ ਜੀ ਕਹਿਣ ਲੱਗੇ। ਆਨੇ ਆਪਣੇ ਦੀਨ ਮਹੀਸ਼ਾ, ਕਹਿੰਦੇ ਆਪਣੇ ਹੱਥੀ ਨਵਾਬ ਨੇ 3321 ਰੁਪਈਏ ਦਵਾਏ ਮੇਰੇ ਹੁੰਦਿਆਂ ਮਹਾਰਾਜ ਨੂੰ। ਬਣੇ ਨਾਨਕੀ ਸੋ ਦਰ ਮੇਰਾ, ਆਪਣੇ ਪਤੀ ਜੀ ਦੀ ਗੱਲ ਸੁਣ ਕੇ ਬੇਬੇ ਨਾਨਕੀ ਜੀ ਨੇ ਏਦਾਂ ਅੱਗੇ ਆਖਿਆ ਵੀ ਜਿਹੜਾ ਸੋਦਰ ਹੁੰਦਾ ਭਰਾ, ਬੇਬੇ ਨਾਨਕ ਜੀ ਕਹਿਣ ਲੱਗੇ ਮੇਰਾ ਭਰਾ। ਜਿਨਕੋ ਪਤਾ ਰਾਏ ਨਹਿਰਾ, ਕਹਿਣ ਲੱਗੀ ਅਸਲ ਵਿੱਚ ਮੇਰੇ ਭਰਾ ਦਾ ਜਿਹੜਾ ਪੂਰਾ ਪੂਰਾ ਪਤਾ ਤੇ ਪੂਰਾ ਭਰੋਸਾ ਨਾ ਉਹ ਰਾਏ ਬਲਾਰ ਨੂੰ ਹੈ, ਤਲਵੰਡੀ ਵਾਲੇ ਨੂੰ।
ਜਿਹੜ ਸ਼ਰਧਾ ਮਹਿ ਮਨ ਠਹਿਰਨ। ਬੇਬੇ ਨਾਨਕ ਜੀ ਨੇ ਆਖਿਆ ਅਸਲ ਵਿੱਚ ਉਹਦੇ ਮਨ ਚ ਪੱਕੀ ਸ਼ਰਧਾ, ਉਹਦਾ ਮਨ ਟਿਕਿਆ ਹੋਇਆ। ਇੱਕ ਰਾਏ ਬੁਲਾਰ ਹੈ ਜਿਹਨੂੰ ਮੇਰੇ ਵੀਰ ਤੇ ਪੂਰਾ ਭਰੋਸਾ, ਕਿਸੇ ਦੀ ਵੀ ਗੱਲ ਸੁਣ ਕੇ ਜਿਸਦਾ ਮਨ ਭਰਮ ਚ ਨਹੀਂ ਪੈਂਦਾ। ਸੁਖਦਾਨੀ ਤੇ ਸੋ ਭਰੋਸਨ, ਕਹਿੰਦੇ ਸੁਖਦਾਨੀ ਮੇਰੇ ਭਰਾ ਤੋਂ ਭਰੋਸਾ ਆਇਆ ਹੋਇਆ। ਅਸਲ ਵਿੱਚ ਸੇਵਕ ਜੇ ਕੋਈ ਮੈਂ ਮੰਨਦੀ ਹਾਂ ਤੇ ਉਹ ਤਲਵੰਡੀ ਦਾ ਰਾਜਾ ਰਾਏ ਬੁਲਾਰ ਹੈ। ਸੁਣ ਸੁਮਤੇ ਇਸ ਤੇ ਸੰਸਾਰ, ਸੋ ਬੇਬੇ ਨਾਨਕ ਜੀ ਦੀ ਗੱਲ ਸੁਣ ਕੇ ਸਤਸੰਗ ਜੀ ਉਹਨਾਂ ਦੇ ਪਤੀ ਜੈ ਰਾਮ ਜੀ ਕਹਿਣ ਲੱਗੇ, ਸੁਣ ਸੁਮਤੇ ਹੇ ਚੰਗੀ ਮੱਤ ਵਾਲੀਏ, ਇਸ ਤੇ ਸੰਸਾਰਾ, ਤੂੰ ਤੇ ਇੱਕ ਰਾਏ ਬੁਲਾਰ ਦੀ ਗੱਲ ਕਰਦੀ ਆ, ਹੁਣ ਮੈਨੂੰ ਸਮਝ ਆਈ ਵੀ ਜਿਹੜਾ ਸਾਰਾ ਸੰਸਾਰ ਹੈ। ਬਹੁ ਵਰਸਾਵ ਹੈ ਹੋਏ ਉਧਾਰ, ਇਹ ਤੇ ਪਤਾ ਨੀ ਕਿੰਨੇ ਲੋਕਾਂ ਨੂੰ ਆਪਣੇ ਦਰ ਤੋਂ ਵਰਸਾਉਣਗੇ, ਕਿੰਨਿਆਂ ਦਾ ਉਧਾਰ ਕਰਨਗੇ, ਕਿੰਨਿਆਂ ਤੇ ਕਿਰਪਾ ਕਰਨਗੇ। ਤੂੰ ਤਾਂ ਇੱਕ ਰਾਏ ਬੁਲਾਰ ਦੀ ਗੱਲ ਕਰਦੀ ਆ, ਮੈਨੂੰ ਪਤਾ ਲੱਗ ਗਿਆ ਹੁਣ। ਇੱਕ ਬੁਲਾਰ ਕੀ ਕਿਆ ਹੈ ਗਿਣਤੀ, ਭਾਈਆ ਜੈ ਰਾਮ ਜੀ ਕਹਿਣ ਲੱਗੇ ਇੱਕ ਰਾਏ ਬੁਲਾਰ ਦੀ ਕੀ ਗਿਣਤੀ ਹੈ। ਕਰਹੇ ਅਸੁਰ ਸੁਰ ਕਰਹੇ ਜੇ ਬੇਨਤੀ, ਅਸੁਰ ਹੁੰਦੇ ਨੇ ਦੈਂਤ ਤੇ ਸੁਰ ਦੇਵਤੇ, ਕਰਹੇ ਜੇ ਬੇਨਤੀ। ਭਾਈਆ ਜੈ ਰਾਮ ਜੀ ਕਹਿੰਦੇ ਜੇ ਦੇਵਤੇ ਦੈਂਤ ਵੀ ਮਹਾਰਾਜ ਨੂੰ ਬੇਨਤੀ ਕਰਨਗੇ ਸੱਚੇ ਪਾਤਸ਼ਾਹ ਉਹਨਾਂ ਦੀ ਵੀ ਕਲਿਆਣ ਕਰ ਦੇਣਗੇ, ਇੱਕ ਜੇ ਇੱਕ ਉਹਦੀ ਰਾਏ ਬੁਲਾਰ ਦੀ ਤਾਂ ਗੱਲ ਹੀ ਕੀ ਕਰਨੀ ਹੈ। ਦੋਹਰਾ ਭਈ ਹਰਖਤਾ ਅਦ ਕਿਓਰ ਪਤ ਕੇ ਸੁਣ ਕਰ ਬੈਨ, ਆਪਣੇ ਪਤੀ ਦੇ ਸਤਸੰਗ ਜੀ ਬਚਨ ਸੁਣ ਕੇ ਬੇਬੇ ਨਾਨਕੀ ਜੀ ਬਹੁਤ ਪ੍ਰਸੰਨ ਹੋਏ, ਖੁਸ਼ ਹੋਏ ਜੀ। ਪ੍ਰਾਪਤ ਜਿਉ ਅਵਿਲੰਬਤ ਵਧਤ ਵੇਲ ਸ਼ਤਰੈਨ, ਕਹਿੰਦੇ ਜਦੋਂ ਆਪਾਂ ਘਰੇ ਵੇਲ ਲਾਈਏ ਨਾ ਕੋਈ, ਤੇ ਵੇਲ ਦੇ ਨੂੰ ਸਤਸੰਗ ਜੀ ਉੱਪਰ ਚੜ੍ਹਨ ਵਾਸਤੇ ਕੋਈ ਨਾ ਕੋਈ ਉਹਦੇ ਨਾਲ ਉਹਨੂੰ ਆਸਰਾ ਦੇਣਾ ਪੈਂਦਾ। ਕਈ ਵਾਰ ਆਪਾਂ ਕਾਨਾ ਗੱਡਿਆ ਹੁੰਦਾ, ਕੋਈ ਹੋਰ ਟਾਹਣੀ ਮੋਹੜੀ ਗੱਡ ਦਈਦੀ ਹੈ। ਕਹਿੰਦੇ ਆਪਣੇ ਪਤੀ ਦੀਆਂ ਗੱਲਾਂ ਸੁਣ ਕੇ ਬੇਬੇ ਨਾਨਕੀ ਦੇ ਮਨ ਦੀ ਖੁਸ਼ੀ ਇਉਂ ਵਧੀ ਜਿਵੇਂ ਵੇਲ ਕੋਈ ਆਸਰਾ ਪਾ ਕੇ ਵੱਧਦੀ ਹੈ, ਏਦਾਂ ਖੁਸ਼ੀ ਗਈ ਉੱਪਰ ਨੂੰ ਇਕਦਮ ਜੀ। ਦੰਪਤ ਸੰਪਤ ਬਹੁਤ ਪਿਖ ਸ਼ਰਧਾ ਧਰਤ ਵਿਸ਼ਾਲ, ਸੋ ਕਹਿੰਦੇ ਨੇ ਮਹਾਰਾਜ ਜੀ ਦੇ ਵਧੇ ਪੈਸਿਆਂ ਦੀ ਗੱਲ ਸੁਣ ਕੇ ਦੰਪਤ ਹੁੰਦੇ ਪਤੀ ਪਤਨੀ, ਭਾਈਆ ਜੈਰਾਮ ਤੇ ਬੇਬੇ ਨਾਨਕ ਜੀ ਦੇ ਮਨ ਚ ਬਹੁਤ ਜ਼ਿਆਦਾ ਸ਼ਰਧਾ ਵਧੀ। ਸ਼ਰਧਾ ਅਸਲ ਚ ਬੇਬੇ ਨਾਨਕ ਜੀ ਦੇ ਤੇ ਪਹਿਲਾਂ ਹੀ ਪਰਿਪੂਰਨ ਸੀ, ਤੇ ਹੁਣ ਭਾਈਆ ਜੈਰਾਮ ਦੇ ਮਨ ਵਿੱਚ ਵੀ ਇੱਕ ਵਾਰੀ ਦ੍ਰਿੜ ਫੇਰ ਹੋ ਗਿਆ, ਕਿਉਂਕਿ ਵਿਦਵਾਨਾਂ ਨੇ ਇੱਕ ਬੜਾ ਸੋਹਣਾ ਸਤਸੰਗ ਜੀ ਲਫ਼ਜ਼ ਲਿਖਿਆ ਅੱਖਰ। ਉਹ ਕਹਿੰਦੇ ਨੇ ਸੰਸੇ ਯੁਕਤ ਜਿਹਨੋਂ ਕੇ ਮਨ ਹੈ, ਕਬਹਿ ਸ਼ਰਧਾ ਸ਼ਰਧਾ ਜਨ ਹੈ, ਨਿਜ ਉੱਚੋ ਲੱਖ ਕਰੇ ਅਹੰਕਾਰ, ਜਿਵ ਅਵਣੀ ਤੁੰਗ ਥਲ ਉਧਾਰ। ਕਹਿੰਦੇ ਗੁਰਮੁਖੋ ਜਿਸ ਦੇ ਜਿਸ ਬੰਦੇ ਦੇ ਮਨ ਚ ਹੁੰਦਾ ਨਾ ਸ਼ੰਕਾ ਭਰਮ, ਉਹਦਾ ਮਨ ਕਦੀ ਸ਼ਰਧਾ ਨਾਲ ਭਰ ਜਾਂਦਾ, ਕਦੀ ਬਿਲਕੁਲ ਖਾਲੀ ਹੋ ਜਾਂਦਾ। ਇੱਕ ਅਵਸਥਾ ਚ ਉਹਦਾ ਮਨ ਨਹੀਂ ਰਹਿੰਦਾ ਸ਼ੰਕੇ ਵਾਲੇ ਬੰਦੇ ਦਾ। ਜੇ ਤਾਂ ਸ਼ਰਧਾ ਵਾਲੀਆਂ ਗੱਲਾਂ ਸੁਣੀਆਂ, ਕੋਈ ਕੌਤਕ ਦੇਖ ਲਿਆ ਸਾਹਮਣੇ ਕਲਾ ਵਰਤਦੀ, ਤਾਂ ਮਨ ਸ਼ਰਧਾ ਨਾਲ ਨਕੋ ਨੱਕ ਭਰ ਜਾਏਗਾ। ਚਾਰ ਬੰਦਿਆਂ ਨੇ ਆਣ ਕੇ ਗੱਲ ਆਖ ਦਿੱਤੀ ਤੇ ਫਿਰ ਖਾਲੀ ਹੋ ਜਾਂਦਾ ਉਸੇ ਵੇਲੇ। ਇਸ ਲਈ ਕਹਿੰਦੇ ਮਨ ਨੂੰ ਗੁਰਮੁਖੋ ਦ੍ਰਿੜ ਰੱਖਣਾ ਚਾਹੀਦਾ, ਕਿਸੇ ਦਾ ਵੀ ਦੀ ਵੀ ਗੱਲ ਸੁਣ ਕੇ ਮਹਾਰਾਜ ਦੇ ਪ੍ਰਥਾਏ ਸਾਡੇ ਮਨ ਚ ਸ਼ੰਕਾ ਨਹੀਂ ਪੈਣਾ ਚਾਹੀਦਾ, ਸ਼ੱਕ ਨਹੀਂ ਪੈਣਾ ਚਾਹੀਦਾ। ਗੁਰੂ ਸਾਹਿਬ ਸਮਰੱਥ ਨੇ ਤੇ ਬਸ ਸਮਰੱਥ ਨੇ, ਜੋ ਮਰਜ਼ੀ ਕੋਈ ਆਣ ਕੇ ਆਖੇ। ਬੰਦਾ ਅਗਿਆਨੀ ਹੋ ਸਕਦਾ, ਕਹਿਣ ਵਾਲੇ ਦੀ ਮੱਤ ਚ ਸਾਧ ਸੰਗਤ ਨਹੀਂ ਹੋ ਸਕਦਾ, ਗੱਲ ਨਹੀਂ ਆ ਰਹੀ, ਪਰ ਗੁਰੂ ਸਾਹਿਬ ਜੀ ਦੀ ਸਮਰੱਥਾ ਨੂੰ ਬੁੱਧੀ ਦੀ ਤਕੜੀ ਚ ਥੋੜਾ ਕੋਈ ਤੋਲ ਸਕਦਾ। ਇਸ ਲਈ ਕਹਿੰਦੇ ਆਪਣਾ ਹਿਰਦਾ ਗੁਰਮੁਖੋ ਦ੍ਰਿੜ ਰੱਖਣਾ ਚਾਹੀਦਾ। ਤੇ ਹੁਣ ਭਾਈਆ ਜੈਰਾਮ ਦਾ ਹਿਰਦਾ ਮਹਾਰਾਜ ਜੀ ਦਾ ਕੌਤਕ ਦੇਖ ਕੇ ਨਕੋ ਨੱਕ ਭਰਿਆ ਪਿਆ ਸ਼ਰਧਾ ਨਾਲ ਜੀ। ਭਰਮ ਕਰਨ ਕੋ ਤਰਕ ਕਰ ਸੇਵ ਹੈ ਚਰਨ ਕਿਰਪਾਲ, ਭਰਮ ਕਰਨ ਕੋ ਤਰਕ ਕਰ, ਕਹਿੰਦੇ ਨੇ ਭਰਮ ਕਰਨ ਦੇ ਨੂੰ ਇੱਕ ਪਾਸੇ ਕਰਕੇ, ਹੁਣ ਮਨ ਚ ਕੋਈ ਭਰਮ ਨਹੀਂ ਰਹਿ ਗਿਆ ਹਾਲ ਦੀ ਘੜੀ, ਤੇ ਕਹਿੰਦੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਸੇਵਕ ਬਣੇ ਹਨ ਪੂਰੇ ਉਹ। ਅਧਿਆਇ ਸਮਾਪਤ, ਇੱਥੇ ਇੱਕ ਪੂਰਾ ਅਧਿਆਇ ਹੋ ਗਿਆ ਤੇ ਦੂਜਾ ਅਧਿਆਇ ਸਤਸੰਗ ਜੀ ਫਿਰ ਕਵੀ ਜੀ ਅੱਗੇ ਸ਼ੁਰੂ ਕਰਦੇ ਹਾਂ। ਦੋਹਰਾ ਸੁੰਦਰ ਬਦਨ ਨਿਕੰਦਨ ਦੁੱਖ ਸਦਨ ਸੁਖਨ ਗੁਣ ਭੂਰ, ਨਵਾਂ ਅਧਿਆਇ ਸ਼ੁਰੂ ਕਰਨ ਤੋਂ ਪਹਿਲਾਂ ਮਹਾਰਾਜ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਮੱਥਾ ਟੇਕਣਗੇ। ਪਹਿਲਾਂ ਉਹਨਾਂ ਨੇ ਛੇਵੇਂ ਪਾਤਸ਼ਾਹ ਜੀ ਨੂੰ ਟੇਕਿਆ ਸੀ, ਫਿਰ ਸੱਤਵੇਂ, ਹੁਣ ਅਗਲੇ ਅਧਿਆਇ ਚ ਹੁਣ ਅੱਠਵੇਂ ਪਾਤਸ਼ਾਹ ਜੀ ਨੂੰ ਸਤਸੰਗ ਜੀ ਇੱਥੋਂ ਹੀ ਕਥਾ ਸ਼ੁਰੂ ਕਰਨਗੇ। ਪਰ ਅਧਿਆਇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਅਰਦਾਸ ਕਰਦੇ ਗੁਰੂ ਸਾਹਿਬ ਦੇ ਚਰਨਾਂ ਚ ਕਿ ਮਹਾਰਾਜ ਇਹ ਬਹੁਤ ਵੱਡਾ ਕਾਰਜ ਹੈ, ਮੈਂ ਤੁਹਾਡਾ ਜੀਵਨ ਲਿਖਦਾ ਪਿਆ, ਤੁਸੀਂ ਮੇਰੇ ਸਿਰ ਤੇ ਮਿਹਰ ਭਰੇ ਹੱਥ ਰੱਖੋ ਤਾਂ ਤੁਹਾਡੇ ਜੀਵਨ ਦੀ ਕਥਾ ਮੈਂ ਲਿਖ ਸਕਾਂਗਾ। ਅੱਠਵੇਂ ਪਾਤਸ਼ਾਹ ਜੀ ਨੂੰ ਮੱਥਾ ਟੇਕਦੇ ਹੋਏ ਕਹਿੰਦੇ ਨੇ ਸੁੰਦਰ ਬਦਨ, ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਾ ਬਹੁਤ ਪਵਿੱਤਰ ਮੁਖੜਾ ਹੈ, ਇਹ ਨਿਕੰਦਨ ਦੁੱਖ ਦੁੱਖਾਂ ਨੂੰ ਕੱਟ ਦੇਣ ਵਾਲੇ ਨੇ, ਜਿਨ੍ਹਾਂ ਦੀ ਬਾਬਤ ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਕਹਿੰਦੇ ਉਹਨਾਂ ਨੂੰ ਉਹਨਾਂ ਦੇ ਚਿਹਰੇ ਦੇ ਸਰਧਾ ਨਾਲ ਦਰਸ਼ਨ ਕੀਤਿਆਂ ਦੁੱਖ ਕੱਟੇ ਜਾਂਦੇ ਹਨ। ਸਦਨ ਸੁਖਨ, ਸੁਖਾਂ ਦਾ ਘਰ ਨੇ ਅੱਠਵੇਂ ਪਾਤਸ਼ਾਹ ਜੀ। ਗੁਣ ਭੂਰ, ਉਮਰ 5.25 ਸਾਲ ਦੀ ਹੈ ਪਰ ਗੁਣਾਂ ਦਾ ਖਜ਼ਾਨਾ ਹਨ, ਸਮੁੰਦਰ ਹਨ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ। ਸ੍ਰੀ ਸਤਿਗੁਰ ਹਰਿਕ੍ਰਿਸ਼ਨ ਜੀ ਜੈ ਜੈ ਮੰਗਲ ਮੂਰ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਸੁਖਾਂ ਦੇ ਖੁਸ਼ੀਆਂ ਦੇ ਮੁੱਢ ਨੇ ਉਹਨਾਂ ਦੀ ਜੈ ਜੈਕਾਰ ਹੈ, ਜੈ ਜੈਕਾਰ ਹੈ ਤਿੰਨਾਂ ਲੋਕਾਂ ਵਿੱਚ। ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਰੱਖੋ ਸਾਡੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ। ਐਸੇ ਹੀ ਕਾਲ ਬਤੀਤ ਕਰਾਏ
ਕਹਿੰਦੇ ਨੇ ਹੁਣ ਅੱਗੇ ਫਿਰ ਉੱਥੋਂ ਹੀ ਕਥਾ ਸ਼ੁਰੂ ਕੀਤੀ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇ ਮਹਾਰਾਜ, ਜਦੋਂ ਇੱਕ ਸਾਲ ਹੋ ਗਿਆ ਇਸੇ ਤਰ੍ਹਾਂ ਮੋਦੀ ਦੀ ਕਾਰ ਕਰਦਿਆਂ ਨੂੰ। ਇੱਕ ਸਾਲ ਪਇਓ ਪਹਿਚਾਤ ਸਗਾਈ, ਕਿਸ ਗੱਲ ਨੂੰ ਸਾਲ ਹੋ ਗਿਆ? ਸਗਾਈ ਹੋਈ ਨੂੰ ਇੱਕ ਸਾਲ ਹੋ ਗਿਆ। ਜਦੋਂ ਮਹਾਰਾਜ ਜੀ ਦੀ ਸਗਾਈ ਹੋਈ ਨੂੰ ਇੱਕ ਸਾਲ ਹੋ ਗਿਆ ਤਾਂ ਮੂਲੇ ਨਾਲੀਨ ਬੁਲਾਏ ਦੇ ਜੋਤਾ। ਉਧਰ ਬਾਬੇ ਮੂਲੇ ਨੇ, ਜਿਹੜੇ ਮਹਾਰਾਜ ਸਾਹਿਬ ਜੀ ਦੇ ਸਹੁਰਾ ਸਾਹਿਬ ਨੇ ਦੁਨਿਆਵੀ ਰਿਸ਼ਤੇ ਵਿੱਚ, ਉਹਨਾਂ ਨੇ ਕੁਝ ਉਸ ਵੇਲੇ ਵਿਦਵਾਨਾਂ ਨੂੰ, ਪੰਡਤਾਂ ਨੂੰ, ਸਿਆਣਿਆਂ ਨੂੰ ਆਪਣੇ ਘਰੇ ਬੁਲਾਇਆ ਜੀ। ਸਾਦਰ ਆਸਨ ਦੀਨੋ ਡਸਾਈ, ਤੇ ਜਦੋਂ ਪੰਡਤ ਘਰੇ ਆਏ ਬਾਬੇ ਮੂਲੇ ਦੇ, ਤੇ ਬੜੀ ਸੋਹਣੀ ਵਿਛਾਈ ਵਿਛਾ ਕੇ ਉਹਨਾਂ ਨੂੰ ਆਦਰ ਨਾਲ ਉੱਤੇ ਬਿਠਾਇਆ ਹੈ। ਰਾਸ ਪੈਸਾ ਸੁਧਾਇਕ ਹੈ ਸੁਧ, ਕਹਿੰਦੇ ਨੇ ਫਿਰ ਉਹ ਆਪਣੀ ਪੁੱਤਰੀ ਦੇ ਵਿਆਹ ਵਾਸਤੇ ਬਾਬੇ ਮੂਲੇ ਨੇ ਉਹਨਾਂ ਨੂੰ ਆਖਿਆ ਵੀ ਸਾਹਾ ਸੋਧੋ ਭਾਈ, ਕਿਹੜਾ ਦਿਨ ਬਣਦਾ ਇਹ? ਉਹ ਕਿਉਂਕਿ ਉਹਨਾਂ ਨੂੰ ਤਾਂ ਸੱਦਿਆ, ਉਦੋਂ ਅਜੇ ਮਰਿਆਦਾ ਸਾਧ ਸੰਗਤ ਜੀ ਉਹੀ ਚੱਲਦੀ ਸੀ ਸਾਰਿਆਂ ਦੇ ਘਰਾਂ ਚ। ਮਰਿਆਦਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਫਿਰ ਜਿਹੜੀ ਗੁਰਮਤਿ ਦਿੱਤੀ ਉਹ ਹਾਲ ਦੀ ਘਰੀ ਬਾਬੇ ਮੂਲੇ ਨੇ ਉਹਨਾਂ ਨੂੰ ਸੱਦਿਆ ਪੰਡਤਾਂ ਨੂੰ, ਤੇ ਉਹਨਾਂ ਨੂੰ ਆਖਿਆ ਵੀ ਸਾਹਾ ਤੁਸੀਂ ਦੇਖੋ ਸੋਧ ਕੇ ਸਾਡੀ ਪੁੱਤਰੀ ਦੇ ਵਿਆਹ ਵਾਸਤੇ ਕਿਹੜਾ ਦਿਨ ਠੀਕ ਨਿਕਲਦਾ ਹੈ। ਦੇਖੀ ਪਤੀਆ ਤਤਕਾਲ ਪਠਾਈ, ਜਦੋਂ ਉਹਨਾਂ ਦੱਸ ਦਿੱਤਾ ਜੀ ਫਲਾਣਾ ਦਿਨ ਜਿਹੜਾ ਇਹ ਬਿਲਕੁਲ ਠੀਕ ਹੈ ਵਿਆਹ ਵਾਸਤੇ, ਤੇ ਇੱਕ ਪੱਤਰਿਕਾ ਲਿਖ ਕੇ ਉਸੇ ਵੇਲੇ ਬਾਬੇ ਮੂਲੇ ਨੇ ਭੇਜੀ ਜੀ। ਮਾਸ ਅਸਾੜ ਸੁਦੀ ਸਪਤ, ਕਹਿੰਦੇ ਨੇ ਕਿਹੜਾ ਦਿਨ ਨਿਕਲਿਆ ਸੀ? ਹਾੜ ਸੁਦੀ ਸਤਵੀਂ, ਜਿਸ ਦਿਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਨੰਦ ਕਾਰਜ ਹੋਣਾ, ਉਹ ਜਿਹੜਾ ਵਿਆਹ ਦਾ ਦਿਨ ਨਿਕਲਿਆ ਹਾੜ ਸੁਦੀ ਸਤਵੀਂ ਦੱਸੀ ਉਹਨਾਂ ਨੇ, ਤੇ ਇੱਕ ਚਿੱਠੀ ਦੇ ਉੱਤੇ ਲਿਖ ਦਿੱਤੀ ਬਾਬੇ ਮੂਲੇ ਨੇ। ਸੁਲਤਾਨਪੁਰੇ ਨਰਕੀਨੀ ਹੈ ਭਾਈ, ਉਹ ਚਿੱਠੀ ਦੇ ਕੇ ਤੇ ਸਤਸੰਗ ਜੀ ਬਟਾਲੇ ਤੋਂ ਸੁਲਤਾਨਪੁਰ ਨੂੰ ਇੱਕ ਬੰਦਾ ਭੇਜ ਦਿੱਤਾ ਜੀ। ਆਣ ਕੇ ਨਾਨਕੀ ਭਾਉਣ ਦੇ, ਕਹਿੰਦੇ ਉਸ ਬੰਦੇ ਨੇ ਆਣ ਕੇ ਉਹ ਚਿੱਠੀ ਬੇਬੇ ਨਾਨਕੀ ਜੀ ਦੇ ਘਰ ਫੜਾਈ ਜੀ। ਸੁਣ ਕੇ ਮਨ ਮਹਿ ਖਿਰੀ ਸੁਖ ਬਾਰੀ, ਕਹਿੰਦੇ ਇੰਨਾ ਬੇਬੇ ਨਾਨਕੀ ਨੂੰ ਆਨੰਦ ਆਇਆ ਨਾ ਉਹ ਚਿੱਠੀ ਦੇਖ ਕੇ, ਵਿਆਹ ਦੀ ਤਰੀਕ ਪੜ੍ਹ ਕੇ, ਕਿਉਂਕਿ ਉਹ ਤਾਂ ਉਦੋਂ ਹੀ ਕਹਿੰਦੇ ਸੀ ਮਹਾਰਾਜ ਦੇ ਪਿਤਾ ਜੀ ਵੀ ਤੁਸੀਂ ਹੁਣੇ ਦੇ ਦਿਓ ਸਾਹਾ, ਪਰ ਬਾਬੇ ਮੂਲੀ ਨੇ ਆਖਿਆ ਸੀ ਨਹੀਂ ਇੱਕ ਸਾਲ ਬਾਅਦ ਮੈਂ ਆਪਣੀ ਪੁੱਤਰੀ ਦਾ ਵਿਆਹ ਕਰਨਾ, ਅਜੇ ਤੁਸੀਂ ਮੈਨੂੰ ਕੁਝ ਨਹੀਂ ਕਹਿਣਾ। ਜਦੋਂ ਸਾਲ ਹੋ ਗਿਆ ਫਿਰ ਜਦੋਂ ਚਿੱਠੀ ਆਈ, ਉਹ ਪੱਤਰਕਾਰ ਸਾਹੀ ਚਿੱਠੀ ਜਿਹਨੂੰ ਆਪਾਂ ਕਹਿ ਸਕਦੇ ਹਾਂ, ਜਦੋਂ ਬੇਬੇ ਨਾਨਕੀ ਜੀ ਨੇ ਪੜ੍ਹੀ ਤੇ ਕਹਿੰਦੇ ਉਹਨਾਂ ਦੇ ਅੰਦਰ ਬਹੁਤ ਖੁਸ਼ੀ ਨੇ ਉਛਾਲਾ ਮਾਰਿਆ ਜੀ। ਭਰਾ ਤੱਕ ਪਾਨ ਗ੍ਰਹਿਣ ਹੋਵੇ, ਹੁਣ ਮੇਰੇ ਭਰਾ ਦਾ ਵਿਆਹ ਹੋਵੇਗਾ, ਬੇਬੇ ਨਾਨਕੀ ਜੀ ਖੁਸ਼ੀ ਨਾਲ ਕਹਿ ਰਹੇ ਹਨ। ਬਲਹਾਰੀ, ਅੱਜ ਦੇ ਦਿਨ ਤੋਂ ਤਾਂ ਮੈਂ ਸਦਕੇ ਜਾਨੀ ਬਲਹਾਰ ਜਾਂਦੀ ਹਾਂ, ਬੇਬੇ ਨਾਨਕੀ ਜੀ ਸਾਰਿਆਂ ਨੂੰ ਕਹਿ ਰਹੇ ਖੁਸ਼ ਖੁਸ਼। ਪਾਤੀ ਲਿਹਾਸ ਜੈ ਰਾਮ ਤਬਾ ਦੇ, ਉਹ ਚਿੱਠੀ ਫਿਰ ਬੇਬੇ ਨਾਨਕੀ ਜੀ ਨੇ ਆਪਣੇ ਪਤੀ ਜੈ ਰਾਮ ਜੀ ਦੇ ਹੱਥ ਚ ਫੜਾ ਦਿੱਤੀ ਜੀ। ਲੀਨੋ ਬੁਲਾਏ ਕੇ ਪਾਠ ਉਚਾਰੀ, ਪਾਠ ਉਚਾਰੀ ਦਾ ਅਰਥ ਹੁੰਦਾ ਪੜ੍ਹ ਕੇ ਸੁਣਾਈ, ਫਿਰ ਸਾਰਿਆਂ ਨੂੰ ਪੜ੍ਹ ਕੇ ਸੁਣਾਈ ਜੋ ਲਿਖਿਆ ਸੀ ਬਾਬੇ ਮੂਲੇ ਨੇ, ਜਿਹੜੇ ਵਿਆਹ ਦੀ ਸਾਹੇ ਦੀ ਤਰੀਕ ਲਿਖ ਕੇ ਭੇਜੀ ਸੀ ਜੀ। ਸ਼੍ਰੋਣ ਮੈਂ ਸੁਣ ਮਾਸ ਆਸਾੜ ਕੇ, ਕਹਿੰਦੇ ਹਾੜ ਦੇ ਮਹੀਨੇ ਦੀ ਤਰੀਕ ਸੁਣੀ ਜਦੋਂ ਸਾਰਿਆਂ ਨੇ ਤਾਂ ਕਿੰਨੀ ਤਿਆਰੀ ਸਭ ਅਗਵਾਰੀ, ਕਹਿੰਦੇ ਨੇ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਿੱਤੀ, ਕਿਉਂਕਿ ਆਉਣੀ ਵਾਲਾ ਸੀ ਉਹ ਦਿਨ ਵੀ, ਇਸ ਕਰਕੇ ਜਦੋਂ ਪੜ੍ਹ ਕੇ ਸੁਣਾਇਆ ਭਾਈਆ ਜੈ ਰਾਮ ਨੇ ਸਾਰਿਆਂ ਨੂੰ ਵੀ ਹਾੜ ਸੁਦੀ ਸਤਵੀਂ ਦਾ ਬਣਦਾ ਇਹ ਦਿਨ ਜਿਹੜਾ ਚਿੱਠੀ ਤੇ ਲਿਖਿਆ, ਤੇ ਉਸੇ ਵੇਲੇ ਤਿਆਰੀਆਂ ਸ਼ੁਰੂ ਹੋ ਗਈਆਂ ਜੀ। ਕੀਨ ਬੜੋ ਉਤਸ਼ਾਹ ਪਲੋ, ਬਹੁਤ ਵੱਡਾ ਜੋੜ ਮੇਲਾ ਸਮਝ ਲਓ ਹੋਣਾ ਸੀ, ਉਹ ਬੜੇ ਉਤਸ਼ਾਹ ਨਾਲ ਤਿਆਰੀ ਸ਼ੁਰੂ ਕੀਤੀ ਜੀ। ਚਲ ਨਾਗਰੀ ਆਵਤ ਲੋਚਨ ਚਾਰੀ, ਬੇਬੇ ਨਾਨਕੀ ਜੀ ਨੇ ਤੁਲਸਾਂ ਦਾਸੀ ਨੂੰ ਭੇਜਿਆ, ਘਰੇ ਘਰੇ ਸੁਨੇਹ ਦੇ ਦਿੱਤੇ ਤੇ ਸਾਰੀਆਂ ਮਹੱਲੇ ਦੀਆਂ ਇਸਤਰੀਆਂ ਇਕੱਠੀਆਂ ਹੋ ਕੇ ਆ ਗਈਆਂ ਬੇਬੇ ਨਾਨਕੀ ਦੇ ਘਰੇ ਜੀ। ਭੂਖਨ ਅੰਬਰ ਓੜ ਪਟੰਬਰ, ਚੰਗੇ ਚੰਗੇ ਬਸਤਰ ਪਾ ਕੇ ਆਈਆਂ ਹਨ। ਸੁੰਦਰ ਮੰਦਰ ਅੰਦਰ ਨਾਰੀ, ਬੇਬੇ ਨਾਨਕੀ ਜੀ ਦੇ ਸੋਹਣੇ ਘਰ ਦੇ ਅੰਦਰ ਹੁਣ ਸਤਸੰਗ ਬੀਬੀਆਂ ਦੀ ਭੀੜ ਲੱਗ ਗਈ ਵਧਾਈ ਦੇਣ ਵਾਲੀਆਂ ਦੀ। ਆਸਨ ਡਾਰਤਤਾ ਸਤਕਾਰਤ, ਸਾਰਿਆਂ ਨੂੰ ਸਤਕਾਰ ਨਾਲ ਬਿਠਾਉਣ ਵਾਸਤੇ ਸੋਹਣੇ ਆਸਣ ਦਾ ਪ੍ਰਬੰਧ ਕੀਤਾ ਬੇਬੇ ਨਾਨਕੀ ਜੀ ਨੇ। ਭਾਰਤ ਨਾਨਕੀ ਆਨੰਦ ਭਾਰੀ, ਬਹੁਤ ਆਨੰਦ ਸੀ ਜਿਸ ਬੇਬੇ ਨਾਨਕੀ ਦੇ ਹਿਰਦੇ ਵਿੱਚ। ਗੀਤਨ ਗਾਵਤ ਜੇ ਮਨ ਭਾਵਤ, ਮਨ ਭਾਉਂਦੇ ਖੁਸ਼ੀਆਂ ਦੇ ਗੀਤ ਗਾਏ ਜਾ ਰਹੇ ਹਨ। ਜੀ ਹਰ ਖਾਵਤ ਹੈ ਮਿਲ ਸਾਰੀ, ਸਾਰਿਆਂ ਨੂੰ ਬਹੁਤ ਜ਼ਿਆਦਾ ਪ੍ਰਸੰਨਤਾ, ਮਹਾਰਾਜ ਜੀ ਦੇ ਵਿਆਹ ਦੀ ਤਰੀਕ ਦਾ ਪਤਾ ਲੱਗਾ ਜੀ। ਕਵਿਤ ਨਿਧੇ ਕੋ ਬੁਲਾਏ ਕੈ ਜੈ ਰਾਮ ਇਉਂ ਕਲਾਏ ਬਚਨ, ਉਸੇ ਵੇਲੇ ਭਾਈਆ ਜੈ ਰਾਮ ਜੀ ਨੇ ਨਿਧੇ ਪੰਡਿਤ ਨੂੰ ਸੱਦਿਆ ਆਪਣੇ ਘਰੇ, ਏਦਾਂ ਆਖਿਆ ਜੀ, ਕੀਜੀਏ ਤਿਆਰੀ ਤਲਵੰਡੀ ਦੂਰ ਜਾਣ ਕੀ। ਉਹਨੂੰ ਨਿਧੇ ਬ੍ਰਾਹਮਣ ਨੂੰ ਬੁਲਾ ਕੇ ਭਾਈਆ ਜੈ ਰਾਮ ਜੀ ਨੇ ਆਖਿਆ ਵੀ ਛੇਤੀ ਚੱਲ ਹੁਣ ਤੂੰ ਤਿਆਰੀ ਕਰ, ਤਲਵੰਡੀ ਜਾਣਾ ਤੂੰ, ਕਿਉਂਕਿ ਮਹਾਰਾਜ ਸਾਹਿਬ ਜੀ ਦੇ ਵਿਆਹ ਦੀ ਤਰੀਕ ਆਪਾਂ ਨੂੰ ਮਿਲ ਗਈ ਹੈ ਤੇ ਤਲਵੰਡੀ ਖਬਰ ਦੇਣੀ ਮਹਾਰਾਜ ਦੇ ਮਾਤਾ ਪਿਤਾ ਜੀ ਨੂੰ, ਤੈਨੂੰ ਜਾਣਾ ਪੈਣਾ ਹੈ। ਕੁੰਕਮ ਸੋ ਪਤੀਆ ਸੁਹਾਏ ਮਿਸ਼ਟਾਨ ਸੰਗ, ਕੁੰਕਮ ਹੁੰਦਾ ਕੇਸਰ, ਕਹਿੰਦੇ ਨੇ ਫਿਰ ਭਾਈਆ ਜੈ ਰਾਮ ਜੀ ਨੇ ਥੋੜਾ ਜਿਹਾ ਉਸ ਚਿੱਠੀ ਨੂੰ ਕੇਸਰ ਲਾਇਆ ਤੇ ਕੁਝ ਮਠਿਆਈ ਨਿਧੇ ਪੰਡਿਤ ਨੂੰ ਬੰਨ ਕੇ ਦਿੱਤੀ ਨਾਲ ਜੀ। ਧਾਮ ਹੋ ਤੇ ਕਾੜ ਆਨ ਦੀਨੀ ਪਾਨ ਨਾਨਕੀ, ਬੇਬੇ ਨਾਨਕੀ ਜੀ ਨੇ ਮਠਿਆਈ ਅੰਦਰੋਂ ਲਿਆ ਕੇ ਦਿੱਤੀ ਬੰਨ ਕੇ, ਜਿਹੜੀ ਉਸ ਚਿੱਠੀ ਦੇ ਨਾਲ ਲੈ ਕੇ ਤਲਵੰਡੀ ਜਾਣੀ ਸੀ।
ਚੱਲਿਓ ਜਿਜ ਤਾਏ ਸਭ ਮਾਰਗ ਬਿਹਾਏ ਕਰ। ਉਸੇ ਵੇਲੇ ਨਿੱਧਾ ਪੰਡਿਤ ਚੱਲ ਪਿਆ ਉਹ ਚਿੱਠੀ ਲੈ ਕੇ ਤਲਵੰਡੀ ਵੱਲ ਨੂੰ, ਛੇਤੀ ਛੇਤੀ ਪੈਂਡਾ ਨਿਬੇੜਦਾ ਜਾਂਦਾ ਹੈ। ਕਾਲੂ ਘਰ ਜਾਏ ਸੁੱਧ ਦਈ ਹਰ ਖਾਨ ਕੀ। ਕਹਿੰਦੇ ਬਾਬਾ ਕਾਲੂ ਜੀ ਦੇ ਘਰੇ ਜਾ ਕੇ ਤੇ ਇਹ ਖੁਸ਼ੀ ਦੀ ਖਬਰ ਨਿੱਧੇ ਪੰਡਿਤ ਨੇ ਜਾ ਤਲਵੰਡੀ ਦਿੱਤੀ ਜੀ, ਦੱਸ ਦਿੱਤਾ ਮਹਾਰਾਜ ਜੀ ਦੇ ਵਿਆਹ ਦੀ ਤਰੀਕ ਦਾ। ਮਾਤ ਹਰ ਖਾਏ ਔਰ ਆਨੰਦ ਨਾਮ ਆਏ। ਜਦੋਂ ਮਾਤਾ ਤ੍ਰਿਪਤਾ ਜੀ ਨੂੰ ਇਹ ਖਬਰ ਮਿਲੀ, ਕਹਿੰਦੇ ਨੇ ਉਹਨਾਂ ਦੇ ਤਾਂ ਹਿਰਦੇ ਚ ਖੁਸ਼ੀ ਸਮਾ ਹੀ ਨਹੀਂ ਰਹੀ, ਇੰਨੇ ਖੁਸ਼ ਹੋਏ ਮਾਤਾ ਜੀ ਆਪਣੇ ਪੁੱਤਰ ਦੇ ਵਿਆਹ ਦਾ ਦਿਨ ਸੁਣ ਕੇ। ਸਗਨ ਮਨਾਏ ਪਨੇ ਕੌਣ ਮੇਰੇ ਮਾਨ ਕੀ। ਸਾਰੇ ਖੁਸ਼ੀ ਦੇ ਸਗਨ ਮਾਤਾ ਜੀ ਨੇ ਕੀਤੇ, ਕਹਿਣ ਲੱਗੇ ਅੱਜ ਮੇਰੇ ਮਨ ਦੀ ਖੁਸ਼ੀ ਕੌਣ ਬੋਲ ਕੇ ਦੱਸ ਸਕਦਾ, ਇੰਨੀ ਖੁਸ਼ ਹੋਈ ਹਾਂ ਮੈਂ। ਦੋਹਰਾ ਹਰਖ ਕਰਤੇ ਔਰ ਮੈਂ ਸਰਸ ਕਾਲੂ ਬਹੁ ਸੁਖ ਪਾਏ। ਬਾਬਾ ਕਾਲੂ ਜੀ ਵਿਸਾਹ ਸਿੰਘ ਜੀ ਉਸ ਦਿਨ ਬਹੁਤ ਆਪਣੇ ਮਨ ਚ ਸੁਖ ਮੰਨ ਰਹੇ ਹਨ, ਬੜੇ ਖੁਸ਼ ਹਨ, ਬੜੇ ਪ੍ਰਸੰਨ ਹਨ। ਤੂਰਨ ਤਿਆਰੀ ਕੋ ਕਰਤ ਖਰਚਤ ਧਨ ਕਰ ਚਾਏ। ਉਸੇ ਵੇਲੇ ਉਹਨਾਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਖੁਸ਼ੀ ਖੁਸ਼ੀ ਆਪਣੇ ਪੁੱਤਰ ਦੇ ਵਿਆਹ ਤੇ ਧਨ ਖਰਚਣ ਵਾਸਤੇ। ਸੋਰਠ ਸ੍ਰੀ ਨਾਨਕ ਕੀ ਮਾਤ ਕਰੀ ਰੀਤ ਜੇ ਵਿਆਹ ਕੀ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਨੇ ਉਸੇ ਵੇਲੇ ਵਿਆਹ ਦੀ ਸਾਰੀ ਰੀਤੀ ਪੂਰੀ ਕਰਨ ਲਈ ਤਿਆਰੀ ਕਰ ਦਿੱਤੀ ਹੈ। ਮੰਗਲ ਸਦਨ ਸੁਹਾਤ ਤੋਰਨ ਦਰ ਪਰ ਰਾਜ ਹੀ। ਕਹਿੰਦੇ ਮੰਗਲ ਸਦਨ ਸੁਹਾਤ ਤੋਰਨ ਦਰ ਪਰ, ਦਰ ਪਰ ਦਾ ਮਤਲਬ ਦਰਵਾਜੇ ਤੇ। ਉਸ ਵੇਲੇ ਦਾ ਇੱਕ ਰਿਵਾਜ਼ ਸੀ, ਮੈਂ ਬੇਨਤੀ ਕੀਤੀ ਜਿਹੜੀ ਮਰਿਆਦਾ ਗੁਰਮਤ ਦੀ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੁਣ ਵਿਆਹ ਤੋਂ ਬਾਅਦ ਦ੍ਰਿੜ ਕਰਵਾਉਣੀ, ਅਸਲ ਚ ਸਮਝ ਲਓ ਤੁਸੀਂ। ਮਹਾਰਾਜ ਜੀ ਤੇ ਮਾਤਾ ਜੀ ਨੇ ਸਾਧ ਸੰਗਤ ਜੀ ਕੁਝ ਪੱਤੇ ਇੱਕ ਰੱਸੀ ਨਾਲ ਲੈ ਕੇ ਬੰਨ ਕੇ ਤੇ ਆਪਣੇ ਦਰਵਾਜੇ ਤੇ ਟੰਗ ਦਿੱਤੇ ਹਨ, ਇਹ ਸਮਝ ਲਓ ਉਸ ਵੇਲੇ ਦਾ ਰਿਵਾਜ਼ ਸੀ, ਪਤਾ ਲੱਗ ਜਾਏ ਵਿਆਹ ਵਾਲਾ ਘਰ ਹੈ। ਕਵਿਤ ਨਗਰ ਕਿਨਾਰ ਸਭ ਲੀਨੀ ਹੈ ਹਕਾਰ ਕਿਨੇ। ਮਾਤਾ ਜੀ ਨੇ ਸੁਨੇਹਾ ਭੇਜ ਕੇ ਤੇ ਤਲਵੰਡੀ ਨਗਰ ਦੀਆਂ ਸਾਰੀਆਂ ਇਸਤਰੀਆਂ ਬੁਲਾ ਲਈਆਂ ਜੀ। ਆਂਗਣ ਸ਼ਿੰਗਾਰ ਕੋ ਆਨੰਦ ਉਰਿਆਵਤੀ। ਬੜੇ ਆਨੰਦ ਨਾਲ ਸਾਰੀਆਂ ਇਸਤਰੀਆਂ ਆਈਆਂ ਮਾਤਾ ਤ੍ਰਿਪਤਾ ਜੀ ਦੇ ਘਰੇ। ਬੇਦਨ ਬਧੂਟੀ ਸਭ ਸਭਨ ਕੀ ਲੂਟੀ। ਕੌਣ ਆਏ? ਕਹਿੰਦੇ ਜਿੰਨੇ ਬੇਦੀ ਰਹਿੰਦੇ ਸਨ ਤਲਵੰਡੀ ਵਿਚ, ਸਾਰੀਆਂ ਬੇਦੀ ਖਾਨਦਾਨ ਦੀਆਂ ਇਸਤਰੀਆਂ ਆਈਆਂ ਵਧਾਈ ਦੇਣ ਲਈ ਜੀ। ਬਾਂਧ ਬਾਂਧ ਟੋਲੀ ਮੁਖ ਮੰਦ ਮੰਦ ਗਾਵਤੀ। ਕਹਿੰਦੇ ਨੇ ਟੋਲੀਆਂ ਬੰਨ ਕੇ ਤੁਰੀਆਂ ਆਉਂਦੀਆਂ ਮਹਾਰਾਜ ਜੀ ਦੇ ਘਰ ਵੱਲ ਨੂੰ ਤੇ ਗਾਉਂਦੀਆਂ ਆਉਂਦੀਆਂ ਹਨ ਗਲੀ ਵਿਚ ਖੁਸ਼ੀ ਦੇ ਗੀਤ। ਚੂਨਰੀ ਨਵੀਨ ਲਾਲ ਛੂਟੀ ਸੁੱਠ ਮਾਲ ਗਲੇ। ਸੋਹਣੀਆਂ ਗਲੇ ਵਿਚ ਮਾਲਾਂ ਪਾਈਆਂ ਹਨ, ਸੋਹਣੇ ਵਸਤਰ ਪਹਿਨੇ ਹਨ ਸਾਰਿਆਂ ਨੇ। ਬੇਦੀ ਧਰੇ ਭਾਲ ਭਰੀ ਇਹੋ ਲਸਾਵਤੀ। ਸੋ ਬੇਦੀ ਧਰੇ ਭਾਲ, ਕਈਆਂ ਦੇ ਮੱਥੇ ਉੱਤੇ ਬਿੰਦੀਆਂ ਲੱਗੀਆਂ ਹੋਈਆਂ ਹਨ। ਬਰੀ ਦਰ ਨਾਰੀ ਗੁਰ ਮਾਤ ਸਤਕਾਰੀ ਸਭ। ਜਦੋਂ ਇਸਤਰੀਆਂ ਮਹਾਰਾਜ ਜੀ ਦੇ ਘਰ ਦੇ ਵਿਹੜੇ ਵਿਚ ਆਈਆਂ ਤਾਂ ਉਹਨਾਂ ਦੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਨੇ ਸਾਰਿਆਂ ਨੂੰ ਬੜੇ ਸਤਿਕਾਰ ਨਾਲ ਪਿਆਰ ਨਾਲ ਬੈਠਣ ਵਾਸਤੇ ਜਗ੍ਹਾ ਦਿੱਤੀ ਜੀ। ਭਾਈ ਭੀੜ ਭਾਰੀ ਘਰ ਥਾਮ ਹੁਣ ਨਾ ਪਾਵਤੀ। ਇੰਨੀ ਜ਼ਿਆਦਾ ਭੀੜ ਹੋ ਗਈ ਵੀ ਬੈਠਣ ਲਈ ਥਾਂ ਨੀ ਲੱਭਦਾ ਹੁਣ ਮਹਾਰਾਜ ਜੀ ਦੇ ਵਿਹੜੇ ਵਿਚ। ਦੇਤ ਹੈ ਵਧਾਈ ਲੇਤ ਸੌ ਗੁਣੀ ਚੜਾਏ ਸੀ। ਆਣ ਆਣ ਕੇ ਸਾਰੀਆਂ ਬੀਬੀਆਂ ਮਹਾਰਾਜ ਦੇ ਮਾਤਾ ਜੀ ਨੂੰ ਵਧਾਈਆਂ ਦਿੰਦੀਆਂ ਤੇ ਅੱਗਿਓ ਮਾਤਾ ਜੀ ਸਾਧ ਸੰਗਤ ਜੀ ਸਿਰ ਮੱਥੇ ਤੇ ਸਾਰਿਆਂ ਦੀਆਂ ਵਧਾਈਆਂ ਕਬੂਲ ਕਰਦੇ ਹਨ। ਪੂਜ ਸੁਤ ਈਸ਼ ਕੋ ਅਭਿਗਨਾ ਮਨਾਵੇ। ਅਕਾਲ ਪੁਰਖ ਵਾਹਿਗੁਰੂ ਨੂੰ ਪੂਜ ਕੇ ਨਮਸਕਾਰ ਕਰਕੇ ਫਿਰ ਆਪਣੇ ਪੁੱਤਰ ਦੀਆਂ ਖੁਸ਼ੀਆਂ ਦੇ ਵਾਸਤੇ ਤਿਆਰੀ ਮਾਤਾ ਜੀ ਕਰ ਰਹੇ ਹਨ। ਸੁਣ ਪੁਰ ਸਾਰੇ ਆਏ ਜਾਚਕ ਦੁਆਰੇ ਮਿਲ। ਜਦੋਂ ਮੰਗਤਿਆਂ ਨੂੰ ਲੋੜਵੰਦਾਂ ਨੂੰ ਪਤਾ ਲੱਗਾ ਕਿ ਪਟਵਾਰੀਆਂ ਦੇ ਪੁੱਤਰ ਦੀ ਸ਼ਾਦੀ ਦਾ ਦੇਣ ਆ ਗਿਆ, ਸਾਰੇ ਮੰਗਤੇ ਫਕੀਰ ਲੋੜਵੰਦ ਜਿਹੜੇ ਸਨ ਇੱਕ ਦੂਜੇ ਕੋਲ ਸੁਣ ਸੁਣ ਕੇ ਤੁਰੇ ਆਉਂਦੇ ਹਨ ਜੀ। ਮੰਗਤ ਜੋ ਦੇਤ ਸੋ ਸ਼ੂਸ਼ਨਾ ਹਟਾਵੇ। ਅੱਜ ਮਹਾਰਾਜ ਦੇ ਪਿਤਾ ਜੀ ਵੀ ਬੜੇ ਪ੍ਰਸੰਨ ਨੇ, ਜੋ ਕੋਈ ਮੰਗਦਾ ਉਹਨੂੰ ਦੇਈ ਜਾਂਦੇ ਹਨ, ਕਿਸੇ ਨੂੰ ਖਾਲੀ ਨੀ ਮੋੜਦੇ ਜੀ। ਕਿਨੋ ਪਕਵਾਨ ਬਾਂਟ ਦੀਨੋ ਸਨਮਾਨ ਸਨ। ਉਸੇ ਵੇਲੇ ਮਠਿਆਈਆਂ ਕਢਵਾ ਕੇ ਲੋਕਾਂ ਵਿਚ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਦਕ ਅਮੰਗ ਸੰਗ ਅੰਗ ਮੈ ਨਾ ਪਾਵੇ। ਇੰਨੀ ਅਮੰਗ ਇੰਨੀ ਖੁਸ਼ੀ ਸੀ ਮਹਾਰਾਜ ਜੀ ਦੇ ਮਾਤਾ ਪਿਤਾ ਦੇ ਮਨ ਵਿਚ, ਕਹਿੰਦੇ ਨੇ ਉਹ ਖੁਸ਼ੀ ਸਰੀਰ ਵਿਚ ਸਮਾਉਂਦੀ ਨਹੀਂ ਹੈ। ਦੁੰਦ ਬੀਓ ਪੇਰੀ ਪੌਰ ਤਰੀ ਬਿਦ ਖਰੀ ਵਾਜੇ। ਮਹਾਰਾਜ ਜੀ ਦੇ ਦਰਵਾਜੇ ਤੇ ਵਾਜੇ ਵੱਜਣ ਲੱਗ ਪਏ, ਕਿਉਂਕਿ ਜਿਹੜੇ ਮੰਗਣ ਵਾਲੇ ਨੇ ਕੋਈ ਭੂਰੀਆਂ ਲਿਆ ਕੇ ਭੇਰੀਆਂ ਲਿਆ ਕੇ ਵਜਾਉਂਦਾ, ਕੋਈ ਨਫੀਰੀਆਂ ਵਜਾਉਂਦਾ, ਕੋਈ ਡੱਫ ਲੈ ਕੇ ਮੰਗਣ ਵਾਸਤੇ ਡਫਲੀ ਵਜਾ ਕੇ ਮੰਗਣ ਲਈ ਆਉਂਦਾ ਹੈ। ਸਾਰੇ ਤਰ੍ਹਾਂ ਤਰ੍ਹਾਂ ਦੇ ਮੰਗਤੇ ਆ ਰਹੇ ਨੇ ਤੇ ਤਰ੍ਹਾਂ ਤਰ੍ਹਾਂ ਦੇ ਵਾਜੇ ਖੁਸ਼ੀ ਦੇ ਮਹਾਰਾਜ ਜੀ ਦੇ ਦਰਵਾਜੇ ਤੇ ਵੱਜਣ ਲੱਗ ਪਏ ਜੀ। ਨਾਰਨ ਕੀ ਪੀਰ ਭਰੀ ਹੇਰ ਸੁਖ ਪਾਵੇ। ਇਸਤਰੀਆਂ ਦੇ ਨਾਲ ਸਾਰਾ ਮਾਤਾ ਜੀ ਦਾ ਵਿਹੜਾ ਭਰਿਆ ਹੋਇਆ ਹੈ। ਹੁਤੀ ਕੁਲ ਰੀਤ ਜੋ ਕਾਲੂ ਸਭ ਕੀਨ ਸੋ। ਬਾਬਾ ਕਾਲੂ ਜੀ ਨੇ ਜਿਹੜੀ ਕੁਲ
ਦੀ ਰੀਤੀ ਉਸ ਵੇਲੇ ਕਰਨੀ ਚਾਹੀਦੀ ਸੀ ਸਾਰੀ ਪੂਰੀ ਕੀਤੀ ਜੀ। ਆਏ ਬੇਦੀ ਸਭ ਕੋਰਦੇ ਹਰ ਖਾਇਕ, ਸਾਰੇ ਜਿਹੜੇ ਬੇਦੀ ਰਹਿੰਦੇ ਸਨ ਤਲਵੰਡੀ ਵਿਚ ਉਸ ਮਹਾਰਾਜ ਦੇ ਪਿਤਾ ਜੀ ਨੂੰ ਵਧਾਈ ਦੇਣ ਵਾਸਤੇ ਆਏ ਹਨ। ਬੋਲ ਕੇ ਬਦਨ ਨਿਜ ਸਸੁਰੇ ਸਦਨ ਸੁਧ, ਕਹਿੰਦੇ ਸਾਰਿਆਂ ਨੂੰ ਆਪਣੇ ਮੁਖ ਤੋਂ ਸਾਧ ਸੰਗਤ ਜੀ ਮਿੱਠੇ ਮਿੱਠੇ ਬੋਲ ਮਹਾਰਾਜ ਜੀ ਦੇ ਪਿਤਾ ਜੀ ਬੋਲ ਕੇ ਕਹਿੰਦੇ ਹਨ। ਭੇਜੀ ਜਸ ਪਦ ਏਕ ਮਾਨਵ ਪਠਾਇਕ, ਕੀ ਆਖਿਆ ਹੁਣ ਮਹਾਰਾਜ ਜੀ ਦੇ ਪਿਤਾ ਜੀ ਨੇ ਸਾਧ ਸੰਗਤ ਜੀ ਆਪਣੇ ਸਹੁਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਨਕੇ ਪਿੰਡ ਵਿਚ ਇੱਕ ਬੰਦਾ ਭੇਜ ਦਿੱਤਾ ਇਹ ਖਬਰ ਦੇਣ ਵਾਸਤੇ ਜੀ। ਸੁਣੀ ਮਨ ਪਾਏ ਤੈਨ ਮੰਗਲ ਕਰਾਏ ਬਹੁ, ਜਦੋਂ ਮਹਾਰਾਜ ਜੀ ਦੇ ਨਾਨਕੇ ਖਬਰ ਪਹੁੰਚੀ ਉਹਨਾਂ ਨੇ ਵੀ ਸਾਧ ਸੰਗਤ ਜੀ ਬਹੁਤ ਮੰਗਲ ਖੁਸ਼ੀਆਂ ਕੀਤੀਆਂ। ਲੈ ਕੇ ਸਮਾਜ ਸਭ ਆਏ ਸੁਖ ਪਾਏ, ਉਸ ਵੇਲੇ ਸਾਰੀ ਸਮੱਗਰੀ ਲੈ ਕੇ ਗੱਡੇ ਤੇ ਲੱਦ ਕੇ ਮਹਾਰਾਜ ਜੀ ਦਾ ਨਾਨਕਾ ਪਰਿਵਾਰ ਤਲਵੰਡੀ ਆ ਗਿਆ ਸਾਰਾ ਜੀ। ਮਿਲ ਕੇ ਵਿਚਾਰ ਕਰ ਚਲੇ ਸੁਲਤਾਨਪੁਰ, ਹੁਣ ਵਿਚਾਰ ਕਰਕੇ ਤੇ ਤਲਵੰਡੀ ਤੋਂ ਸੁਲਤਾਨਪੁਰ ਜਾਣਾ ਚਾਹੁੰਦੇ ਹਨ ਸਾਰੇ ਜਾਣੇ। ਸੌਜਲੀ ਜੇ ਸਰਸਨਾ ਦੀਜੀਏ ਭੁਲਾਏ, ਤੇ ਬਾਬਾ ਕਲਿਆਣ ਚੰਦ ਜੀ ਮਹਾਰਾਜ ਦੇ ਪਿਤਾ ਜੀ ਸਾਰਿਆਂ ਨੂੰ ਕਹਿ ਰਹੇ ਨੇ ਵੀ ਕੋਈ ਚੀਜ਼ ਭੁੱਲ ਨਾ ਜਾਵੇ, ਸੌਜ ਲੀਜੀਏ ਸਭ ਦੀਜੀਏ ਨਾ ਭੁਲਾਏ, ਕਹਿੰਦੇ ਕੋਈ ਚੀਜ਼ ਭੁੱਲ ਨਾ ਜਾਵੇ, ਕੋਈ ਰਹਿ ਨਾ ਜਾਵੇ, ਸਾਰੀਆਂ ਚੀਜ਼ਾਂ ਖਿਆਲ ਨਾਲ ਰੱਖੋ ਗੱਡਿਆਂ ਦੇ ਉੱਪਰ। ਸਵਈਆ ਕਾਲੂ ਗਯੋ ਤਬ ਰਾਏ ਕੇ ਪਾਸ, ਕਰੀ ਅਰਦਾਸ ਤਜੀਮ ਬਖਾਨੀ, ਸਾਰੀ ਤਿਆਰੀ ਇੱਧਰ ਕਹਿ ਦਿੱਤੀ ਹੈ ਵੀ ਤੁਸੀਂ ਗੱਡਿਆਂ ਤੇ ਸਮਾਨ ਰੱਖੋ ਤੇ ਆਪ ਮਹਾਰਾਜ ਦੇ ਪਿਤਾ ਜੀ ਰਾਏ ਬਲਾਰ ਕੋਲ ਚਲੇ ਗਏ ਉਹਨੂੰ ਖਬਰ ਦੇਣ ਵਾਸਤੇ। ਜਦੋਂ ਉਹਦੇ ਕੋਲ ਗਏ ਤੇ ਜਾ ਕੇ ਉਹਨੂੰ ਦੁਆ ਸਲਾਮ ਕੀਤੀ ਜੀ। ਨਾਨਕ ਦਾ ਤੁਮਾਰੇ ਕੋ ਵਿਆਹ ਚਲੋ ਸੁਲਤਾਨਪੁਰੇ ਮਮਠਾਨੀ, ਜਾ ਕੇ ਰਾਏ ਬਲਾਰ ਨੂੰ ਕਹਿਣ ਲੱਗੇ ਮਹਾਰਾਜ ਦੇ ਪਿਤਾ ਜੀ ਵੀ ਨਾਨਕ ਦਾਸ ਤੁਮਾਰੇ ਕੋ ਵਿਆਹੇ ਚਲੋ, ਹੁਣ ਤੁਹਾਡੇ ਦਾਸ ਨਾਨਕ ਦਾ ਵਿਆਹ ਆ ਗਿਆ ਤੇ ਅਸੀਂ ਸੁਲਤਾਨਪੁਰ ਚੱਲੇ ਹਾਂ ਵਿਆਹ ਦੇ ਵਾਸਤੇ। ਕਹਿਣ ਲੱਗੇ ਰਾਏ ਜੀ ਮੈਂ ਤੁਹਾਡੀ ਆਗਿਆ ਲੈਣ ਵਾਸਤੇ ਆਇਆ ਤੇ ਹੁਣ ਤੁਸੀਂ ਚੰਗੀ ਰਾਏ ਵੀ ਦਿਓ, ਮੈਨੂੰ ਆਗਿਆ ਵੀ ਦਿਓ, ਕਿਉਂਕਿ ਤੁਹਾਡੇ ਦਾਸ ਦਾ ਵਿਆਹ ਆ ਗਿਆ, ਤਰੀਕ ਪੱਕੀ ਹੋ ਗਈ ਹੈ, ਅਸੀਂ ਜਾਣਾ ਹੈ। ਰੋਸ ਮੈਂ ਰਾਏ ਭਯੋ ਸੁਣ ਕੇ ਮਤ ਕਾਲੂ ਰਹੀ ਤੁਝ ਨੀਤ ਅਜਾਨੀ, ਇਹ ਗੱਲ ਸੁਣ ਕੇ ਰਾਏ ਬਲਾਰ ਨੇ ਹੋਣਾ ਤਾਂ ਖੁਸ਼ ਸੀ, ਖੁਸ਼ ਹੋਣ ਦੀ ਥਾਂ ਤੇ ਰਾਏ ਬਲਾਰ ਗੁੱਸੇ ਚ ਆ ਗਿਆ। ਕਹਿੰਦੇ ਰੋਸ ਮੈਂ ਰਾਏ ਭਯੋ ਸੁਣ ਕੇ, ਗੁੱਸਾ ਆ ਗਿਆ ਰਾਏ ਬਲਾਰ ਨੂੰ, ਕੀ ਕਹਿਣ ਲੱਗੇ, ਕਹਿੰਦੇ ਮਤ ਕਾਲੂ ਰਹੀ ਤੁਝ ਨੀਤ ਅਜਾਨੀ, ਕਹਿਣ ਲੱਗੇ ਪਟਵਾਰੀ ਤੇਰੀ ਮਤ ਅਣਜਾਣਾ ਵਾਲੀ ਰਹੀ ਸਦਾ ਹੀ। ਗੱਲ ਸੁਣੀ ਤੇ ਖੁਸ਼ੀ ਦੀ ਸੀ ਪਰ ਗੁੱਸਾ ਆਇਆ ਰਾਏ ਬਲਾਰ ਨੂੰ, ਕਿਉਂ ਆਇਆ? ਮਹਾਰਾਜ ਦੇ ਪਿਤਾ ਜੀ ਨੂੰ ਕਹਿਣ ਲੱਗੇ ਤੈਨੂੰ ਦੱਸ ਤੈਨੂੰ ਕਿਵੇਂ ਸਮਝਾਈਏ, ਕਿੰਨੀ ਵਾਰ ਤੈਨੂੰ ਆਖਿਆ ਤੇਰੀ ਮਾਤਾ ਗਿਆਨੀਆਂ ਅਣਜਾਣਾ ਵਾਲੀ ਰਹੀ ਸਦਾ। ਤਾਤ ਪਛਾਣ ਭੇਦ ਲਖੇ ਨਹਿ, ਉਹ ਕਹਿਣ ਲੱਗੇ ਵੀ ਤੂੰ ਆਪਣੇ ਪੁੱਤਰ ਦਾ ਭੇਦ ਨਹੀਂ ਜਾਣਦਾ, ਉਸ ਦਿਨ ਵੀ ਮੈਂ ਤੈਨੂੰ ਕੁਝ ਸਮਝਾਇਆ ਸੀ ਤੇ ਅੱਜ ਫੇਰ ਆਣ ਕੇ ਤੂੰ ਉਹੀ ਗੱਲ ਕੀਤੀ ਹੈ। ਦੁਖ ਤਮੋਹੈ ਕਰੇ ਬਿਨ ਜਾਨੀ, ਰਾਏ ਬਲਾਰ ਕਹਿਣ ਲੱਗਾ ਜਾਣ ਜਾਣ ਕੇ ਤੂੰ ਮੇਰਾ ਹਿਰਦਾ ਦਿਖਾਉਣਾ ਆਣ ਕੇ। ਦਾਸ ਲਖੈ ਤੇ ਕੋ ਮਨ ਮੈਂ, ਉਹਨੂੰ ਮੇਰਾ ਦਾਸ ਕਹਿਣ ਡਿਆ ਆਪਣੇ ਪੁੱਤਰ ਨੂੰ, ਉਸ ਦਿਨ ਵੀ ਮੈਂ ਤੈਨੂੰ ਸਮਝਾਇਆ ਸੀ। ਇਹੋ ਲੋਕਨ ਕੋ ਪਤ ਯੋਗ ਅਤ ਦਾਨੀ, ਕਹਿੰਦੇ ਉਹ ਮੁਕਤੀਦਾਤਾ ਤਿੰਨਾਂ ਲੋਕਾਂ ਦਾ ਪਤੀ ਹੈ ਤੇ ਤੂੰ ਆਣ ਕੇ ਉਹਨੂੰ ਮੇਰਾ ਦਾਸ ਕਹਿਣਾ, ਕਿਉਂਕਿ ਮਹਾਰਾਜ ਦੇ ਪਿਤਾ ਜੀ ਨੇ ਆਖਿਆ ਸੀ ਤੁਹਾਡੇ ਦਾਸ ਦੇ ਵਿਆਹ ਦੀ ਤਰੀਕ ਪੱਕੀ ਹੋ ਗਈ ਤੇ ਹੁਣ ਅਸੀਂ ਸੁਲਤਾਨਪੁਰੇ ਜਾਣਾ, ਆਗਿਆ ਦਿਓ। ਤੇ ਗੁੱਸੇ ਚ ਆ ਕੇ ਰਾਏ ਬਲਾਰ ਕਹਿੰਦੇ ਤੇਰੀ ਮੱਤ ਅਣਜਾਣਾ ਵਾਲੀ ਰਹੀ, ਉਸ ਦਿਨ ਵੀ ਮੈਂ ਤੈਨੂੰ ਆਖਿਆ ਸੀ ਵੀ ਮੈਂ ਤੇਰੇ ਪੁੱਤਰ ਦਾ ਦਾਸ ਹਾਂ, ਤੇਰਾ ਪੁੱਤਰ ਮੇਰਾ ਦਾਸ ਨਹੀਂ ਹੈਗਾ, ਉਹ ਤਿੰਨਾਂ ਲੋਕਾਂ ਦਾ ਮਾਲਕ ਹੈ ਤੇ ਤੂੰ ਆਣ ਕੇ ਜਾਣ ਜਾਣ ਕੇ ਉਹ ਗੱਲਾਂ ਕਹਿ ਕੇ ਮੇਰਾ ਹਿਰਦਾ ਦਿਖਾਉਂਦਾ ਹੈ। ਰਾਂਝ ਹੁੰਦਾ ਸਾਧ ਸੰਗਤ ਨਾਰਾਜ਼ ਹੋਣਾ, ਰਾਏ ਬਲਾਰ ਨੇ ਆਖਿਆ ਮੈਂ ਖੁਸ਼ ਨਹੀਂ ਹੋਇਆ ਤੇਰੀ ਇਹ ਗੱਲ ਸੁਣ ਕੇ, ਨਾਰਾਜ਼ ਹੈ, ਮੇਰਾ ਹਿਰਦਾ ਦੁਖੀ ਹੋਇਆ ਹੈ। ਫੇਰ ਕਰੋ ਨਾ ਐਸੇ ਬਖਾਨੀ, ਤੇ ਮੁੜ ਕੇ ਅੱਜ ਤੋਂ ਬਾਅਦ ਇਹੋ ਜਿਹਾ ਬਚਨ ਤੂੰ ਕਦੀ ਨਹੀਂ ਕਹਿਣਾ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮੇਰਾ ਦਾਸ ਨਹੀਂ ਕਹਿਣਾ, ਮੈਂ ਤੇਰੇ ਪੁੱਤਰ ਦਾ ਦਾਸ ਹਾਂ ਸੱਚੇ ਪਾਤਸ਼ਾਹ ਜੀ ਦਾ। ਹੋਏ ਰਹੋ ਸਮਝਾਏ ਸਭ ਵਿਦ, ਬਹੁਤ ਤਰੀਕੇ ਨਾਲ ਰਾਏ ਬਲਾਰ ਨੇ ਸਮਝਾਇਆ ਮਹਾਰਾਜ ਜੀ ਦੇ ਪਿਤਾ ਜੀ ਨੂੰ। ਇੱਕ ਵੀ ਬਾਤ ਨਹੀਂ ਮਨ ਮਾਨੀ, ਉਹ ਕਹਿਣ ਲੱਗੇ ਪਹਿਲਾਂ ਵੀ ਤੈਨੂੰ ਕਿੰਨੀ ਵਾਰੀ ਸਮਝਾਇਆ ਪਟਵਾਰੀ, ਪਰ ਤੂੰ ਇੱਕ ਵੀ ਗੱਲ ਮੇਰੀ ਮੰਨਦਾ ਨਹੀਂ। ਕਾਲੂ ਬਖਾਣ ਤੇ ਰਾਏ ਸੁਣੋ, ਜਦੋਂ ਰਾਏ ਬਲਾਰ ਗੁੱਸੇ ਚ ਆਇਆ ਤਾਂ ਫਿਰ ਮਹਾਰਾਜ ਜੀ ਦੇ ਪਿਤਾ ਜੀ ਛੇਤੀ ਛੇਤੀ ਨਿਮਰਤਾ ਨਾਲ ਇੱਦਾਂ ਕਹਿਣ ਲੱਗੇ ਜੀ, ਮੈਂ ਈਸ਼ਰ ਕੇ ਸਮਝਾਂ। ਕਹਿਣ ਲੱਗਾ ਜੀ ਅਸਲ ਚ ਰਾਏ ਜੀ ਮੈਂ ਤਾਂ ਤੁਹਾਨੂੰ, ਮੈਂ ਸਤਿਕਾਰ ਤੁਹਾਡਾ ਬਹੁਤ ਕਰਦਾ, ਮੈਂ ਤੁਹਾਨੂੰ ਰੱਬ ਦੀ ਥਾਂ ਤੇ ਜਾਣਦਾ ਆਪਣੇ ਪਿੰਡ ਵਿਚ। ਬੈਸ ਬੜੀ ਪੁਰ ਕੇ ਪਤ ਰਾਬ, ਇੱਕ ਤੇ ਤੁਹਾਡੀ ਉਮਰ ਬਹੁਤ ਵੱਡੀ ਹੈ, ਮੇਰੇ ਤੋਂ ਵੀ ਵੱਡੀ ਹੈ, ਮੇਰੇ ਪੁੱਤਰ ਤੋਂ ਵੀ ਵੱਡੀ ਹੈ, ਫਿਰ ਤੁਸੀਂ ਇਸ ਇਲਾਕੇ ਦੇ ਸਾਰੇ ਦੇ ਤੁਸੀਂ ਮਾਲਕ ਹੋ। ਆਦਰ ਮਾਨ ਪਛਾਣ ਤੇ ਹੋ, ਤੁਹਾਡੇ ਆਦਰ ਮਾਨ ਵਾਸਤੇ ਮੈਂ ਇਹ ਗੱਲ ਕਹਿੰਦਾ, ਇੱਕ ਉਮਰ ਵਿਚ ਵੱਡੇ ਜੇ ਤੁਸੀਂ, ਦੂਸਰੇ ਤੁਸੀਂ ਹਾਕਮ ਜੇ, ਰਾਜੇ ਜੇ ਇਸ ਥਾਂ ਦੇ, ਤੇ ਇਸ ਕਰਕੇ ਮੈਂ ਕਿਵੇਂ ਕਹਿ ਸਕਦਾ ਵੀ ਮੇਰਾ ਪੁੱਤਰ ਤੁਹਾਡਾ ਮਾਲਕ ਹੈ, ਮੈਂ ਤਾਂ ਤੁਹਾਡੇ ਸਤਿਕਾਰ ਵਾਸਤੇ ਇਹ ਗੱਲਾਂ ਕਰਦਾ ਹਾਂ। ਆਦਰ ਔਰਨ ਬਾਤਨ ਕੋ, ਉਹ ਗੱਲ ਸੁਣ ਕੇ ਨਾ ਮਹਾਰਾਜ ਦੇ ਪਿਤਾ ਜੀ ਦੀ, ਅੱਗੇ ਰਾਏ ਬਲਾਰ ਕਹਿਣ ਲੱਗਾ ਨਹੀਂ ਆਦਰ ਉਹ ਹੋਰ ਨਾ ਗੱਲਾਂ ਚ ਹੁੰਦਾ,
ਆਦਰ ਮਾਨਣ ਆਦਰ ਔਰਨ ਬਾਤਨ ਕੋ, ਰਾਏ ਬੁਲਾਰ ਕਹਿਣ ਲੱਗਾ ਨਾ ਹੋਰ ਗੱਲਾਂ ਚ ਆਦਰ ਕਰ ਸਕਦਾ ਤੂੰ, ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਜ਼ਿਕਰ ਆਵੇ ਉਦੋਂ ਮੇਰੇ ਆਦਰ ਦਾ ਖਿਆਲ ਨਹੀਂ ਕਰਨਾ, ਗੁਰੂ ਸਾਹਿਬ ਜੀ ਦੇ ਆਦਰ ਦਾ ਖਿਆਲ ਰੱਖਣਾ ਹੈ। ਸੁਣ ਕਾਲੂ ਮੈਂ ਹੀਨਤ ਮਾਨ ਤੇ ਹੋ, ਉਹ ਰਾਏ ਬੁਲਾਰ ਜੀ ਕਹਿਣ ਲੱਗੇ ਸੁਣ ਬਾਬਾ ਕਾਲੂ, ਮੈਂ ਬਹੁਤ ਹੀਨਤਾ ਮੰਨਦਾ ਜਦੋਂ ਤੂੰ ਆਪਣੇ ਪੁੱਤਰ ਨੂੰ ਮੇਰਾ ਦਾਸ ਕਹਿੰਦਾ, ਮੈਨੂੰ ਸ਼ਰਮਿੰਦਗੀ ਹੁੰਦੀ ਆ, ਮੈਨੂੰ ਗੁੱਸਾ ਆਉਂਦਾ, ਏਦਾਂ ਨਾ ਆਖਿਆ ਕਰ ਤੂੰ। ਸ਼ੀਸ ਕਰੀਟ ਸੁਹਾਵਤ ਹੈ, ਕਰੀਟ ਹੁੰਦਾ ਮੁਕਟ। ਰਾਏ ਬੁਲਾਰ ਜੀ ਕਹਿਣ ਲੱਗੇ ਜਿਹੜਾ ਸੀਸ ਸਿਰ ਦੇ ਉੱਤੇ ਪਾਉਣ ਵਾਲਾ ਮੁਕਟ ਹੋਵੇ, ਪਗ ਪਾਵਤ ਮੂੜ ਮਠਾਂ ਤੋਂ, ਤੇ ਜੇ ਉਸ ਮੁਕਟ ਨੂੰ ਕੋਈ ਪੈਰਾਂ ਚ ਪਾਈ ਜਾਵੇ, ਜਿਹਨੂੰ ਸਿਰ ਤੇ ਪਾਈਦਾ ਤੇ ਉਹਨੂੰ ਸਿਆਣਾ ਨੀ ਕਹਿੰਦੇ। ਇਸ ਕਰਕੇ ਤੇਰਾ ਪੁੱਤਰ ਉਹ ਮੁਕਟ ਹੈ ਮੇਰੇ ਸੀਸ ਦਾ, ਉਹਨੂੰ ਮੇਰਾ ਦਾਸ ਨਾ ਆਖਿਆ ਕਰ, ਜੇ ਤੂੰ ਏਦਾਂ ਆਣ ਕੇ ਕਹਿੰਦਾ ਮੈਨੂੰ ਚੰਗਾ ਨੀ ਲੱਗਦਾ। ਫਿਰ ਦੋਹਰਾ ਆਪ ਕੋ ਕਹਿਬੋ ਬਖਸ਼ੀਐ, ਫਿਰ ਹੋਰ ਨਾ ਕਰੋ ਉਚਾਰ। ਫਿਰ ਮਹਾਰਾਜ ਦੇ ਪਿਤਾ ਜੀ ਕਹਿਣ ਲੱਗੇ ਚਲੋ ਠੀਕ ਹੈ ਜੀ, ਆਹ ਮੇਰੀ ਆਖਰੀ ਗਲਤੀ ਹੈ, ਮੁੜ ਕੇ ਨੀ ਮੈਂ ਕਰਦਾ, ਹੁਣ ਮੈਨੂੰ ਮਾਫ ਕਰ ਦਿਓ। ਵਿਸਰ ਜਾਤ ਮਮ੍ਰਿਦੈ ਤੇ ਰਾਖੋ ਅਭੈ ਸੰਭਾਰ, ਕਹਿੰਦੇ ਮੈਨੂੰ ਭੁੱਲ ਜਾਂਦਾ ਸੀ, ਅਸਲ ਵਿੱਚ ਮੇਰੇ ਹਿਰਦੇ ਚੋਂ ਇਹ ਗੱਲ ਵਿਸਰ ਜਾਂਦੀ ਸੀ ਤੇ ਹੁਣ ਮੈਂ ਸੰਭਾਲ ਕੇ ਰੱਖਾਂਗਾ, ਚੇਤਾ ਰੱਖਾਂਗਾ, ਹੁਣ ਮੈਂ ਆਣ ਕੇ ਏਦਾਂ ਦਾ ਬਚਨ ਨਹੀਂ ਕਰਦਾ, ਆਹ ਮੇਰੀ ਗਲਤੀ ਮਾਫ ਕਰ ਦਿਓ ਤੁਸੀਂ। ਹੋਰ ਹਾਂ ਬਖਸ਼ਣ ਕੋ ਕੌਣ ਬਖਸ਼ਣ ਉਚਿਤ ਸੋ ਬਖਸ਼ਈ, ਮਹਾਰਾਜ ਦੇ ਪਿਤਾ ਜੀ ਦੀ ਗੱਲ ਸੁਣ ਕੇ ਰਾਏ ਬੁਲਾਰ ਜੀ ਕਹਿਣ ਲੱਗੇ ਮੈਂ ਕੌਣ ਆ ਬਖਸ਼ਣ ਵਾਲਾ ਤੇਰੀ ਗਲਤੀ, ਉਹ ਸਾਰਿਆਂ ਨੂੰ ਬਖਸ਼ਣ ਵਾਲਾ ਤੇ ਤੇਰੇ ਘਰੇ ਬੈਠਾ ਹੈ। ਸੁਤ ਨਾਨਕ ਤੁਝ ਪਾਉਣ ਬਿਨ ਬਖਸ਼ਣ ਬਖਸ਼ੇ ਸਦਾ, ਤੇਰੇ ਘਰ ਵਿੱਚ ਜਿਹੜਾ ਤੇਰਾ ਪੁੱਤਰ ਤੂੰ ਸਮਝਦਾ ਨਾ, ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤਾਂ ਉਹਨਾਂ ਨੂੰ ਬਖਸ਼ ਦਿੰਦੇ ਜਿਹਨਾਂ ਨੂੰ ਕਿਸੇ ਨੇ ਕਦੀ ਬਖਸ਼ਣਾ ਹੀ ਨਹੀਂ ਸੀ, ਜਿਹੜੇ ਕਦੀ ਨਹੀਂ ਸੀ ਬਖਸ਼ੇ ਜਾ ਸਕਦੇ, ਮਹਾਰਾਜ ਨੂੰ ਸੀਸ ਨਵਾ ਕੇ ਤਾਂ ਉਹ ਬਖਸ਼ੇ ਜਾਂਦੇ ਨੇ, ਤੇ ਮੈਂ ਕੌਣ ਆ ਤੇਰੀ ਗਲਤੀ ਮਾਫ਼ ਕਰਨ ਵਾਲਾ, ਤੂੰ ਐਸੇ ਮਹਾਨ ਸਤਿਗੁਰੂ ਸਾਹਿਬ ਦਾ ਪਿਤਾ ਹੈ, ਬਸ ਮੈਂ ਤੈਨੂੰ ਇਹ ਕਹਿਣਾ ਵੀ ਉਹਨੂੰ ਆਣ ਕੇ ਮੇਰਾ ਦਾਸ ਨਾ ਆਖਿਆ ਕਰ, ਮੈਨੂੰ ਚੰਗਾ ਨਹੀਂ ਲੱਗਦਾ। ਸਵਈਆ ਜਾਹੋ ਅਬੈ ਹਮਰੀ ਦਿਸ਼ ਤੇ, ਰਾਏ ਬੁਲਾਰ ਜੀ ਕਹਿਣ ਲੱਗੇ ਜਾਓ ਮੇਰੇ ਵੱਲੋਂ ਵੀ ਜਾ ਕੇ ਵਧਾਈਆਂ ਦੇਣੀਆਂ, ਖੁਸ਼ੀ ਖੁਸ਼ੀ ਵਿਆਹ ਕਰੋ ਜਾ ਕੇ ਮਹਾਰਾਜ ਦਾ। ਕਿਰਤ ਬੰਦਗੀ ਨਾਨਕ ਚੰਦ ਅਗਰ, ਸਭ ਤੋਂ ਪਹਿਲਾਂ ਚੰਦ ਸਿੱਖੇ ਮੁਖ ਵਾਲੇ ਪਵਿੱਤਰ ਮੁਖੜੇ ਵਾਲੇ ਗੁਰੂ ਨਾਨਕ ਸਾਹਿਬ ਜੀ ਨੂੰ ਮੇਰੇ ਵੱਲੋਂ ਜਾ ਕੇ ਨਮਸਕਾਰ ਕਰਿਓ ਸੁਲਤਾਨਪੁਰ। ਹਾਸਲ ਹੋਏ ਮੁਰਾਦ ਤੁਮਾਰ, ਜਾਓ ਖੁਦਾ ਤੁਹਾਡੇ ਮਨ ਦੀ ਮੁਰਾਦ ਪੂਰੀ ਕਰੇ, ਇਹ ਅਸੀਸ ਦਿੱਤੀ ਰਾਏ ਬੁਲਾਰ ਜੀ ਨੇ। ਖੁਦਾਏ ਕਰੇ ਸਭ ਕਾਰ ਸਵਾਰੀ, ਮੈਂ ਕਹਿੰਦਾ ਖੁਦਾ ਸਾਰੇ ਕਾਰਜਾਂ ਵਿੱਚ ਆਪ ਸਹਾਈ ਹੋਵੇ ਤੇ ਆਪ ਕਰੇ ਸਾਰੇ ਕੰਮ ਰੱਬ। ਸ਼ੂਮਤਾ ਖੋਏ ਉਧਾਰਤਾ ਧਾਰ, ਇੱਕ ਹੋਰ ਗੱਲ ਆਖੀ ਮਹਾਰਾਜ ਦੇ ਪਿਤਾ ਜੀ ਨੂੰ ਰਾਏ ਬੁਲਾਰ ਕਹਿਣ ਲੱਗੇ ਸ਼ੂਮਤਾ ਹੁਣ ਸੂਮ ਨਾ ਬਣ ਜੀ ਉੱਥੇ ਜਾ ਕੇ, ਉਥੇ ਖੁੱਲੇ ਦਿਲ ਨਾਲ ਖਰਚਾ ਕਰੀ ਕਿਉਂਕਿ ਮਹਾਰਾਜ ਸਾਹਿਬ ਜੀ ਦਾ ਵਿਆਹ ਹੈ। ਕਰੋ ਉਪਵਿਆਹ ਸੋ ਕੀਰਤ ਕਰੀ, ਤੇ ਬਹੁਤ ਸੁੱਖ ਦੇ ਨਾਲ ਖੁਸ਼ੀ ਨਾਲ, ਇੰਨਾ ਵੀ ਕੀਰਤੀ ਦੂਰ ਦੂਰ ਤੱਕ ਇਸ ਵਿਆਹ ਦੀ ਹੋਣੀ ਚਾਹੀਦੀ, ਇਸ ਕਰਕੇ ਉੱਥੇ ਸੂਮਾ ਵਰਗੂ ਨਾ ਕਰੀ ਤੂੰ। ਮੋਹੇ ਨਕੇ ਤੇ ਚਾਹੇ ਜੋ ਲੈ ਬਹੋ, ਰਾਏ ਬੁਲਾਰ ਕਹਿੰਦਾ ਮੇਰੇ ਘਰੋਂ ਕੀ ਚਾਹੀਦਾ ਦੱਸ ਤੈਨੂੰ, ਜੋ ਚਾਹੀਦਾ ਦਰਵਾਜੇ ਖੁੱਲੇ ਨੇ ਸਾਰਾ ਕੁਝ ਲੈ ਕੇ ਜਾ। ਹੈ ਸਿਵਕਾ ਰਥ ਆਓ ਧਨ ਭਾਰੀ, ਕਹਿੰਦੇ ਸਿਵਕਾ ਹੁੰਦੀਆਂ ਪਾਲਕੀਆਂ ਰਥ ਤੇ ਧਨ, ਉਸੇ ਵੇਲੇ ਰਾਏ ਬੁਲਾਰ ਨੇ ਆਖਿਆ ਕੁਝ ਪਾਲਕੀਆਂ ਤਿਆਰ ਕਰੋ, ਆਪਣੇ ਸੇਵਕਾਂ ਨੂੰ ਕਹਿਣ ਲੱਗਾ ਕਹਿੰਦਾ ਕੁਝ ਰਥ ਤਿਆਰ ਕਰੋ ਤੇ ਬਹੁਤ ਸਾਰਾ ਧਨ ਖਜਾਨਚੀ ਨੂੰ ਸੱਦ ਕੇ ਮੰਗਾਇਆ ਰਾਏ ਬੁਲਾਰ ਨੇ। ਲੀਨੇ ਤੁਰੰਗ ਭੂਖਨ ਸੰਜੁਤ, ਬਹੁਤ ਸਾਰੇ ਘੋੜੇ ਸਾਧ ਸੰਗ ਜੀ ਸੋਹਣੀਆਂ ਕਾਠੀਆਂ ਨਾਲ ਸਜਾ ਕੇ ਤਿਆਰ ਕੀਤੇ। ਸੁੰਦਰ ਜੀਨ ਜਨੈ ਸ਼ਬ ਸ਼ਾਏ, ਕਹਿੰਦੇ ਸੁੰਦਰ ਜੀਨਾ ਜੀਨ ਕਾਠੀ ਨੂੰ ਕਹਿੰਦੇ, ਸੁੰਦਰ ਕਾਠੀਆਂ ਜਿਨ੍ਹਾਂ ਦੇ ਉੱਤੇ ਕੱਸੀਆਂ ਗਈਆਂ, ਐਸੇ ਘੋੜੇ ਰਾਏ ਬੁਲਾਰ ਨੇ ਕਹਿ ਕੇ ਤਿਆਰ ਕਰਵਾਏ, ਰਥ ਤਿਆਰ ਕਰਵਾਏ, ਉਹਨੇ ਬਹੁਤ ਸਾਰਾ ਧਨ ਕੁਝ ਪਾਲਕੀਆਂ ਤਿਆਰ ਕਰਵਾਈਆਂ ਹਨ। ਸਿਆਂਦਨ ਯਾ ਸਕਟੇ ਸ਼ੁਭ ਸਾਜ ਕੈ, ਸਿਆਂਦਨ ਸਾਧ ਸੰਗ ਜੀ ਹੁੰਦੇ ਨੇ ਰਥ ਤੇ ਸਕਟੇ ਗੱਡੇ, ਕੁਝ ਗੱਡੇ ਤਿਆਰ ਕੀਤੇ, ਇੰਨੀ ਵੱਡੀ ਤਿਆਰੀ ਤਾਂ ਰਾਏ ਬੁਲਾਰ ਨੇ ਕਰ ਦਿੱਤੀ ਆਪਣੇ ਸੇਵਕਾਂ ਨੂੰ ਕਹਿ ਕੇ। ਤੰਬੂ ਕਨਾਤ ਲਏ ਸਮਦਾਈ, ਤੇ ਉਹਨਾਂ ਗੱਡਿਆਂ ਦੇ ਉੱਤੇ ਬਹੁਤ ਸਾਰੇ ਤੰਬੂ ਕਨਾਤਾਂ ਲੱਦ ਦਿੱਤੇ ਹਨ। ਕਾੜੂ ਨਾ ਲੇਵਤ ਹੈ ਧਨ ਹੱਥ ਮੈਂ, ਜਦੋਂ ਸਾਰੀ ਤਿਆਰੀ ਬਾਕੀ ਤਾਂ ਹੋ ਗਈ ਪਰ ਜਦੋਂ ਮਾਇਆ ਦੀ ਥੈਲੀ ਦੇਣ ਲੱਗੇ ਮਹਾਰਾਜ ਦੇ ਪਿਤਾ ਜੀ ਨੂੰ ਰਾਏ ਬੁਲਾਰ ਜੀ ਤੇ ਬਾਬਾ ਕਾਲੂ ਜੀ ਸਾਧ ਸੰਗਿਓ ਲੈਂਦੇ, ਕਹਿੰਦੇ ਨਹੀਂ ਨਹੀਂ ਜੀ ਤੁਸੀਂ ਪਹਿਲਾਂ ਹੀ ਬਹੁਤ ਤਿਆਰੀ ਕਰਵਾ ਦਿੱਤੀ ਤੇ ਮੈਂ ਪੈਸੇ ਨਹੀਂ ਲੈਣੇ, ਧਨ ਨਹੀਂ ਮੈਂ ਲੈਣਾ ਹੈ। ਬਰਿਆਈ ਹੁੰਦਾ ਬਦੋ ਬਦੀ, ਪਰ ਰਾਜੇ ਰਾਏ ਬੁਲਾਰ ਨੇ ਸਾਧ ਸੰਗ ਜੀ ਬਦੋ ਬਦੀ ਮਹਾਰਾਜ ਜੀ ਦੇ ਪਿਤਾ ਜੀ ਨੂੰ ਧਨ ਦਿੱਤਾ, ਕਹਿਣ ਲੱਗੇ ਨੇ ਮੈਂ ਵੀ ਤਾਂ ਕੁਝ ਖਰਚਾ ਕਰਨਾ ਨਾ, ਮੇਰੇ ਮਾਲਕ ਦਾ ਵਿਆਹ ਹੋ ਰਿਹਾ ਸੱਚੇ ਪਾਤਸ਼ਾਹ ਜੀ ਦਾ, ਆਹ ਰਾਤ ਵੀ ਤੁਸੀਂ ਲੈ ਕੇ ਜਾਣੇ, ਪਾਲਕੀਆਂ ਲੈ ਕੇ ਜਾਣੀਆਂ, ਇਹ ਗੱਡੇ ਵੀ ਲੈ ਕੇ ਜਾਣੇ ਆ, ਸਾਰਾ ਸਮਾਨ ਜਿਹੜਾ ਤੰਬੂ ਕਨਾਤਾਂ ਮੈਂ ਲਦਾ ਦਿੱਤੀਆਂ, ਪਰ ਆਹ ਧਨ ਆਹ ਪੈਸੇ ਤੁਸੀਂ ਮੇਰੇ ਵੱਲੋਂ ਵਿਆਹ ਚ ਖਰਚਣੇ ਹਨ। ਬੰਧਨ ਕੋ ਕਰ ਹੋਏ ਵਿਦਾ, ਕਹਿੰਦੇ ਖੁਸ਼ੀ ਨਾਲ ਮਹਾਰਾਜ ਜੀ ਦੇ ਪਿਤਾ ਜੀ ਫਿਰ ਸਾਧ ਸੰਗਤ ਜੀ ਬੰਦਨਾ ਕਰਕੇ ਤੇ ਵਿਦਾ ਹੋਏ ਰਾਏ ਬੁਲਾਰ ਕੋਲ। ਧਾਮ ਗਯੋ ਮਨ ਮੈਂ ਹਰ ਖਾਇ, ਬਹੁਤ ਖੁਸ਼ ਖੁਸ਼ ਮਹਾਰਾਜ ਜੀ ਦੇ ਪਿਤਾ ਜੀ ਆਪਣੇ ਘਰ ਗਏ ਹਨ। ਮਾਨ ਭੇਜ ਬੁਲਾਏ ਪਠੇ ਸਭ, ਇਹ ਕਹਿੰਦੇ ਨੇ ਇੱਕ ਬੰਦਾ ਭੇਜ ਕੇ, ਸੇਵਕ ਭੇਜ ਕੇ ਤੇ ਪਿੰਡ ਵਿਚੋਂ ਕੁਝ ਲੋਕਾਂ ਨੂੰ ਬੁਲਾਇਆ ਮਹਾਰਾਜ ਜੀ ਦੇ ਪਿਤਾ ਜੀ ਨੇ। ਮੈਂ ਰਹਿ ਬੇਦੀ ਜੋਗਿਆ
ਕਿਹਨਾਂ ਨੂੰ ਬੁਲਾਇਆ? ਜਿਹੜੇ ਬੇਦੀ ਕੁਲ ਦੇ ਸਾਧ ਸੰਗਤ ਜਿਹੜੇ ਪਿੰਡ ਦੇ ਵਿੱਚ ਲੋਕ ਰਹਿੰਦੇ ਸਨ ਤੇ ਜਿਹੜੇ ਇੱਕੋ ਗੋਤ ਦੇ ਸਨ, ਗੋਤੀ ਸਨ, ਬੇਦੀ ਸਨ, ਉਹਨਾਂ ਸਾਰਿਆਂ ਨੂੰ ਸੁਨੇਹਾ ਭੇਜ ਕੇ ਮਹਾਰਾਜ ਜੀ ਦੇ ਪਿਤਾ ਜੀ ਨੇ ਆਪਣੇ ਘਰ ਸੱਦਿਆ ਜੀ। ਦੇ ਸਨਮਾਨ ਬਖਾਨ ਕੀਓ, ਕਹਿੰਦੇ ਸਭ ਨੇ ਸਭ ਨੂੰ ਬਹੁਤ ਸਨਮਾਨਿਆ, ਸਤਿਕਾਰ ਕੀਤਾ ਜਦੋਂ ਸਾਰੇ ਉਹਨਾਂ ਦੇ ਸੱਦੇ ਤੇ ਆਏ ਹਨ ਘਰ। ਮਨ ਜਾਨ ਹੋ ਬੰਸ ਹਮਾਰ ਹੈ ਖਿਆਤੀ, ਫਿਰ ਸਾਰੇ ਬੇਦੀਆਂ ਨੂੰ ਇਕੱਠੇ ਕਰਕੇ ਮਹਾਰਾਜ ਦੇ ਪਿਤਾ ਜੀ ਕਹਿਣ ਲੱਗੇ ਭਾਈ ਆਪਣੀ ਸਾਰਿਆਂ ਦੀ ਜਿਹੜੀ ਬੇਦੀ ਬੰਸ ਹੈ ਸੋ ਪਟਵਾਰੀ ਰੰਧਾਵਨ ਕੋ, ਜਿਵੇਂ ਆਪਣੀ ਬੇਦੀ ਬੰਸ ਬਹੁਤ ਉੱਜਲ ਹੈ ਤੇ ਮੈਂ ਪਟਵਾਰੀ ਹਾਂ ਰਾਏ ਬਲਾਰ ਦਾ, ਇਸੇ ਤਰ੍ਹਾਂ ਰੰਧਾਵਿਆਂ ਦਾ ਪਟਵਾਰੀ ਹੈ ਜਿਸ ਦੇ ਘਰੇ ਮਹਾਰਾਜ ਮੇਰੇ ਪੁੱਤਰ ਦੀ ਬਰਾਤ ਜਾਣੀ ਹੈ, ਉਹ ਅਗਲੇ ਬੰਨੇ ਉਹ ਵੀ ਪਟਵਾਰੀ ਆ ਰੰਧਾਵਿਆਂ ਦਾ, ਤਕੜੇ ਬੰਦੇ ਹਨ ਉਹ ਵੀ ਜੀ। ਜਿਨਕੇ ਬਹੁ ਗ੍ਰਾਮ ਹੈ ਦੀਰਗ ਜਾਤੀ, ਕਹਿੰਦੇ ਉਹਨਾਂ ਰੰਧਾਵਿਆਂ ਦੇ ਬਹੁਤ ਵੱਡੇ ਆਪਣੇ ਪਿੰਡ ਨੇ ਤੇ ਇਹ ਜਿਵੇਂ ਮੈਂ ਪਟਵਾਰੀ ਹਾਂ ਰਾਏ ਬਲਾਰ ਜੀ ਦਾ ਤੇ ਬਾਬਾ ਮੂਲਾ ਜੀ ਵੀ ਉਸੇ ਤਰ੍ਹਾਂ ਰੰਧਾਵਿਆਂ ਦੇ ਪਟਵਾਰੀ। ਇਹ ਪਟਵਾਰੀ ਅੱਜ ਕੱਲ ਵਰਗਾ ਨਾ ਸਾਧ ਸੰਗਤ ਜੀ ਸਮਝਣਾ ਜਿਹੜੇ ਹੁਣ ਆਪਣੇ ਪਿੰਡਾਂ ਚ ਪਟਵਾਰੀ ਨੇ, ਨਹੀਂ ਨਹੀਂ ਉਸ ਵੇਲੇ ਦਾ ਪਟਵਾਰੀ ਜਿਹੜੇ ਵੱਡੇ ਰਾਜੇ ਮਹਾਰਾਜੇ ਤੇ ਨਵਾਬ ਸਨ ਨਾ ਜੀ, ਉਹਨਾਂ ਦਾ ਜਿਹੜਾ ਪਟਵਾਰੀ ਹੁੰਦਾ ਸੀ ਨਿੱਜ ਪਟਵਾਰੀ ਸੀ ਉਹ, ਤੇ ਉਹ ਪਟਵਾਰੀ ਉਸ ਸਾਰੇ ਇਲਾਕੇ ਦਾ ਕਾਰਦਾਰ ਵੀ ਹੁੰਦਾ ਸੀ, ਬਹੁਤ ਵੱਡੀ ਪੋਸਟ ਸੀ ਉਸ ਵੇਲੇ ਪਟਵਾਰੀ ਦੀ। ਇਸ ਕਰਕੇ ਮਹਾਰਾਜ ਦੇ ਪਿਤਾ ਜੀ ਬੇਦੀਆਂ ਨੂੰ ਕਹਿ ਰਹੇ ਸਾਰਿਆਂ ਨੂੰ ਇਕੱਠੇ ਕਰਕੇ, ਜਿਵੇਂ ਇੱਧਰ ਮੈਂ ਪਟਵਾਰੀ ਹਾਂ ਉਧਰ ਬਾਬਾ ਮੂਲਾ ਵੀ ਰੰਧਾਵਿਆਂ ਦਾ ਪਟਵਾਰੀ ਆ ਤੇ ਬਹੁਤ ਵੱਡਾ ਖਾਨਦਾਨ ਵੱਡਾ ਘਰ ਹੈ। ਹੋਰ ਕਰੋ ਮਿਲ ਕੇ ਜਸ ਪਾਵਨ, ਇਸ ਕਰਕੇ ਆਪਾਂ ਸਾਰਿਆਂ ਨੇ ਬਰਾਤੇ ਜਾਣਾ ਹੈ ਤੇ ਕਿਉਂਕਿ ਸਾਰੀ ਵਡਿਆਈ ਬਰਾਤ ਦੀ ਬਹੁਤ ਹੋਣੀ ਚਾਹੀਦੀ, ਤੁਸੀਂ ਤਿਆਰੀ ਕਰ ਲਓ ਸਾਰੇ ਜਾਣੇ। ਇਹ ਜਗ ਮੈਂ ਸ਼ੁਭ ਰੀਤ ਸੁਹਾਤੀ, ਜਿਹੜੀ ਜਗਤ ਦੇ ਵਿੱਚ ਸ਼ੁਭ ਰੀਤੀ ਹੈ ਨਾ ਆਪਾਂ ਪੂਰੀ ਕਰਨੀ ਹੈ। ਦੋਹਰਾ ਇੱਕ ਮੇਰੀ ਤੁਮ ਨਹਿ ਲਖੋ, ਮਹਾਰਾਜ ਦੇ ਪਿਤਾ ਜੀ ਕਹਿ ਰਹੇ ਨੇ ਸਾਰੇ ਬੇਦੀਆਂ ਨੂੰ ਵੀ ਤੁਸੀਂ ਜੇ ਮੇਰੀ ਗੱਲ ਨਾ ਸਮਝੋ ਵੀ ਮੇਰੇ ਪੁੱਤਰ ਦਾ ਵਿਆਹ ਤੇ ਮੈਂ ਤਾਂ ਕਹਿ ਰਿਹਾ ਹਾਂ। ਹੈ ਸਭ ਹੀ ਕੀ ਲਾਜ, ਇਹ ਹੁਣ ਸਾਰੇ ਬੇਦੀਆਂ ਦੀ ਲਾਜ ਹੈ, ਇਸ ਕਰਕੇ ਕੋਈ ਕਮੀ ਬਰਾਤ ਵਿੱਚ ਤੇ ਵਿਆਹ ਵਿੱਚ ਰਹਿਣੀ ਨਹੀਂ ਚਾਹੀਦੀ। ਗਮਨ ਹੋ ਅਬਹਿ ਬੇਲਾਂਬਤ ਅਜ, ਸਾਰਿਆਂ ਨੂੰ ਆਖਿਆ ਵੀ ਹੁਣੇ ਆਪੋ ਆਪਣੇ ਘਰੀ ਜਾਓ ਤੇ ਸਾਰੇ ਜਾਣੇ ਤਿਆਰੀ ਕਰੋ ਚੱਲਣ ਦੀ ਸੁਲਤਾਨਪੁਰ ਮੇਰੇ ਨਾਲ। ਸੁੰਦਰ ਸਾਜੋ ਸਾਜ, ਸੁੰਦਰ ਸਵਾਰੀਆਂ ਆਪਣੀਆਂ ਤਿਆਰ ਕਰੋ, ਸੁੰਦਰ ਬਸਤਰ ਤਿਆਰ ਕਰੋ, ਆਪਾਂ ਸਾਰਿਆਂ ਨੇ ਜਾਣਾ ਸੁਲਤਾਨਪੁਰ ਤੇ ਉਥੋਂ ਫਿਰ ਆਪਾਂ ਬਰਾਤੇ ਜਾਣਾ ਸਾਰਿਆਂ ਨੇ ਮਹਾਰਾਜ ਦੀ। ਸੁਣ ਸ਼੍ਰੋਣਨ ਬੇਦੀ ਸਭ, ਮਹਾਰਾਜ ਦੇ ਪਿਤਾ ਦੀ ਗੱਲ ਸੁਣ ਕੇ ਸਾਰੇ ਬੇਦੀ ਜਿਹੜੇ ਸਨ ਬਾਣੇ ਭਲੇ ਬਣਾਏ, ਸਾਰਿਆਂ ਨੇ ਸੋਹਣੇ ਸੋਹਣੇ ਬਸਤਰ ਬਣਾ ਲਏ ਜੀ ਬਰਾਤੇ ਜਾਣ ਵਾਸਤੇ। ਲੈ ਧਨ ਨਿਜ ਨਿਜ ਧਾਮ ਤੇ, ਆਪੋ ਆਪਣੇ ਘਰੋਂ ਚੰਗਾ ਖਰਚਾ ਸਾਰਿਆਂ ਨੇ ਕੀਤਾ ਜੀ। ਚਲੇ ਚਤੁਰ ਚਿਤ ਚਾਏ, ਬੜੇ ਸਿਆਣੇ ਬੰਦੇ ਚਾਹ ਚਿੱਤ ਵਿੱਚ ਲੈ ਕੇ ਤੇ ਤਿਆਰੀ ਕੀਤੀ ਤਲਵੰਡੀ ਤੋਂ ਸੁਲਤਾਨਪੁਰ ਜਾਣ ਦੀ ਜੀ। ਸਵਈਆ ਕੰਚਨ ਭੂਖਨ ਪਾਏ ਘਨੇ ਨਗ, ਕਈਆਂ ਨੇ ਸੋਨੇ ਦੇ, ਕਈਆਂ ਨੇ ਹੀਰੇ ਦੇ ਨਗਾਂ ਵਾਲੇ ਗਹਿਣੇ ਪਹਿਨੇ ਹਨ। ਵੀਚ ਬਣੇ ਜਿਨਕੇ ਚਮਕਾਮ, ਬਹੁਤ ਚਮਕਦੇ ਹਨ ਸਾਰਿਆਂ ਦੇ ਪਾਏ ਪਹਿਨੇ ਹੋਏ ਗਹਿਣੇ ਉਹ। ਕੰਕਨ ਅੰਗਦ ਕੁੰਡਲ ਤੇ, ਕਈਆਂ ਨੇ ਕੁੰਡਲ ਪਹਿਨੇ, ਕਈਆਂ ਨੇ ਕੰਕਨ ਕੜੇ ਨੂੰ ਕਹਿੰਦੇ, ਕਈਆਂ ਨੇ ਸੋਨੇ ਦੇ ਕੜੇ ਪਾਏ ਹੋਏ ਹਨ। ਮੁਖ ਮੰਡਲ ਸੁੰਦਰ ਕੋ ਦਰਸਾਵ, ਬਹੁਤ ਸੁੰਦਰ ਸੋਭਾ ਸੀ ਉਸ ਵੇਲੇ ਸਾਰਿਆਂ ਦੀ। ਮਾਲ ਵਿਸਾਲ ਭਲੇ ਗਲ ਧਾਰ, ਕਈਆਂ ਨੇ ਸੁੱਚੇ ਮੋਤੀਆਂ ਦੀਆਂ ਮਾਲਾ ਆਪਣੇ ਗਲ ਚ ਪਾਈਆਂ ਹੋਣ। ਇਹ ਮੈਂ ਪਹਿਲਾਂ ਵੀ ਬੇਨਤੀ ਕਰ ਦਿੱਤੀ, ਥੋੜਾ ਕੁ ਆਪਾਂ ਖਿਆਲ ਰੱਖਣਾ ਵੀ ਜਿਹੜੀ ਮਰਿਆਦਾ ਹੁਣ ਚੱਲਦੀ ਪਈ ਨਾ ਗੁਰਮਤ ਵਿੱਚ, ਇਹ ਸੱਚੇ ਪਾਤਸ਼ਾਹ ਜੀ ਤੇ ਸ਼ੁਰੂ ਹੋਈ ਤੇ ਦਸਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਫਿਰ ਇਹਨੂੰ ਹੁਕਮ ਦੇ ਰੂਪ ਵਿੱਚ ਆਪਣੇ ਤੇ ਲਾਗੂ ਕੀਤਾ ਵੀ ਹੁਣ ਆਪਾਂ ਸੋਨੇ ਦਾ ਕੜਾ ਨਹੀਂ ਪਾਉਣਾ, ਹੁਣ ਮਹਾਰਾਜ ਨੇ ਆਪਾਂ ਨੂੰ ਸਰਬਲੋਹ ਦਾ ਕੜਾ ਦਿੱਤਾ। ਪਰ ਉਦੋਂ ਇਹੀ ਰਿਵਾਜ ਚੱਲਦਾ ਸੀ, ਇਸ ਕਰਕੇ ਜਿੰਨੇ ਬੇਦੀ ਬਰਾਤ ਵਾਸਤੇ ਤਿਆਰ ਹੋਏ, ਕਿਸੇ ਨੇ ਮੁੰਦਰੀ ਪਾਈ, ਕਿਸੇ ਨੇ ਨਾਗ ਵਾਲੇ ਪਾਏ, ਕਿਸੇ ਨੇ ਮਾਲਾ ਪਾਈ ਸੁੱਚੇ ਮੋਤੀਆਂ ਦੀ, ਕਿਸੇ ਨੇ ਸੋਨੇ ਦਾ ਕੜਾ ਪਾਇਆ ਜੀ। ਅਮੋਲ ਦਕੂਲ ਲੀਏ ਮਨ ਭਾਵ, ਤੇ ਦਕੂਲ ਹੁੰਦਾ ਮੋਢੇ ਤੇ ਰੱਖਣ ਵਾਲਾ ਕੱਪੜਾ, ਜਿਹਨੂੰ ਆਪਾਂ ਕਹਿ ਦਈਏ ਸਰੋਪੇ ਦੀ ਤਰ੍ਹਾਂ, ਜਿਵੇਂ ਲੋਈ ਰੱਖੀ ਹੁੰਦੀ ਕਈਆਂ ਸਿਆਣਿਆਂ ਨੇ, ਉਹ ਕੀਮਤੀ ਕੀਮਤੀ ਦਕੂਲ ਸਾਰਿਆਂ ਨੇ ਆਪਣੇ ਮੋਢੇ ਤੇ ਰੱਖੇ ਹਨ। ਸੀਸਨ ਪੈ ਸਿਰ ਪੇਚ ਬੱਧੇ, ਕਹਿੰਦੇ ਪੇਚ ਬਣਾ ਬਣਾ ਕੇ ਸਾਰਿਆਂ ਨੇ ਆਪਣੇ ਸਿਰ ਤੇ ਪੱਗਾਂ ਬੱਧੀਆਂ ਹਨ ਜੀ। ਘਰ ਕਹਿ ਕਲਗੀ ਅਧਕਾਇ ਸੁਹਾਵ, ਤੇ ਕਈਆਂ ਨੇ ਤਾਂ ਕਲਗੀ ਵੀ ਲਾਈ ਹੈ ਆਪਣੇ ਸਿਰ ਤੇ। ਸ਼ੈਲ ਛਬੀਲੇ ਸ਼ਬ ਪਰੇ, ਇਹ ਜਿਹੜੇ ਬਰਾਤੀ ਤਿਆਰ ਹੋਏ ਸਨ ਬੜੇ ਛਬੀਲੇ ਸਨ, ਸੁੰਦਰ ਲੱਗਦੇ ਸਨ। ਛਾਪ ਛਲਾਇਨ ਹੱਥ, ਤੇ ਛਾਪਾਂ ਛੱਲੇ ਹੱਥਾਂ ਵਿੱਚ ਪਾਏ ਹੋਏ ਸਨ ਸਾਰਿਆਂ ਨੇ। ਸਜ ਸਜ ਵਾਹਨ ਆਪਣੇ, ਵਾਹਨ ਹੁੰਦੀਆਂ ਸਵਾਰੀਆਂ, ਆਪੋ ਆਪਣੀਆਂ ਸਵਾਰੀਆਂ ਸਜਾ ਲਈਆਂ ਚੰਗੀ ਤਰ੍ਹਾਂ। ਜਿਸ ਜਿਸ ਸਵਾਰੀ ਤੇ, ਮੰਨ ਲਓ ਜੇ ਕਿਸੇ ਨੇ ਘੋੜੇ ਤੇ ਜਾਣਾ ਤਾਂ ਉਹਨੇ ਆਪਣੇ ਘੋੜੇ ਨੂੰ ਚੰਗੀ ਤਰ੍ਹਾਂ ਸਵਾਰਿਆ ਜੀ। ਭਏ ਬਰਾਤੀ ਸਾਥ, ਹੁਣ ਬਰਾਤੀ ਜਾਣ ਵਾਸਤੇ ਤਿਆਰ ਹੋ ਗਏ ਹਨ। ਕਵਿਤ ਸੈਂਦਨ ਤੁਰੰਗਮ ਸਕਟ ਪੈ ਅਰੁੱਡੇ ਕਿਉਂ, ਕੋਈ ਸਾਧ ਸੰਗਤ ਜੀ ਗੱਡੇ ਤੇ, ਕੋਈ ਰਾਥ ਤੇ, ਕੋਈ ਘੋੜੇ ਤੇ, ਤੁਰੰਗਮ ਘੋੜੇ ਨੂੰ ਕਹਿੰਦੇ ਨੇ, ਸਕਟ ਗੱਡੇ ਨੂੰ ਕਹਿੰਦੇ, ਜਿਵੇਂ ਜਿਵੇਂ ਕਿਸੇ ਦੀ ਪਹੁੰਚ ਸੀ ਉਸੇ ਉਸੇ ਤਰ੍ਹਾਂ ਉਹਨੇ ਤਿਆਰੀ ਕਰ ਲਈ ਜੀ। ਜਰੀ ਸੰਗ ਜਰੇ ਰਾਜੇ ਆਰਨ ਉਸ਼ਾਰੇ, ਜਰੀ ਦੇ ਸਾਧ ਸੰਗਤ ਜੀ ਕੱਪੜੇ ਉਹਨਾਂ ਨੇ ਪਹਿਨੇ ਨੇ ਕੀਮਤੀ, ਤੇ ਆਰਨ ਲਾਲ ਰੰਗ ਦੇ ਡੋਰੇ ਲੱਗੇ ਹੋਏ ਹਨ, ਜਿਹੜੇ ਐਸੇ ਸੋਹਣੇ ਬਸਤਰ ਪਾਏ ਉਹਨਾਂ ਨੇ। ਬਾਰ ਵਧੂ ਬ੍ਰਿੰਦ ਸੰਗ ਗਮ ਨੇ ਉਮੰਗ ਮਨ, ਕਹਿੰਦੇ ਬਹੁਤ
ਬਹੁਤ ਸਾਰੀਆਂ ਇਸਤਰੀਆਂ ਵੀ ਉਸ ਵੇਲੇ ਆਈਆਂ ਹਨ ਇਹ ਤੋਰਨ ਵਾਸਤੇ ਇਹਨਾਂ ਨੂੰ ਵਧਾਈ ਦੇਣ ਵਾਸਤੇ ਅੰਗਨ ਸ਼ਿੰਗਾਰ ਕਹਿ ਅਨੰਗ ਮਾਨ ਢਾਰਹੀ ਕਹਿੰਦੇ ਨੇ ਬਹੁਤ ਸੁੰਦਰਤਾ ਸੋਭਾ ਬਣੀ ਹੋਈ ਉਸ ਵੇਲੇ ਸਾਰੀ ਜੀ ਬਾਦਤ ਬਜਾਨ ਹਾਰ ਕੌਤਕ ਕਰਨ ਹਾਰ ਕੁਝ ਵਾਜੇ ਵਜਾਉਣ ਵਾਲੇ ਵੀ ਮਹਾਰਾਜ ਜੀ ਦੇ ਪਿਤਾ ਜੀ ਨੇ ਨਾਲ ਹੀ ਉੱਥੋਂ ਤਲਵੰਡੀ ਤੋਂ ਹੀ ਪ੍ਰਬੰਧ ਕਰ ਲਿਆ ਜੀ ਭਾਰ ਕੇ ਉਚਾਨ ਹਾਰ ਤਿਆਰ ਪਏ ਅਪਾਰਹੀ ਭਾਰ ਕੇ ਉਚਾਨ ਹਾਰ ਦਾ ਅਰਥ ਹੈ ਭਾਰ ਚੱਕਣ ਵਾਲੇ ਜਿਨ੍ਹਾਂ ਨੇ ਇੱਥੋਂ ਗੱਡੇ ਲੱਦੇ ਨੇ ਤੇ ਉੱਥੇ ਜਾ ਕੇ ਲਾਉਣੇ ਨੇ ਫਿਰ ਬਰਾਤ ਚੜ੍ਹਨ ਵੇਲੇ ਸਮਾਨ ਲੱਦਣਾ ਤੰਬੂ ਕਨਾਤਾਂ ਤੇ ਅੱਗੇ ਜਾ ਕੇ ਫਿਰ ਲਾਉਣੇ ਆ ਉਹ ਭਾਰ ਚੱਕਣ ਵਾਲੇ ਵੀ ਤਲਵੰਡੀ ਤੋਂ ਹੀ ਲੈ ਲਏ ਵਾਜੇ ਵਜਾਉਣ ਵਾਲੇ ਵੀ ਜਿਹਨੂੰ ਆਪਾਂ ਕਹਿ ਲਈਏ ਅੱਜ ਦੀ ਭਾਸ਼ਾ ਵੀ ਬੈਂਡ ਵਾਜੇ ਵਾਲੇ ਵੀ ਉੱਥੋਂ ਹੀ ਲੈ ਲਏ ਨਾਲ ਮਹਾਰਾਜ ਜੀ ਦੇ ਪਿਤਾ ਜੀ ਨੇ ਭਾਰ ਲੱਦਣ ਲਾਉਣ ਵਾਲੇ ਵੀ ਬਹੁਤ ਸਮੱਗਰੀ ਤਿਆਰੀ ਕੀਤੀ ਜੀ ਘਰੇ ਹੈ ਤੁਖਾਰ ਪਰ ਦੀਰਗਤ ਮਾਮੇ ਬਹੁ ਤੁਖਾਰ ਕਹਿੰਦੇ ਊਠਾਂ ਨੂੰ ਕਹਿੰਦੇ ਕੁਝ ਊਠਾਂ ਦੇ ਉੱਤੇ ਨਗਾਰੇ ਬੰਨ ਲਏ ਹਨ ਸਾਜੇ ਸ਼ੁਭ ਰਾਜੇ ਬਾਜੇ ਡੰਕ ਇੱਕ ਬਾਰ ਜਦੋਂ ਤੁਰਨ ਲੱਗਿਆ ਮਤਲਬ ਉਹ ਵਜਾਉਂਦੇ ਨੇ ਨਗਾਰਿਆਂ ਨੂੰ ਤੇ ਸਾਰੇ ਇੱਕੋ ਦਮ ਚੋਟ ਮਾਰਦੇ ਨਗਾਰਿਆਂ ਤੇ ਬੜੀ ਸੁੰਦਰ ਧੁਨੀ ਉਹਨਾਂ ਵਿੱਚੋਂ ਨਿਕਲਦੀ ਜੀ ਦੋਹਰਾ ਬੇਦੀਆਂ ਕੀ ਬਾਰ ਸੁੰਦਰੀ ਕਹਿੰਦੇ ਬੇਦੀਆਂ ਦੇ ਕੋਲ ਦੀਆਂ ਇਸਤਰੀਆਂ ਸਾਰੀਆਂ ਮਧੁਰ ਮਧੁਰ ਸੁਰ ਗਾਏ ਕਹਿੰਦੇ ਨੇ ਜਦੋਂ ਇਹ ਤਲਵੰਡੀ ਤੋਂ ਤੁਰਨੇ ਸਨ ਨਾ ਸਾਰੇ ਸੁਲਤਾਨਪੁਰ ਨੂੰ ਤੇ ਉਸ ਵੇਲੇ ਚੰਗੇ ਖੁਸ਼ੀ ਦੇ ਗੀਤ ਗਾਏ ਜੀ ਸਰ ਸਤ ਹਰ ਖਤੇ ਹੋਰ ਵਿਖੇ ਸਭ ਆਪਣੇ ਹਿਰਦੇ ਵਿੱਚ ਖੁਸ਼ ਹਨ ਮੁੜੀ ਬਰਾਤ ਚੜਾਏ ਇਹ ਤਲਵੰਡੀ ਤੋਂ ਸਾਰਿਆਂ ਨੂੰ ਸੁਲਤਾਨਪੁਰ ਨੂੰ ਤੋਰ ਕੇ ਤੇ ਜਿਹੜੀਆਂ ਬੀਬੀਆਂ ਸਨ ਇਸਤਰੀਆਂ ਸਨ ਪਿੰਡ ਦੀਆਂ ਵਾਪਸ ਘਰਾਂ ਨੂੰ ਆ ਗਈਆਂ ਜੀ ਕਵਿਤ ਭਯੋ ਹੈ ਅਰੂੜ ਕਾਲੂ ਲੀਨੋ ਧਨ ਲਾਲੂ ਬਹੁ ਕਹਿੰਦੇ ਨੇ ਜਦੋਂ ਬਾਬਾ ਕਾਲੂ ਜੀ ਚੜੇ ਨੇ ਆਪਣੀ ਸਵਾਰੀ ਤੇ ਨਾਲ ਉਹਨਾਂ ਦੇ ਭਰਾ ਮਹਾਰਾਜ ਤੇ ਚਾਚਾ ਬਾਬਾ ਲਾਲੂ ਜੀ ਚੜੇ ਜਿਨ੍ਹਾਂ ਦੇ ਹੱਥ ਵਿੱਚ ਬਹੁਤ ਸਾਰੀ ਮਾਇਆ ਦੀ ਥੈਲੀ ਫੜੀ ਹੋਈ ਸੀ ਜੀ ਤਲਵੰਡੀ ਪਾਦੂ ਪੰਥ ਵਿਖੇ ਪਾਏ ਹੈ ਕਹਿੰਦੇ ਇਹਨਾਂ ਨੇ ਤਲਵੰਡੀ ਛੱਡ ਦਿੱਤੀ ਤੇ ਸੁਲਤਾਨਪੁਰ ਦੇ ਰਸਤੇ ਤੇ ਸਾਰੇ ਚੱਲ ਪਏ ਹਨ ਹੁਣ ਜੀ ਲੀਨੇ ਧਨ ਰਾਮਾ ਸੁਤ ਕ੍ਰਿਸ਼ਨਾ ਸੁਨਾਮਾ ਜੇ ਮਹਾਰਾਜ ਜੀ ਦੇ ਨਾਨਾ ਜੀ ਨੇ ਤੇ ਉਹਨਾਂ ਦੇ ਮਾਮਾ ਜੀ ਨੇ ਵੀ ਆਪਣੇ ਹੱਥਾਂ ਵਿੱਚ ਮਾਇਆ ਦੀਆਂ ਥੈਲੀਆਂ ਫੜੀਆਂ ਹੋਈਆਂ ਹਨ ਘਰੇ ਔਰ ਚਾਹੇ ਸੁਲਤਾਨਪੁਰੇ ਤਾਏ ਹੈ ਹੁਣ ਸਾਰੇ ਸੁਲਤਾਨਪੁਰ ਛੇਤੀ ਪਹੁੰਚਣਾ ਚਾਹੁੰਦੇ ਨੇ ਬੜੇ ਖੁਸ਼ ਹਨ ਸਾਰੇ ਵੀ ਇਹ ਮਾਇਆ ਆਪਾਂ ਉੱਥੇ ਖਰਚਣੀ ਜਾ ਕੇ ਚੰਗੇ ਕਾਰਜ ਸਾਰਾ ਦਿਨ ਜਾਹੇ ਚਲੇ ਡੇਰਾ ਰਹਿਣ ਮਾਹੇ ਸਾਰਾ ਦਿਨ ਚੱਲਦੇ ਨੇ ਜਿੱਥੇ ਰਾਤ ਪੈ ਜਾਂਦੀ ਉੱਥੇ ਸਾਧ ਸੰਗਤ ਜੀ ਤੰਬੂ ਲਾ ਕੇ ਰਾਤ ਕੱਟ ਲੈਂਦੇ ਹਨ ਕਿਉਂਕਿ ਉਦੋਂ ਗੱਡਿਆਂ ਤੇ ਤਾਂ ਹੌਲੀ ਹੌਲੀ ਆਉਣਾ ਪੈਂਦਾ ਸਾਧਨ ਇੱਦਾਂ ਦੇ ਸਨ ਤੇ ਤਲਵੰਡੀ ਤੋਂ ਆਪਾਂ ਸਮਝੀ ਨਨਕਾਣਾ ਸਾਹਿਬ ਤੋਂ ਸੁਲਤਾਨਪੁਰ ਲੋਧੀ ਕਪੂਰਥਲੇ ਆਉਣਾ ਕਈ ਦਿਨ ਲੱਗੇ ਹੋਣਗੇ ਐਸੀ ਚਲਤ ਤਮ ਨਾਨਕੀ ਕਿਆਏ ਹੈ ਇੱਦਾਂ ਚੱਲਦੇ ਚੱਲਦੇ ਕਹਿੰਦੇ ਬੇਬੇ ਨਾਨਕ ਜੀ ਦੇ ਘਰ ਆ ਗਏ ਜੀ ਸਾਰੇ ਆਨੰਦ ਉਦਦ ਮਿਲ ਕੇਲ ਕਰੇ ਮੀਨ ਜੇਬ ਕਹਿੰਦੇ ਜਿਵੇਂ ਆਨੰਦ ਵੱਡੇ ਸਮੁੰਦਰ ਚ ਮੱਛੀ ਪਾਣੀ ਬਹੁਤਾ ਹੋਣ ਕਰਕੇ ਕੇਲ ਕਰਦੀ ਨਾ ਆ ਸਮਝ ਲਓ ਵੀ ਇਸ ਵੇਲੇ ਆਨੰਦ ਦਾ ਸਮੁੰਦਰ ਹੀ ਸੁਲਤਾਨਪੁਰ ਚ ਚੱਲ ਰਿਹਾ ਸੀ ਤੇ ਸਾਰਿਆਂ ਦੇ ਮਨ ਮੱਛੀਆਂ ਦੀ ਤਰ੍ਹਾਂ ਸੁਖ ਮਾਣ ਰਹੇ ਸਨ ਜੀ ਨਾਨਕ ਸਪੂਤ ਪਇਓ ਪਏ ਮਨ ਪਾਏ ਹੈ ਸਾਰੇ ਕਹਿੰਦੇ ਵੀ ਕਿੱਡਾ ਸਪੁੱਤਰ ਪੈਦਾ ਹੋਇਆ ਜੀ ਪਟਵਾਰੀਆਂ ਦੇ ਘਰੇ ਜਿਨ੍ਹਾਂ ਦਾ ਵਿਆਹ ਹੋ ਰਿਹਾ ਤੇ ਇੰਨੀ ਖੁਸ਼ੀ ਹੈ ਸਾਰੇ ਪਾਸੇ ਆਣ ਕੇ ਜੈ ਰਾਮ ਸਨਮਾਨ ਕੀਨੋ ਸਭਨ ਕੋ ਹੁਣ ਜਦੋਂ ਭਾਈਆ ਜੈ ਰਾਮ ਜੀ ਦੇ ਘਰੇ ਆਏ ਨਾ ਸਾਰੇ ਆਪਣੀਆਂ ਸਵਾਰੀਆਂ ਤੋਂ ਉਤਰ ਕੇ ਉਹਨਾਂ ਨੇ ਬੜਾ ਸਨਮਾਨ ਬੜਾ ਸਤਿਕਾਰ ਕੀਤਾ ਸਾਰਿਆਂ ਦਾ ਯਥਾਯੋਗ ਥਾਨ ਦੀਨੋ ਡੇਰਾ ਕਰਵਾਏ ਕੈ ਯਥਾਯੋਗ ਸਾਰਿਆਂ ਦੇ ਡੇਰੇ ਕਰਵਾ ਦਿੱਤੇ ਤੰਬੂ ਲਵਾ ਦਿੱਤੇ ਤੁਸੀਂ ਇੱਥੇ ਰਹਿਣਾ ਜੀ ਤੁਹਾਡੇ ਇੱਥੇ ਰਹਿਣ ਦੀ ਜਗ੍ਹਾ ਜੀ ਇੱਥੇ ਪ੍ਰਸ਼ਾਦਾ ਛਕਣਾ ਸਾਰਾ ਪ੍ਰਬੰਧ ਕਰ ਦਿੱਤਾ ਜੀ ਕਨੀਆਂ ਨਿਕਟ ਜਾਏ ਮਿਲਿਓ ਕਾਲੂ ਪਾਏ ਸੁਖ ਆਪਣੀ ਪੁੱਤਰੀ ਬੇਬੇ ਨਾਨਕੀ ਜੀ ਨੂੰ ਜਾ ਕੇ ਮਹਾਰਾਜ ਦੇ ਪਿਤਾ ਜੀ ਬਾਬਾ ਕਾਲੂ ਜੀ ਮਿਲੇ ਹਨ ਗਯੋ ਮਧੁਰ ਨਾਹੇ ਕੋ ਦਾਸ ਤੇ ਮੰਗਾਏ ਕਹਿੰਦੇ ਨੇ ਦਾਸ ਕੋਲੋਂ ਮਠਿਆਈ ਮੰਗਾ ਕੇ ਤੇ ਮੂੰਹ ਮਿਠਾ ਇੱਕ ਦੂਜੇ ਦਾ ਕਰਵਾਇਆ ਸਭ ਤੋਂ ਪਹਿਲਾਂ ਜੀ ਸਭ ਹੀ ਸੰਭਾਰਨ ਸੰਭਾਰ ਬੰਦ ਬੰਦ ਭਾਰ ਸਾਰੇ ਜਿਹੜੇ ਭਾਰ ਸਨ ਕੀਮਤੀ ਵਸਤੂਆਂ ਸਨ ਸੰਭਾਲ ਸੰਭਾਲ ਕੇ ਬੇਬੇ ਨਾਨਕੀ ਜੀ ਨੂੰ ਸਾਰਿਆਂ ਨੇ ਫੜਾ ਦਿੱਤੀਆਂ ਹਨ ਘਰੇ ਸਗਟਨ ਸਭ ਉੱਪਰ ਤੇ ਲਿਆਏ ਕੈ ਕਿਉਂਕਿ ਗੱਡਿਆਂ ਤੇ ਰੱਖ ਕੇ ਲਿਆਏ ਸਨ ਜਿਹੜਾ ਉਹਨਾਂ ਚੋਂ ਕੀਮਤੀ ਸਮਾਨ ਸੀ ਉਹ ਸੰਭਾਲਣ ਵਾਸਤੇ ਬੇਬੇ ਨਾਨਕੀ ਜੀ ਨੂੰ ਦੇ ਦਿੱਤਾ ਜੀ ਪਰਮਾਨੰਦ ਮਿਲਿਓ ਕੀਨ ਪ੍ਰਸ਼ਨ ਕੁਸ਼ਲ ਭਲੇ ਹੁਣ ਬਾਬਾ ਪਰਮਾਨੰਦ ਜੀ ਆ ਗਏ ਜਿਹੜੇ ਭਾਈਆ ਜੈ ਰਾਮ ਜੀ ਦੇ ਸਤਿਕਾਰਯੋਗ ਪਿਤਾ ਜੀ ਨੇ ਉਹ ਵੀ ਸਾਰਿਆਂ ਨੂੰ ਆਣ ਕੇ ਮਿਲੇ ਮਹਾਰਾਜ ਦੇ ਪਿਤਾ ਜੀ ਨੂੰ ਮਿਲੇ ਜਿਹੜੇ ਬਰਾਤੀ ਆਏ ਸਨ ਉੱਥੋਂ ਜਾਣ ਵਾਸਤੇ ਉਹਨਾਂ ਸਾਰਿਆਂ ਨੂੰ ਮਿਲੇ ਹਨ ਜੀ ਹੇਰ ਕੈ ਬਰਾਤ ਉਰ ਰਹੋ ਹਰ ਖਾਏ ਕਹਿੰਦੇ ਨੇ ਦੇਖ ਕੇ ਸਾਧ ਸੰਗਤ ਜੀ ਬਰਾਤੀਆਂ ਦੀ ਚੜ੍ਹਤ ਤੇ ਸੋਭਾ ਉਸ ਵੇਲੇ ਸਾਰੇ ਬੜੇ ਖੁਸ਼ ਨੇ ਤੇ ਬਾਬਾ ਪਰਮਾਨੰਦ ਜੀ ਵੀ ਖੁਸ਼ ਨੇ ਇੱਥੇ ਸਮਾਂ ਸਾਧ ਸੰਗਤ ਜੀ ਸੰਪੂਰਨ ਹੋਇਆ ਕੱਲ ਸ਼ਾਮ ਨੂੰ ਇੱਥੋਂ ਅੱਗੇ ਆਪਾਂ ਕਥਾ ਚਲਾਵਾਂਗੇ ਤਾਂ ਗੁਰੂ ਸਾਹਿਬ ਕਿਰਪਾ ਕਰਨ ਫਿਰ ਆਪਾਂ ਸਾਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਿਆਹ ਦੇਖਾਂਗੇ ਇੱਥੇ ਬੈਠੇ ਸ਼ਾਮਿਲ ਹੋਵਾਂਗੇ ਉਹਦੇ ਵਿੱਚ ਸੱਚੇ ਪਾਤਸ਼ਾਹ ਜੀ ਦੀ ਅਸੀਸ ਲਵਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਸਭ ਦੀ ਹਾਜ਼ਰੀ ਮਹਾਰਾਜ ਜੀ ਦੇ ਦਰ ਤੇ ਪ੍ਰਵਾਨ ਹੋਵੇ ਇਹ ਅਰਦਾਸ ਬੇਨਤੀ ਅਗਲਾ ਪ੍ਰੋਗਰਾਮ ਗੁਰਮੁਖਾਂ ਤੋਂ ਸਰਵਣ ਕਰੋ ਪ੍ਰੇਮ ਨਾਲ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ